ਸਤਿਕਾਰਯੋਗ ਰਾਜਾ ਵੜਿੰਗ ਜੀ, ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਿਰਾਜਮਾਨ ਨੇ, ਸਰਦਾਰ ਪ੍ਰਤਾਪ ਸਿੰਘ ਬਾਜਵਾ ਲੀਡਰ ਆਫ ਆਪੋਜੀਸ਼ਨ ਔਰ ਮੇਰੇ ਬੜੇ ਅਜ਼ੀਜ਼ ਵੱਡੇ ਭਰਾ, ਉਹ ਵੀ ਵਿਰਾਜਮਾਨ ਨੇ, ਸਾਰਾ ਮੀਡੀਆ ਜਿਹੜਾ ਅੱਜ ਚੰਡੀਗੜ੍ਹ ਤੁਸੀਂ ਮੇਰੇ ਘਰ ਆਏ ਹੋ, ਤੁਹਾਡਾ ਸਾਰਿਆਂ ਦਾ ਮੈਂ ਸਵਾਗਤ ਕਰਦਾ, ਸ਼ੁਕਰੀਆ ਅਦਾ ਕਰਦਾ। ਅੱਜ ਦਾ ਜਿਹੜਾ ਵਿਸ਼ਾ ਹੈ ਉਹ ਜੋ ਕੁਛ ਮੇਰੇ ਨਾਲ ਸਾਡੇ ਪਰਿਵਾਰ ਦੇ ਨਾਲ ਜੋ ਕੁਛ ਪਿਛਲੇ ਕੁਛ ਸਾਲਾਂ ਤੋਂ ਵਾਪਰਿਆ ਉਹ ਮੈਂ ਕੋਸ਼ਿਸ਼ ਕਰੂੰਗਾ ਸੰਖੇਪ ਤੌਰ ਤੇ ਤੁਹਾਨੂੰ ਇਹ ਸਾਰੀਆਂ ਗੱਲਾਂ ਪੇਸ਼ ਕਰਾਂ ਤਾਂ ਕਿ ਲੋਕਾਂ ਦੀ ਕਚਹਿਰੀ ਵਿੱਚ ਇੱਕ ਵਾਰ ਫਿਰ ਸੱਚ ਜਾਣਾ ਬਹੁਤ ਜ਼ਰੂਰੀ ਹੈ। ਹੋ ਸਕਦਾ ਕੁਛ ਦੁਨੀਆਂ 'ਚ ਬੈਠੇ ਜਿਹੜੇ ਕਈ ਵਾਰੀ ਹੁੰਦਾ ਬਲਾਈਂਡਡ ਬਾਏ ਪਾਰਟੀਜ਼ਨ ਪੋਲੀਟਿਕਸ, ਉਹਨਾਂ ਨੂੰ ਐਂ ਲੱਗਦਾ ਹੋਵੇ ਕਿ ਸ਼ਾਇਦ ਖਹਿਰਾ ਵਾਕਈ ਹੀ ਡਰੱਗਸ ਦਾ ਕੰਮ ਕਰਦਾ ਜਾਂ ਇਹ ਗੁਨਾਹਗਾਰ ਹੋ ਸਕਦਾ ਕਿ ਕੀ ਆ, ਸਰਕਾਰ ਨੇ ਜੋ ਕਦਮ ਚੱਕੇ ਨੇ ਉਹ ਠੀਕ ਨੇ। ਉਹ ਮੈਂ ਪੱਖ ਤੁਹਾਡੇ ਜ਼ਰੀਏ, ਤੁਸੀਂ ਹੋ ਸਾਡੇ ਮੈਸੇਂਜਰ ਜਿਹਨਾਂ ਨੇ ਸਾਰੀ ਦੁਨੀਆਂ ਦੇ ਵਿੱਚ ਇਹ ਗੱਲ ਪਹੁੰਚਾਉਣੀ, ਤਾਂ ਕਰਕੇ ਤੁਹਾਨੂੰ ਅੱਜ ਮੈਂ ਸੱਦਾ ਦਿੱਤਾ। ਦੋਸਤੋ, ਇਹ ਜਿਹੜਾ ਕੇਸ ਹੈ ਨਾ, ਜੋ ਮੇਰੇ ਤੇ ਜਿਸ ਮੁਕੱਦਮੇ 'ਚ ਮੈਨੂੰ ਫੜ ਕੇ ਜੇਲ੍ਹ ਵਿੱਚ ਭੇਜਿਆ ਗਿਆ, ਇਹ NDPS FIR ਨੰਬਰ 35 ਨੂੰ ਰਿਲੇਟ ਕਰਦਾ। 2015 ਸ਼ਾਇਦ ਮਾਰਚ ਦਾ ਮਹੀਨੇ ਦੇ ਕੇਸ ਹੈ, ਮਾਰਚ 2015 ਦਾ। ਮੇਰਾ ਇਸ ਕੇਸ ਨਾਲ ਸਿਰਫ, ਮੈਂ ਫਿਰ ਦੁਬਾਰਾ ਰੀਇਟਰੇਟ ਕਰਦਾ, ਮੇਰਾ ਇਸ ਕੇਸ ਨਾਲ ਸਿਰਫ ਇੰਨਾ ਕੁ ਤੋਲਕ ਆ ਕਿ ਮੇਰੀ ਕੌਂਸਟੀਟੂਐਂਸੀ ਦਾ ਰਹਿਣ ਵਾਲਾ ਇੱਕ ਗੁਰਦੇਵ ਸਿੰਘ, ਜਿਹੜਾ ਕਿ ਮਾਰਕੀਟ ਕਮੇਟੀ ਢਿਲਵਾਂ ਦਾ ਸਾਬਕ ਚੇਅਰਮੈਨ ਸੀਗਾ, ਸਾਡੀ ਪਾਰਟੀ ਦੇ ਨਾਲ ਮੇਰੇ ਹਲਕੇ ਦੇ ਵਿੱਚ ਕੰਮ ਕਰਦਾ ਸੀਗਾ, ਚੰਗੇ ਖਾਨਦਾਨ ਨੂੰ ਬਿਲੋਂਗ ਕਰਦਾ ਸੀਗਾ, 25-30 ਏਕੜ ਉਹਦੀ ਜ਼ਮੀਨ ਸੀ, ਆੜਤ ਦਾ ਕੰਮ ਸੀਗਾ। ਕਿਹੜੇ ਕਾਰਨਾਂ ਕਰਕੇ ਉਹ ਜਲਾਲਾਬਾਦ ਵਿੱਚ ਕਿਸੇ ਗਰੁੱਪ ਦੇ ਨਾਲ, ਸਮਗਲਰਸ ਦੇ ਨਾਲ ਇਨਵੋਲਵ ਹੋ ਗਿਆ, ਉਹ ਬਿਯੋਂਡ ਮਾਏ ਜਿਹੜੀ ਐਕਸਪਲੇਨੇਸ਼ਨ ਹੈ। ਤਾਂ ਜਦੋਂ ਉਹ ਉਸ ਫਾਜ਼ਿਲਕਾ ਜਲਾਲਾਬਾਦ ਦੇ ਗਰੁੱਪ ਦੇ ਨਾਲ 2015 ਦੇ ਮਾਰਚ ਦੇ ਵਿੱਚ ਕੁਛ ਨਸ਼ੇ ਦੀ ਤਸਕਰੀ ਨੂੰ ਲੈ ਕੇ ਜਦੋਂ ਫੜਿਆ ਗਿਆ, 10-12 ਬੰਦਿਆਂ ਦਾ ਗਰੁੱਪ ਸੀਗਾ ਉਹ, ਤਾਂ ਹੀ ਸਟਾਰਟਡ ਕਾਲਿੰਗ ਮੀ, ਉਹਨੇ ਮੈਨੂੰ ਦੁਬਾਰਾ ਕਾਲ ਕਰਨੀ, ਮੈਂ ਕਿਉਂਕਿ ਮੇਰੇ ਹਲਕੇ ਦਾ ਰਹਿਣ ਵਾਲਾ ਸੀਗਾ, ਮੈਂ ਉਹਦੀ ਟੈਲੀਫੋਨ ਕਾਲ ਅਟੈਂਡ ਕਰਨੀ ਸੀ, ਚੱਕਣਾ ਸੀਗਾ, ਸਿਰਫ ਮੈਂ ਟੈਲੀਫੋਨ ਕਾਲ ਚੱਕਣ ਵਿੱਚ ਹੀ ਮਾਰਿਆ ਗਿਆ ਵਾਂ, ਇਸ ਤੋਂ ਇਲਾਵਾ ਮੇਰਾ ਕੋਈ ਕਸੂਰ ਨਹੀਂ ਗਾ। ਤਾਂ ਉਸ ਵਕਤ ਨਾ ਤਾਂ ਮੈਂ MLA ਸੀਗਾ, ਨਾ ਮੈਂ ਕੋਈ ਏਡਾ ਤਾਕਤਵਰ ਲੀਡਰ, ਤੇ ਨਾ ਮੈਂ ਕੋਈ ਤਾਕਤਵਰ ਲੀਡਰ ਅੱਜ ਹਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਕਰਕੇ। ਹਾਂ, ਲੋਕੀ ਸਤਿਕਾਰ ਜ਼ਰੂਰ ਕਰਦੇ ਨੇ ਜੋ ਮੈਂ ਗੱਲਾਂ ਆਪਣੇ ਸੂਬੇ ਦੀ ਤੇ ਆਪਣੀ ਕੌਮ ਦੀ ਗੱਲ ਕੀਤੀ ਹੈ। ਤਾਂ 2015 ਦੇ ਮਾਰਚ ਵਿੱਚ ਉਸ ਵਕਤ ਅਕਾਲੀ ਦਲ ਤੇ ਬਾਦਲ ਸਰਕਾਰ ਸੀਗੀ, ਮੈਂ ਉਦੋਂ ਵੀ ਖਿਲਾਫ ਬੋਲਦਾ ਸੀ ਸੁਮੇਧ ਸਿੰਘ ਸੈਣੀ ਦੀ, ਮੈਨੂੰ ਯਾਦ ਆ, ਗਲਤ ਨਾ ਹੋਵਾਂ ਤਾਂ ਮੈਂ ਲੋਕ ਸਭਾ ਦੀਆਂ ਚੋਣਾਂ ਵਿੱਚ, ਸ਼ਾਇਦ 2014 ਦੀਆਂ ਚੋਣਾਂ ਵਿੱਚ ਉਹਦੀ ਬਤੌਰ DGP ਮੈਂ ਟ੍ਰਾਂਸਫਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਕਹਿ ਕੇ ਉਹਨੂੰ ਉਹਦੀ ਜਿਹੜੀ ਸੀ ਟ੍ਰਾਂਸਫਰ ਕਰਾਈ ਸੀਗੀ। ਤਾਂ ਉਹ ਹੀ ਵਾਜ਼ ਆਲਸੋ ਬੇਅਰਿੰਗ ਗ੍ਰਜ, ਸੁਖਬੀਰ ਸਿੰਘ ਬਾਦਲ ਹੋਣੀ ਤੇ ਉਸ ਵਕਤ ਦੇ ਜਿਹੜੇ ਅਕਾਲੀ ਸੀਗੇ ਉਹਨਾਂ ਦੇ ਖਿਲਾਫ਼ ਮੈਂ ਰੋਜ਼ ਬੋਲਦਾ ਸੀਗਾ, ਉਹ ਵੀ ਗ੍ਰਜ ਬੇਅਰ ਕਰਦੇ, ਉਹਨਾਂ ਨੇ SIT ਬਣਾ ਦਿੱਤੀ, ਪਰਮਰਾਜ ਸਿੰਘ ਉਮਰਾਨੰਗਲ SIT ਦੇ ਹੈੱਡ ਬਣਾ ਕੇ ਉਹਨਾਂ ਨੇ ਕਾਲ ਚਾਰਟ ਜਾ ਤਿਆਰ ਕਰ ਲਿਆ। ਮੇਰੀਆਂ ਕਾਲਾਂ, ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਤੁਸੀਂ ਮੈਨੂੰ ਟੈਲੀਫੋਨ ਕਰ ਦਿਓ, ਮੇਰੀ ਕਾਲ ਡਾਇਵਰਟ ਤੇ ਆ, ਮੈਂ ਕੋਈ ਕਾਲ ਆਪਣੀ ਆਪ ਨਹੀਂ ਸੁਣ ਸਕਦਾ। ਉਹ ਮੇਰਾ PA ਜਿਹੜਾ ਗਰੀਬ ਆਦਮੀ, ਉਹਨੂੰ ਵੀ NDPS ਵਿੱਚ ਮਾਰ ਦਿੱਤਾ ਇਹਨਾਂ ਨੇ, ਉਹ ਸਿਰਫ ਕਾਲ ਅਟੈਂਡ ਕਰਦਾ ਸੀ, ਡਾਇਵਰਟ ਹੋ ਕੇ ਕਾਲ ਉਹਦੇ ਫੋਨ ਤੇ ਜਾਂਦੀਆਂ ਸੀ, ਮਨੀਸ਼ ਸ਼ਰਮਾ, ਤੇ ਸਿਰਫ ਕਾਲ ਜਿਹੜੀ ਕੋਈ ਕਾਲ ਚੱਕੀ, ਫਰਜ਼ ਕਰੋ ਗੁਰਦੇਵ ਨੇ ਕਿਸੇ ਹੋਰ ਨੰਬਰ ਤੋਂ ਵੀ ਮੈਨੂੰ ਕੀਤੀ,
ਜਾਂ ਮੈਂ ਆਪਣਾ PSO ਮੇਰੇ ਟੈਲੀਫੋਨ ਦੀ ਬੈਟਰੀ ਡੈਡ ਹੋ ਰਹੀ ਸੀ, ਮੈਂ ਜਦੋਂ ਦਿੱਲੀਓ ਟਰੈਵਲ ਕਰ ਰਿਹਾ ਸੀ, ਮੇਰੇ PSO ਦਾ ਫੋਨ ਚੱਕ ਲਿਆ ਲੈ ਲਿਆ ਮੈਂ, ਉਹ ਵੀ ਗਰੀਬ ਮਾਰ ਕਰਤੀ, ਇੱਕ ਰਿਟਾਇਰਡ ਹੁਣ ਕਾਂਸਟੇਬਲ ਹੈ ਵਿਚਾਰਾ ਗਰੀਬ ਆਦਮੀ, ਉਹਨੂੰ ਵੀ NDPS ਵਿੱਚ ਮੇਰੇ ਨਾਲ ਗੁਨਾਹਗਾਰ ਬਣਾ ਦਿੱਤਾ। ਔਰ ਉਸ ਵਕਤ SIT ਵੀ ਕੋਲ 70-75 ਕਾਲਾਂ ਫਰਜ਼ੀ ਜਿਹੀਆਂ ਬਣਾਤੀ, ਜਿਹੜੀ ਇੱਕ ਸਕਿੰਟ ਦੀ ਕਾਲ ਵੀ ਸੀ, ਜਿਹੜੀ ਕਾਲ ਕੱਟੀ ਵੀ ਗਈ, ਜਿਹੜੀ ਕਾਲ ਡਰੋਪ ਵੀ ਹੋ ਗਈ। ਗੁਰਦੇਵ ਨੇ ਆਪਣੇ ਜਿਹੜੇ ਇੱਧਰ ਉੱਧਰ ਗੱਲਾਂ ਕੀਤੀਆਂ ਉਹ ਸਾਰੀਆਂ ਪਾ ਕੇ ਜੀ 70 ਕਾਲਾਂ ਖੇਰੇ ਨੇ, ਡਰੱਗ ਮਾਫੀਆ ਨਾਲ ਡਰੱਗ ਕਿੰਗ ਪਿੰਨ ਬਣਾ ਦਿੱਤਾ ਜੀ ਮੈਨੂੰ। ਖੈਰ ਮੈਂ ਅੱਜ ਉਹ ਹੈ ਨੀਗੇ ਸਵਰਗਵਾਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਮੈਨੂੰ ਜੋ ਜਾਣਕਾਰੀ ਆ, ਜਦੋਂ ਮਾਮਲਾ NDPS ਦਾ ਗਿਆ, ਕਿਉਂਕਿ ਉਦੋਂ ਵੀ ਸਰਕਾਰ ਚਾਹੁੰਦੀ ਸੀ ਕਿ ਖੈਰੇ ਨੂੰ ਠੋਕ ਦਿਓ, NDPS ਦੀ FIR ਠੋਕ ਦਿਓ। ਆਈ ਐਮ ਟੋਲਡ, ਆਈ ਡੋਂਟ ਨੋ ਕਿੰਨਾ ਸੱਚ ਹੈਗਾ, ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਨਹੀਂ, ਇਹਦੇ ਪਿਤਾ ਸਵਰਗਵਾਸੀ ਸਰਦਾਰ ਸੁਖਜਿੰਦਰ ਸਿੰਘ ਮੇਰੇ ਕੁਲੀਗ ਰਹੇ ਨੇ, ਔਰ ਇਹ ਪਰਿਵਾਰ ਜਿਹੜਾ ਪੰਜਾਬ ਦੇ ਵਿੱਚ ਇੱਕ ਅੱਛਾ ਪਰਿਵਾਰ ਹੈ, ਮੈਂ ਇਸ ਮੁੰਡੇ ਨੂੰ NDPS ਵਰਗੇ ਝੂਠੇ ਮੁਕੱਦਮੇ ਵਿੱਚ ਉਹਨੂੰ ਗ੍ਰਿਫਤਾਰ ਨਹੀਂ ਹੋਣ ਦੇਣਾ। ਤਾਂ ਮਾਮਲਾ ਡ੍ਰੌਪ ਹੋ ਗਿਆ, SIT ਬੰਦ ਨਹੀਂ ਹੋਈ। ਉਸ ਤੋਂ ਬਾਅਦ 2017 ਚ ਆ ਗਿਆ ਸਿੱਧਾ ਮੈਂ, ਉਹ 15 ਦੇ ਵਿੱਚ ਇਨ ਦ ਮੀਨ ਟਾਈਮ ਗੁਰਦੇਵ ਸਿੰਘ ਵਗੈਰਾ ਸਾਰੇ ਫੜੇ ਗਏ, ਉਹਨਾਂ ਦੀ ਟ੍ਰਾਇਲ ਸ਼ੁਰੂ ਹੋ ਗਈ ਫਾਜ਼ਿਲਕਾ ਦੀ ਸਪੈਸ਼ਲ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਦੇ ਵਿੱਚ। ਟ੍ਰਾਇਲ ਕਾਫੀ ਐਡਵਾਂਸ ਸਟੇਜ ਤੇ ਆ ਗਈ। 2017 ਮੈਂ ਲੀਡਰ ਆਫ ਆਪੋਜੀਸ਼ਨ ਸੀਗਾ, ਉਹਨਾਂ ਨੇ ਕਿਹਾ ਜਿਹੜੀ ਚੱਲਦਾ ਕੇਸ ਹੈਗਾ ਫਾਜ਼ਿਲਕਾ ਦੀ ਅਦਾਲਤ ਵਿੱਚ, ਉਹਨਾਂ ਨੇ ਮੈਨੂੰ ਮੈਨੂਪਲੇਟ ਕਰਕੇ 319 ਦੇ ਵਿੱਚ ਤਲਬ ਕਰਾ ਲਿਆ, ਕੋਰਟ ਵਿੱਚ ਸਮਨ ਕਰਾ ਲਿਆ 2017 ਦੇ ਵਿੱਚ। ਬਹੁਤ ਹਾਹਾਕਾਰ ਮੱਚੀ ਕਿਉਂਕਿ ਮੈਂ ਲੀਡਰ ਆਫ ਆਪੋਜੀਸ਼ਨ ਸੀਗਾ। ਔਰ ਉਸ ਤੋਂ ਬਾਅਦ ਜਿਹੜਾ ਸੀਗਾ, ਸਵਾਗਤ ਕਰਦਾ ਗੁਰਜੀਤ ਸਿੰਘ ਔਜਲਾ ਸਾਡੇ ਮੈਂਬਰ ਪਾਰਲੀਮੈਂਟ ਨੇ ਅੰਮ੍ਰਿਤਸਰ ਤੋਂ, ਮੈਂ ਲੀਡਰ ਆਫ ਆਪੋਜੀਸ਼ਨ ਸੀਗਾ, ਮੈਂ ਹਾਈਕੋਰਟ ਗਿਆ ਅਗੇਂਸਟ ਦੀ ਆਰਡਰ, ਬਿਕੋਜ਼ ਮੈਨੂੰ ਕੋਰਟ ਨੇ ਸਮਨ ਕਰ ਲਿਆ ਸੀਗਾ। ਹਾਈਕੋਰਟ ਨੇ ਮੇਰੇ ਨਾਨ ਅਵੇਲੇਬਲ ਵਾਰੰਟ ਸਕੁਆਸ਼ ਕਰਤੇ ਤੇ ਮੇਰੀ ਜਿਹੜੀ ਰਿਵੀਜ਼ਨ ਸੀਗੀ ਉਹ ਡਿਸਮਿਸ ਕਰਤੀ। ਆਈ ਹੈਡ ਟੂ ਗੋ ਟੂ ਦਾ ਸੁਪਰੀਮ ਕੋਰਟ। ਮੈਨੂੰ ਯਾਦ ਹੈ ਦਸੰਬਰ ਦੀ 2017 ਦੀ ਸੁਪਰੀਮ ਕੋਰਟ ਨੇ ਦੋ ਜੱਜਸ ਜਿਹੜੇ ਉੱਥੇ ਬੈਠਦੇ, ਦੋ ਜੱਜਸ ਨੇ ਮੇਰੀ ਸਮਨਿੰਗ ਸੁਪਰੀਮ ਕੋਰਟ ਨੇ ਸਟੇ ਕਰ ਦਿੱਤੀ, ਰੋਕ ਦਿੱਤਾ, ਜਿਹਦੇ ਕਰਕੇ ਮੈਂ ਬਚ ਗਿਆ। 2017 ਤੋਂ ਬਾਅਦ ਇਹ ਮਾਮਲਾ ਮੇਰੇ ਤੇ ਹਮਲਾ ਹੋਇਆ। ਫਿਰ ਆ ਜਾਓ ਸਿੱਧਾ ਤੁਸੀਂ 2021 ਚ ਕਿਸਾਨਾਂ ਦਾ ਅੰਦੋਲਨ, ਯੁਆਪਾ ਦੇ ਖਿਲਾਫ ਲੜਾਈ, ਅਤੇ ਪਤਾ ਨੀ ਕਿਹੜੇ ਕਾਰਨਾਂ ਕਰਕੇ, ਮੈਂ ਕੋਈ ਇੱਡਾ ਨੈਸ਼ਨਲ ਲੀਡਰ ਤਾਂ ਹੈ ਨੀਗਾ, ਮੈਂ ED ਦੀ ਰਿਡਾਰ ਤੇ ਆ ਗਿਆ। ਇਸੇ ਘਰ ਵਿੱਚ ਮੇਰੇ ਛਾਪਾ ਮਾਰਿਆ ਗਿਆ। ਸਾਡੇ ਘਰੋਂ ਕੀ ਲੱਭਣਾ ਸੀ, ਵਿਆਹ ਦੀਆਂ ਡੈਰੀਆਂ, ਘਰ ਦਾ ਖਰਚਾ, ਉਹੀ ਤੁੱਥ ਮੁੱਥ ਕਰਕੇ ਉਹਨਾਂ ਨੇ 8-9 ਮਹੀਨੇ ਇਨਵੈਸਟੀਗੇਟ ਕਰਕੇ, ਜਦੋਂ ਇਲੈਕਸ਼ਨ ਆ ਗਈ 2022 ਦੀ, ਉੱਤੋਂ ਚੰਦ ਇੱਕ ਅੱਧਾ ਡੇਢ ਮਹੀਨਾ ਪਹਿਲਾਂ, 2 ਮਹੀਨੇ ਇਲੈਕਸ਼ਨ ਤੋਂ ਪਹਿਲਾਂ ਮੈਨੂੰ ਗ੍ਰਿਫਤਾਰ ਕਰਕੇ ED ਨੇ ਇਸ ਕੇਸ ਵਿੱਚ ਇਨਵੋਲਵ ਕਰ ਲਿਆ। ਹਾਲਾਂਕਿ ਦੇਖੋ ਨਾਟ ਡੇਟ, ਕਿਉਂਕਿ ਜਿਹੜੇ ਸਮਨਸ ਨੂੰ ਆਧਾਰ ਬਣਾ ਰਹੇ ਸੀ, ਸ਼ਡਿਊਲ ਡਿਫੈਂਸ ਲੈ ਰਹੀ ਸੀ ED, ਉਹ ਸਮਨਸ ਮੇਰੇ ਉਸ ਵਕਤ ਸੁਪਰੀਮ ਕੋਰਟ ਆਫ ਇੰਡੀਆ ਨੇ ਸਟੇ ਕੀਤੇ ਹੋਏ ਸੀਗੇ। ਪਰ ਹੁਣ ED ਨੂੰ ਕੌਣ ਪੁੱਛੇ, CBI ਨੂੰ ਕੌਣ ਪੁੱਛੇ, ਇਹ ਦੇਸ਼ ਦੀਆਂ ਕੇਂਦਰੀ ਏਜੰਸੀਆਂ ਨੂੰ ਕੌਣ ਪੁੱਛੇ, ਉਹਨਾਂ ਨੇ ਧੱਕੇ ਨਾਲ ਮੈਨੂੰ ਅਰੈਸਟ ਕਰਕੇ ਤੇ ਮੇਰਾ ਕੇਸ ਚਲਾ ਦਿੱਤਾ PMLA ਪ੍ਰੋਸੀਡਿੰਗਸ ਦੇ ਤਹਿਤ। ਹੁਣ ਉਸ ਕੇਸ ਦੀ ਸਟੋਰੀ ਚ ਨਹੀਂ ਜਾਂਦਾ, ਬਹੁਤ ਮਨ ਘੜਤ ਝੂਠਾ, ਜਿਹੜਾ ਸਾਡਾ ਖਰਚੇ ਦਾ ਪਾੜਾ ਬਣਾ ਕੇ ਝੂਠ ਸੱਚ, ਜਿਹੜੀਆਂ ਮੇਰੀਆਂ ਐਗਰੀਕਲਚਰ ਲਿਮਿਟ ਚੱਕੀਆਂ ਸੀ, ਅਗਰ ਉਹ ਵਿੱਚ ਪਾ ਦਿੰਦੇ ਕੇਸ ਹੀ ਨਹੀਂ ਸੀ ਬਣਦਾ। ਪਰ ਚਲੋ ਉਹਨਾਂ ਨੇ ਕਹਿਤਾ ਜੀ ਇਹ ਡਰੱਗ ਮਨੀ ਆ, ਜਿਹੜਾ 2-3 ਕਰੋੜ ਰੁਪਇਆ, 2.5-3 ਕਰੋੜ ਰੁਪਇਆ ਕਹਿ ਜੀ ਕੱਢਿਆ ਇਹਨਾਂ ਦਾ ਆਮਦਨ ਦਾ ਤੇ ਖਰਚੇ ਦਾ ਪਾੜਾ 7 ਸਾਲ ਦਾ, ਇਹ ਡਰੱਗ ਮਨੀ, ਖੈਰ ਹੈ ਡਰੱਗ ਮਨੀ। ਚਲੋ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੇਰੀ ਅਦਾਲਤ ਚੋਂ, ਹਾਈਕੋਰਟ ਚੋਂ ਉਸ ਵਕਤ ਬੇਲ ਹੋ ਗਈ। ਇਨ ਦ ਮੀਨ ਟਾਈਮ 2022 2023 ਦੇ ਸ਼ੁਰੂ ਦੇ ਵਿੱਚ, ਫੈਬਰੀ ਵਿੱਚ, ਜਿਹੜਾ ਮੇਰਾ ਕੇਸ ਸੀਗਾ, ਸਮਨਸ ਜਿਹੜੇ ਸਟੇ ਕੀਤੇ ਸੀ ਆਨਰੇਬਲ ਸੁਪਰੀਮ ਕੋਰਟ ਨੇ, ਦੋ ਜੱਜਸ ਦੇ ਬੈਂਚ ਨੇ, ਉਹ 2-3 ਤੇ 3-5 ਮੈਂਬਰ ਜਸਟਿਸ ਦਾ, ਜੱਜਸ ਦਾ
ਸੁਪਰੀਮ ਕੋਰਟ ਦਾ ਕੌਨਸਟੀਟਿਊਸ਼ਨਲ ਬੈਂਚ ਇੱਕ ਬਣਾਇਆ ਗਿਆ ਮੇਰੇ ਵਾਸਤੇ, ਮੇਰੇ ਕੇਸ ਵਾਸਤੇ, ਕਿ ਕੀ ਕਹਿ ਰਹੇ ਨੂੰ 319 ਵਿੱਚ ਤਲਬ ਕਰਨਾ ਠੀਕ ਸੀਗਾ। ਉਸ ਵਕਤ ਜਦੋਂ ਟ੍ਰਾਇਲ ਖਤਮ ਹੋ ਚੁੱਕੀ ਸੀਗੀ, ਗੁਰਦੇਵ ਸਿੰਘ ਜਿਹੜਾ ਮੇਰਾ ਜਾਣਕਾਰ ਸੀਗਾ ਉਹਦੇ ਸਮੇਤ 10 ਬੰਦਿਆਂ ਨੂੰ ਸ਼ਾਇਦ 20-20 ਸਾਲ ਕੈਦ ਹੋ ਚੁੱਕੀ ਸੀਗੀ, ਕਿ ਕੀ ਕਿਸੇ ਨੂੰ ਕੇਸ ਖਤਮ ਹੋਣ ਤੋਂ ਬਾਅਦ ਕੀ ਕਿਸੇ ਨੂੰ ਤਲਬ ਕੀਤਾ ਜਾ ਸਕਦਾ ਵਾ? ਇਟ ਵਾਜ਼ ਅ ਕੌਨਸਟੀਟਿਊਸ਼ਨਲ ਲੋ ਪੁਆਇੰਟ ਫੋਰ ਦ ਰੈਸਟ ਆਫ ਦ ਇੰਡੀਆ ਕੰਟਰੀ। 5 ਜੱਜਸ ਬੈਠੇ ਫਰਵਰੀ 2023, ਆ ਹੁਣ ਪਿਛਲੇ ਸਾਲ 5 ਜੱਜਸ ਨੇ ਯੂਨੈਨਮਸ ਫੈਸਲਾ ਦੇ ਕੇ ਮੇਰੇ ਸਮਨਸ ਕੋਸ਼ ਕਰਤੇ, ਮੈਨੂੰ ਬਰੀ ਕਰ ਦਿੱਤਾ। ਔਰ ਉਹ ਜਿਹੜਾ ਜੱਜਮੈਂਟ ਆ ਉਹ ਲਾ ਜਨਰਲ ਵਿੱਚ ਬੱਚਿਆਂ ਦੇ ਇਮਤਿਹਾਨਾਂ ਚ PCS ਵਿੱਚ ਮੇਰਾ ਕੇਸ ਸਾਈਟ ਕੀਤਾ ਜਾ ਰਿਹਾ। ਇਹਦੇ ਬਾਵਜੂਦ ਸਭ ਕੁਝ ਜਾਣਦਿਆਂ, ਔਰ ਭਗਵੰਤ ਮਾਨ ਮੇਰਾ ਕੁਲੀਗ ਸੀ ਜਦੋਂ ਮੈਂ ਲੀਡਰ ਆਫ ਓਪੋਜੀਸ਼ਨ ਸੀ, ਉਹਦੀ ਵੀਡੀਓ ਤੁਸੀਂ ਸੋਸ਼ਲ ਮੀਡੀਆ ਤੇ ਦੇਖੀ, ਉਹ ਉਸਨੇ ਆਣ ਕੇ ਪਬਲਿਕ ਡੋਮੇਨ ਚ ਕਿਹਾ ਕਿ ਜਿਹੜਾ ਖੇਰੇ ਨੂੰ ਫਸਾਇਆ ਜਾ ਰਿਹਾ NDPS ਕੇਸ ਵਿੱਚ, ਇਹ ਕੇਸ ਇੱਕੋ ਹੀ ਅੱਛੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰੋ, ਦੁਬਾਰਾ ਇਹ ਜਿਹੜਾ ਖੇਰੇ ਨੂੰ ਫਸਾਇਆ ਜਾ ਰਿਹਾ ਇਹ ਨਿਰਦੋਸ਼ ਹੈ। ਇਹ ਕੇਸ ਉਸ ਵਕਤ ਦੀ ਕਾਂਗਰਸ ਸਰਕਾਰ, ਅਮਰਿੰਦਰ ਸਿੰਘ ਦੀ ਸਰਕਾਰ ਜਾਣ ਬੁੱਝ ਕੇ ਬਣਾ ਰਹੀ ਹੈ, ਉਹਦੀ ਵੀਡੀਓ ਤੁਸੀਂ ਸਾਰਿਆਂ ਨੇ ਸੁਣੀ। ਮਤਲਬ ਭਗਵੰਤ ਇਜ਼ ਇਨ ਦੀ ਫੁੱਲ ਨੌਲੇਜ, ਵਟ ਹੈਪਨਡ ਅਗੇਂਸਟ ਮੀ ਵਾਜ਼ ਏ ਕੰਪਲੀਟ ਕੌਨਸਪਿਰੇਸੀ ਐਂਡ ਅਟਰਲੀ ਫਾਲਸ ਕੇਸ। ਇਹਦੇ ਬਾਵਜੂਦ ਆ ਹੁਣ ਜਦੋਂ 4 ਮਹੀਨੇ ਪਹਿਲਾਂ ਇਸੇ ਘਰ ਚੋਂ ਮੈਨੂੰ ਦੁਬਾਰਾ ਐ ਉਠਾ ਕੇ ਲੈ ਕੇ ਗਏ ਪੁਲਿਸ ਵਾਲੇ, ਸਾਡੇ ਕਮਰਿਆਂ ਚ ਵੜ ਗਏ ਯਾਰ ਅੰਦਰ, ਮੇਰੀ ਵਾਈਫ ਸੁੱਤੀ ਹੋਈ ਮੇਰੇ ਨਾਲ, ਮੇਰੀ ਬੇਟੀ ਆ ਇੱਥੇ, ਸ਼ੀ ਵਾਜ਼ ਪ੍ਰੈਗਨੈਂਟ ਬਾਈ ਦੈਟ ਟਾਈਮ, ਅੰਦਰ ਵੜ ਗਏ ਏਦਾਂ ਜਿੱਦਾਂ ਮੈਂ ਕੁਛ ਛੋਟੇ ਪੱਧਰ ਦਾ ਕ੍ਰਿਮੀਨਲ ਹੁੰਦਾ। ਪੱਗ ਵੀ ਨਹੀਂ ਮੰਨਣ ਦਿੱਤੀ, ਪੱਗ ਜਿਹੜਾ ਸਾਫਾ ਮੈਂ ਬੰਨ ਸਕਦਾ ਸੀਗਾ ਤੁਰਿਆ ਜਾਂਦਾ, ਮੈਨੂੰ ਚੱਕ ਕੇ ਅਰੈਸਟ ਕਰਕੇ ਲੈ ਗਏ। ਆਈ ਨੋਟ ਅਫਰੇਡ ਆਫ ਅਰੈਸਟ, ਲੈਟ ਮੀ ਟੈਲ ਯੂ, ਜੇਲਾਂ ਬੰਦਿਆਂ ਲਈ ਬਣਿਆ, ਮੈਂ ਪਹਿਲਾਂ ਵੀ ਕਿਹਾ ਮੁਕੱਦਮੇ ਬੰਦਿਆਂ ਦੇ ਬਣਦੇ ਨੇ, ਜਾਨਵਰਾਂ ਤੇ ਨਹੀਂ ਬਣਦੇ। ਪਰ ਯਾਰ ਉਹ ਕੋਈ ਛੋਟਾ ਮੋਟਾ ਇਨਸਾਫ ਦੀ ਗੱਲ, ਏਡੇ ਵੱਡੇ ਅਹੁਦੇ ਤੇ ਤੁਹਾਨੂੰ ਬਿਠਾਇਆ, ਤੁਸੀਂ ਲੋਕਾਂ ਨੂੰ ਕਿਹਾ ਸੀ ਬਦਲਾਵ ਲੈ ਕੇ ਆਵਾਂਗੇ, ਏਦਾਂ ਦਾ ਬਦਲਾਵ ਤਾਂ ਏਦਾਂ ਦੀ ਬਦਲਾਖੋਰੀ ਤਾਂ ਕੈਪਟਨ ਤੇ ਬਾਦਲ ਨੇ ਨਹੀਂ ਕਦੀ ਕੀਤੀ। ਇਸ ਡੇਂਜਰਸ ਲਾਈਫ ਥ੍ਰੈਟਨਿੰਗ ਕੇਸ ਵਿੱਚ ਵੇਅਰ ਆਈ ਕੈਨ ਬੀ ਫਿਜ਼ੀਕਲੀ ਐਲੀਮੀਨੇਟਿਡ, ਉਹਨਾਂ ਨੇ ਕਦੀ ਕਦੀ ਕੀਤੀ? ਇਸ ਬੰਦੇ ਨੂੰ ਇੰਨਾ ਨਹੀਂ ਲਿਆ ਜਾਇਆ ਕਿ ਮੈਂ ਇਹਦੇ ਨਾਲ ਰੋਟੀ ਪਾਣੀ ਸਾਂਝੀ ਕੀਤੀ, ਇਹਦੇ ਨਾਲ ਖਾਧਾ, ਲੂਣ ਕਹਿੰਦੇ ਹੁੰਦੇ ਨੇ ਕਿਸੇ ਦਾ ਖਾਧਾ ਹੋਵੇ, ਇਹ ਇੰਨਾ ਵੀ ਧਿਆਨ ਨਹੀਂ ਕੀਤਾ ਤੇ ਮੈਨੂੰ ਪੁਲਿਸ ਨੂੰ ਕਹਿ ਕੇ। ਔਰ ਪੁਲਿਸ ਦਾ ਸੁਣ ਲਓ ਜਿਹੜਾ ਮੇਰੇ ਖਿਲਾਫ ਆ ਮੁਕੱਦਮਾ ਕੀਤਾ ਗਿਆ, ਆਈ ਐਮ ਟੋਲਡ ਐਂਡ ਆਈ ਐਮ ਕੁਆਇਟ ਸ਼ੋਰ, ਪਹਿਲਾਂ DIG ਫਿਰੋਜ਼ਪੁਰ ਨੂੰ ਬੁਲਾਇਆ ਗਿਆ ਕਿ ਆਹ ਖੇਰੇ ਦੇ ਖਿਲਾਫ ਮੁਕੱਦਮਾ ਕਰਨਾ। ਉਹਨਾਂ ਨੇ ਪੜ੍ਹ ਕੇ SSP ਮਾਨਸਾ, ਉਸ ਵਕਤ ਲੇਡੀ ਸੀ ਅਵਨੀਤ ਕੌਰ, DIG ਰਣਜੀਤ ਸਿੰਘ ਢਿੱਲੋਂ, ਉਹਨਾਂ ਨੇ ਜਵਾਬ ਦਿੱਤਾ ਭਗਵੰਤ ਮਾਨ ਨੂੰ, AG ਦੀ ਇੰਟਾਇਰ ਟੌਪ ਬ੍ਰਾਸ, ਇੱਕ ਸਟੇਟ, ਸਾਰੀ ਸਟੇਟ ਦਾ ਅਮਲਾ ਇੱਕ ਬੰਦੇ ਦੇ ਖਿਲਾਫ ਲੱਗਿਆ ਹੋਇਆ ਯਾਰ। ਉਹਨਾਂ ਨੇ ਜਵਾਬ ਦਿੱਤਾ ਕਿ ਅਸੀਂ ਗਲਤ ਕੰਮ ਨਹੀਂ ਕਰ ਸਕਦੇ, ਇੰਨਾ ਪੁਰਾਣਾ ਕੇਸ ਆ, ਸੁਪਰੀਮ ਕੋਰਟ ਦੇ ਸਮਨਸ ਨੇ। ਇਹਨਾਂ ਨੇ ਫਿਰ ਇੱਕ ਪਲਾਇਬਲ ਅਫਸਰ ਲੱਭਿਆ, ਔਰ ਉਸ ਅਫਸਰ ਯਾਦ ਕਰੋ ਮੈਂ ਤੁਹਾਨੂੰ ਕਹਿ ਕੇ ਗਿਆ ਸੀਗਾ ਕਿ ਇਹ ਅਫਸਰ ਅਵੇਲੇਬਲ ਨੇ, ਦੇ ਆਰ ਐਕਟਿੰਗ ਲਾਈਕ ਪੇਡ ਮਰਸਨਰੀਜ਼ ਆਫ ਦ ਸਟੇਟ ਗਵਰਨਮੈਂਟ ਨਾਓ, ਸਿਰਫ ਪੋਸਟਿੰਗ ਲੈਣ ਵਾਸਤੇ, ਔਰ ਪੋਸਟਿੰਗ ਮਿਲ ਗਈ ਉਹਨੂੰ ਬਾਅਦ ਵਿੱਚ, ਮੈਨੂੰ ਅਰੈਸਟ ਕਰਨ ਤੋਂ ਬਾਅਦ ਪੋਸਟਿੰਗ ਮਿਲ ਗਈ। ਮੈਂ ਨਾਮ ਨਹੀਂ ਲੈਂਦਾ ਕਿਉਂਕਿ ਹਾਈ ਕੋਰਟ ਦੇ ਡਾਇਰੈਕਸ਼ਨ ਨੇ ਮੇਰੀ ਬੇਲ ਕੈਂਸਲ, ਅੱਜ ਵੀ ਵਾਈਲ ਵੀ ਆਰ ਟਾਕਿੰਗ, ਸਰਕਾਰ SYL ਨੂੰ ਘੱਟ ਤਰਜੀਹ ਦਿੰਦੀ ਹੈ, ਪੰਜਾਬ ਦੇ ਮੁੱਦਿਆਂ ਨੂੰ ਘੱਟ ਤਰਜੀਹ ਦਿੰਦੀ ਹੈ। ਖੈਰੇ ਦੀ ਬੇਲ ਕੈਂਸਲ ਕਰਾਉਣ ਲਈ ਸੁਪਰੀਮ ਕੋਰਟ ਵਿੱਚ ਇਸ ਵੇਲੇ ਬਹਿਸ ਸੁਣੀ ਜਾ ਰਹੀ ਹੈ। ਜਿਹੜੀ ਬੇਲ ਮੈਨੂੰ ਹੁਣ 4 ਦਿਨ ਪਹਿਲਾਂ ਮਿਲੀ ਆ, ਕਿੰਨੀ ਛੇਤੀ ਨਾਲ ਰਸ਼ਟ ਦੇ ਸੁਪਰੀਮ ਕੋਰਟ ਕੇ ਕਿਤੇ ਖਹਿਰਾ ਇਸ ਕੇਸ ਵਿੱਚ ਉਹ ਬਰੀ ਨਾ ਹੋ ਜਾਵੇ। ਸੋ ਟ੍ਰਾਈਬਲ ਅਫਸਰ ਨੇ ਇੱਕ ਝੂਠਾ ਮਨ ਘੜਤ
ਔਰ ਜਦੋਂ ਮੈਨੂੰ ਬੈਠ ਕੇ ਐਸਆਈਟੀ ਨੇ ਜਿਹੜੀਆਂ ਮੇਰੇ ਨਾਲ ਆਏ, ਕੋਈ ਕੁਐਸਚਨਿੰਗ ਨਹੀਂ ਕੀਤੀ, ਨਥਿੰਗ। ਸਿਰਫ ਪੁੱਛਿਆ ਤੁਹਾਡੇ ਪਿਤਾ ਜੀ ਦਾ ਨਾਮ ਕੀ ਆ, ਤੁਸੀਂ ਕਿੰਨੇ ਭੈਣ ਭਰਾ ਵਾ, ਤੁਹਾਡੀ ਜ਼ਮੀਨ ਕਿੰਨੀ ਆ, ਤੁਹਾਡੇ ਖਾਤੇ ਕਿੰਨੇ, ਉਹ ਤਾਂ ਸਾਰਾ ਕੁਝ ਉਹਨਾਂ ਕੋਲ ਐਕਸੈਸ ਹੈ, ਸਾਰਾ ਕੁਝ ਮੇਰੇ ਇਲੈਕਸ਼ਨ ਐਫੀਡੇਵਿਟ ਵਿੱਚ ਸੀਗਾ। ਮੈਨੂੰ ਆਣ ਕੇ ਕਹਿੰਦੇ ਸੀਗੇ ਕਿ ਤੁਹਾਨੂੰ ਭਗਵੰਤ ਦੇ ਖਿਲਾਫ ਨਹੀਂ ਸੀ ਬੋਲਣਾ ਚਾਹੀਦਾ, ਉਹਦੀਆਂ ਔਰਤਾਂ ਦੇ ਖਿਲਾਫ। ਮੈਂ ਕਿਹਾ ਮੇਰੀ ਭੈਣ ਨੂੰ, 72 ਸਾਲ ਦੀ ਮੇਰੀ ਸਿਸਟਰ ਆ, ਉਹਨੂੰ 420 ਦੇ ਮੁਕੱਦਮੇ ਚ ਦਰਜ ਇਨਵੋਲਵ ਕੀਤਾ, ਉਹਨਾਂ ਨੂੰ ਕਿਹਾ ਮੈਂ ਪੁਲਿਸ ਵਾਲਿਆਂ ਨੂੰ। ਮੈਂ ਕਿਹਾ ਉਹ ਕਰ ਸਕਣ ਤਾਂ ਠੀਕ ਹੈ, ਅਗਰ ਮੈਂ ਪੁੱਛ ਲਾਂ ਕਿ ਤੁਹਾਡੀਆਂ ਔਰਤਾਂ ਕੋਲ ਇੰਨਾ ਗਹਿਣਾ ਕਿੱਥੋਂ ਆ ਗਿਆ, ਤੁਸੀਂ ਰੋਜ਼ ਪੁੱਛਦੇ ਹੋ ਕਾਂਗਰਸ ਨੂੰ ਕਿ ਤੁਹਾਡੇ ਜਿਹੜੇ ਕੇਸ ਨੇ, ਆਮਦਨ ਤੁਹਾਡੀ ਘੱਟ ਆ, ਤੁਹਾਡੇ ਸਰੋਤ ਜਿਹੜੇ ਡੀਏ ਦਾ ਕੇਸ, ਡਿਸਪ੍ਰਪੋਰਸ਼ਨੇਟ ਐਸੈਟਸ ਦਾ ਕੇਸ ਬਣਾਇਆ ਜਾ ਰਿਹਾ, ਰੋਜ਼ ਕਾਂਗਰਸ ਨੂੰ ਪੁੱਛਦੇ ਕਿ ਤੁਸੀਂ ਪੈਸੇ ਕਿੱਥੋਂ ਲੈ ਕੇ ਆਏ। ਤੇ ਮੈਂ ਸਿਰਫ ਇੰਨਾ ਹੀ ਪੁੱਛਿਆ ਭਗਵੰਤ ਨੂੰ ਕਿ ਤੁਹਾਡੇ ਕੋਲ ਸੋਨਾ ਕਿੱਥੋਂ ਇੰਨਾ ਆ ਗਿਆ, ਕਿਉਂਕਿ ਐਫੀਡੇਵਿਟ ਵਿੱਚ ਤਾਂ 9 ਤੋਲੇ ਸੋਨਾ ਸੀਗਾ। ਇਹ ਪੁਲਿਸ ਵਾਲੇ ਮੈਨੂੰ ਕਿਹਾ ਉੱਥੇ ਕੁੱਲ ਕੁਐਸਚਨਿੰਗ ਐਸਆਈਟੀ ਦਾ ਮਤਲਬ ਸੀਗਾ ਮੈਨੂੰ ਡਰਾਉਣਾ, ਧਮਕਾਉਣਾ ਕਿ ਮੁੱਖ ਮੰਤਰੀ ਜਾਂ ਸਰਕਾਰ ਦੇ ਖਿਲਾਫ ਬੋਲਣ ਦਾ ਹਸ਼ਰ ਤੈਨੂੰ ਭੁਗਤਣਾ ਪਵੇਗਾ, ਤੇ ਮੈਂ ਭੁਗਤਿਆ ਵਾ। ਨਾਭਾ ਜੇਲ੍ਹ ਚਲੇ ਗਏ ਜੀ, ਤੁਸੀਂ ਕਦੀ ਸੁਣਿਆ ਕਿਸੇ ਬੈਡਰੂਮ ਦੇ ਅੰਦਰ ਸੀਸੀਟੀਵੀ ਲੱਗਦਾ ਹੋਏਗਾ? ਮੇਰੀ ਬੈਰਕ ਦੇ ਅੰਦਰ ਇੱਕ ਤਾਂ ਕੈਮਰਾ, ਮੇਰਾ ਕੰਪਾਊਂਡ ਸੀ ਬਾਹਰ ਬੈਰਕ ਦਾ, ਉੱਥੇ ਲਾਇਆ ਸੀਸੀਟੀਵੀ ਤਾਂ ਕਿ ਦੇਖ ਸਕਣ ਕਿ ਮੈਂ ਕੀ ਕਰ ਰਿਹਾ ਦਿਨ ਨੂੰ। ਇੱਥੋਂ ਤੱਕ ਦੇ ਗੋਟ ਕੀ ਕਹਿੰਦੇ ਹੁੰਦੇ ਸਿਡਿਸਟਿਕ ਪੇਜ ਡਰਾਅ ਕਰ ਰਹੇ ਸੀ ਇੱਥੇ ਬੈਠੇ ਚੰਡੀਗੜ੍ਹ ਵਿੱਚ ਰਾਜ ਕਰਨ ਵਾਲੇ, ਸ਼ਰਮ ਆਉਣੀ ਚਾਹੀਦੀ ਉਹਨਾਂ ਨੂੰ। ਵੈਸੇ ਦੇ ਵਾਂਟਡ ਟੂ ਸੀ ਮੀ ਕਿ ਮੈਂ ਅੰਦਰ ਕੀ ਕਰ ਰਿਹਾ ਸੀ, ਰੋਟੀ ਕਿੱਦਾਂ ਖਾਂਦਾ ਵਾਂ, ਉੱਠਦਾ ਬੈਠਦਾ ਕਿੱਦਾਂ ਵਾਂ। ਅਗਰ ਇਹਨਾਂ ਦਾ ਬਸ ਚੱਲਦਾ ਸ਼ਾਇਦ ਬਾਥਰੂਮ ਦੇ ਵਿੱਚ ਵੀ ਕੈਮਰਾ ਲਾਉਂਦੇ। ਹਾਂ, ਔਰ ਸੋਲਿਟਰੀ ਕਨਫਾਈਨਮੈਂਟ ਵਿੱਚ ਰਿਹਾ 4 ਮਹੀਨੇ। ਮੈਂ ਕਿਸੇ ਨੂੰ ਮਿਲ ਨਹੀਂ ਸੀ ਸਕਦਾ ਜੇਲ੍ਹ ਦੇ ਵਿੱਚ, ਕੋਈ ਮੇਰੇ ਕੋਲ ਆ ਨਹੀਂ ਸੀ ਸਕਦਾ, ਹਰ ਇੱਕ ਮੇਰਾ ਗੇਟ ਬਾਹਰਲਾ, ਸਾਰੀ ਬੈਰਕ ਜਿਹੜੀ ਖਾਲੀ ਕਰਾ ਕੇ ਮੈਂ ਸਿਰਫ ਇਕੱਲਾ ਸੀਗਾ ਅੰਦਰ। ਮੈਨੂੰ ਟੀਵੀ ਨਹੀਂ ਸੀ ਦਿੰਦੇ, ਮੈਨੂੰ ਅਖਬਾਰਾਂ ਨਹੀਂ ਸੀ ਦਿੰਦੇ, ਕਈ ਦਿਨ ਮੈਨੂੰ ਉਦਾਂ ਹੀ ਰੱਖਿਆ। ਪਰ ਚਲੋ, ਇਸ ਗੱਲ ਦਾ ਮੈਨੂੰ ਕੋਈ ਰੰਜ ਨਹੀਂ ਗਾ ਯਾਰ, ਕੋਈ ਗੱਲ ਨਹੀਂ ਗੀ। ਕਹਿੰਦੇ ਆ ਸਰਕਾਰਾਂ ਇੱਦਾਂ ਕਰਦੀਆਂ ਹੁੰਦੀਆਂ, ਪਰ ਇਹ ਆਮ ਆਦਮੀ ਜਿਹੜੇ ਕਹਿੰਦੇ ਸੀ ਬਦਲਾਅ ਲੈ ਕੇ ਆਉਣਾ, ਇਹਨਾਂ ਤੋਂ ਤਾਂ ਉਮੀਦ ਨਹੀਂ ਸੀ। ਚਲੋ ਬਾਕੀ ਕਰ ਲੈਂਦੇ ਤਾਂ ਕੋਈ ਗੱਲ ਨਹੀਂ ਸੀ, ਪਰ ਇਹਨਾਂ ਨੇ ਉਹਨਾਂ ਦਾ ਰਿਕਾਰਡ ਤੋੜ ਕੇ ਇਹ ਇੱਕੋ ਹੀ ਮਾਮਲੇ ਵਿੱਚ ਚੌਥੀ ਵਾਰੀ ਮੈਂ ਇੰਪਲੀਕੇਟ ਹੋਇਆ ਵਾਂ, ਤੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਫਿਰ ਮੈਨੂੰ ਬੇਲ ਮਿਲ ਗਈ ਹਾਈਕੋਰਟ ਤੋਂ। ਫਿਰ ਬੇਲ ਤੋਂ ਪਹਿਲਾਂ ਹੀ ਇੱਕ ਇੱਡਾ ਫਾਲਸ ਕੇਸ ਕੜਿਆ, ਜਿਹੜੀ FIR ਹੁਣ ਦਰਜ ਕੀਤੀ ਸੁਭਾਨਪੁਰ ਦੇ ਵਿੱਚ, ਕਿ ਜੀ ਇਹਨਾਂ ਨੇ ਵਿਟਨੈਸ ਜਿਹੜਾ ਬਣਿਆ ਮੇਰੇ ਖਿਲਾਫ, ਉਹਨੂੰ ਇਹਨਾਂ ਨੇ ਡਰਾਇਆ ਤੇ ਧਮਕਾਇਆ। ਉਹ ਕਹਿੰਦੇ ਚੋਰ ਜਿਹੜਾ ਨਾ ਕੋਈ ਜ਼ਰੂਰ ਛੱਡ ਜਾਂਦਾ, ਕਮਜ਼ੋਰੀ ਛੱਡ ਜਾਂਦਾ, ਕੋਈ ਨੁਕਤਾ ਛੱਡ ਜਾਂਦਾ ਚੋਰੀ ਕਰਨ ਤੋਂ ਬਾਅਦ। ਜਿਹੜੀ FIR ਮੇਰੇ ਖਿਲਾਫ ਦਰਜ ਕੀਤੀ, ਧਿਆਨ ਕਰਿਓ ਜਿਹੜਾ ਚੰਗੀ ਤਰ੍ਹਾਂ ਨਾਲ ਮੇਰੇ ਖਿਲਾਫ ਸੀਗੀ, 195 ਧਾਰਾ ਲਾਈ, 195A ਸ਼ਾਇਦ ਇਟ ਇਜ਼ ਕਿ ਥ੍ਰੈਟਨਿੰਗ ਵਿਟਨੈਸਿਸ ਟੂ ਗਿਵ ਫਾਲਸ ਐਵੀਡੈਂਸ। ਤੇ ਜਦੋਂ ਮੇਰੇ ਖਿਲਾਫ FIR ਦਰਜ ਕਰ ਰਹੇ ਹੈਗੇ ਆ, ਉਹ ਕੰਪਲੇਂਟ ਲਈ ਜਿਹੜੀ ਉਸ ਬੰਦੇ ਦੀ ਵਿਟਨੈਸ ਦੀ ਘਰਵਾਲੀ ਤੋਂ 15 ਨਵੰਬਰ 15-10 ਤੇ 22-10 ਨੂੰ ਉਹ ਗਵਾਹ ਹੀ ਨਹੀਂ ਸੀਗਾ। ਉਹ ਜਿਹੜਾ ਗਵਾਹ ਬਣਦਾ ਵਾ ਉਹ ਅਕਿਊਜ਼ ਸੀਗਾ, ਇਹ ਬੰਦਾ ਜਿਹੜਾ ਮੇਰੇ ਖਿਲਾਫ ਵਿਦਮ ਆਪ ਗਵਾਹ ਬਣਾਇਆ ਨਾ, ਮੈਂ ਉਹਦਾ ਨਾਮ ਵੀ ਨਹੀਂ ਲੈਣਾ ਚਾਹੁੰਦਾ। ਯੂ ਨੋ ਦੈਟ 10 ਸਾਲ ਕੈਦ ਕੱਟ ਕੇ ਆਇਆ ਸੀਗਾ ਹੁਣੇ। 6 ਕਿਲੋ ਹੀਰੋਇਨ ਦੀ ਉਹਦੀ ਰਿਕਵਰੀ ਹੁਣੇ ਹੋਈ ਆ। 3 ਮਹੀਨੇ ਪਹਿਲਾਂ ਕਪੂਰਥਲਾ ਦਾ CIA ਸਟਾਫ ਨੇ 3 ਮਹੀਨੇ ਪਹਿਲਾਂ ਉਹਦੇ ਕੋਲ 6 ਕਿਲੋ ਹੀਰੋਇਨ ਬਰਾਮਦ ਕੀਤੀ ਆ। 22-23 ਮੁਕੱਦਮੇ, 8-10 NDPS ਦੇ, 16-17 ਐਕਸਾਈਜ਼ ਦੇ ਸ਼ਰਾਬ ਦੇ ਮੁਕੱਦਮੇ। ਜੇਲ੍ਹ ਵਿੱਚ ਬੈਠਾ ਸੀ ਬੰਦਾ 2018-19 ਦਾ, ਜੇਲ੍ਹ ਵਿੱਚ ਬੈਠਾ ਵਾ ਉਹ। ਤੇ ਉਹਨੂੰ ਮੇਰੇ ਖਿਲਾਫ ਕਹਿੰਦੇ ਜੀ ਗਵਾਹ, ਜਿਹੜੀ ਤਰੀਕ ਨੂੰ ਮੇਰੇ ਖਿਲਾਫ ਇਹ ਲੈ ਰਹੇ ਨੇ FIR ਵਿੱਚ ਡਿਟੇਲਸ ਲਿਖ ਰਹੇ ਨੇ ਕਿ ਉਹਦੇ ਘਰ ਵਿੱਚ ਡਰਾਇਆ, ਗੋਲੀਆਂ ਚਲਾਈਆਂ,
ਡਰਾਇਆ, ਉਹ ਗਵਾਹ ਨਹੀਂ ਸੀਗਾ। ਹੀ ਬਿਕੇਮ ਏ ਆਫੀਸ਼ੀਅਲ ਵਿਟਨੈਸ ਔਨ 30th October, 15 ਦਿਨ ਬਾਅਦ, ਮਤਲਬ 15 ਦਿਨ ਪਹਿਲਾਂ ਪੁਲਿਸ ਨੇ ਪਲਾਨ ਕਰ ਲਿਆ ਸੀਗਾ, ਭੁੱਲ ਗਏ, ਕਰਦੇ ਕਰਦੇ ਬਦਲਾਖੋਰੀ ਦੇ ਵਿੱਚ ਇੰਨੀ ਨਫ਼ਰਤ ਦੀ ਭਾਵਨਾ ਨਾਲ ਕੰਮ ਕਰਦੇ, ਭੁੱਲ ਗਏ ਕਿ ਉਹ ਤਾਂ ਵਿਟਨੈਸ ਹੀ ਨੀਗਾ। ਪਹਿਲਾਂ ਹੀ ਸਾਰੀ ਕਹਾਣੀ ਕੌਨਟੋਕ ਕਰਕੇ ਰੱਖੀ ਸੀਗੀ, ਇਹ ਉਹਨਾਂ ਦਾ ਪ੍ਰੀ ਮੈਡੀਟੇਟਡ ਔਰ ਪ੍ਰੀ ਪਲੈਨਡ ਸਟੋਰੀ ਸੀਗੀ ਕਿ ਜਿੱਦਣ ਹਾਈਕੋਰਟ ਤੋਂ ਬੇਲ ਮਿਲੂਗੀ ਉਦਣ ਅਸੀਂ ਇਹ ਕੇਸ ਦੁਬਾਰਾ ਨਵਾਂ ਰਜਿਸਟਰ ਕਰਾਂਗੇ। 3 ਵਜੇ ਸਵੇਰੇ ਸੁਭਾਨਪੁਰ ਥਾਣੇ ਵਿੱਚ, 4 ਜਨਵਰੀ ਜਿੱਦਣ ਮੈਨੂੰ ਬੇਲ ਦਿੰਦਾ ਹਾਈਕੋਰਟ, ਉਦੋਂ ਤੋਂ ਕਰਕੇ ਤੇ ਮੈਨੂੰ ਅਰੈਸਟ ਕਰਕੇ ਕਪੂਰਥਲੇ ਲੈ ਗਏ। ਔਰ ਜਿਹੜਾ ਮੈਂ ਕਹਿ ਰਿਹਾ ਸੀਗਾ, ਦੇਖੋ ਕਿੱਡੀ ਵੱਡੀ ਗੱਲ ਗਲਤ ਕੀਤੀ ਹੈ, ਇਹ ਸਾਬਤ ਹੋ ਜਾਣੀ ਹੈ, ਰਹਿਣਾ ਨਹੀਂ ਗਾ ਕੁਛ ਵੀ। ਜਿਹੜਾ ਮੇਰੇ ਖਿਲਾਫ ਕੇਸ ਬਣਾਇਆ ਇਹਨਾਂ ਨੇ, ਨਹੀਂ ਉਹ ਟਿਕਣਾ, ਮੈਂ ਲੜੂੰਗਾ, ਇਸ ਕਰਕੇ ਲੜੂ, ਮੈਂ ਕੋਈ ਕਿਸੇ ਦਾ ਬਦਲਾ ਖੋਰੀ ਕਰਨ ਵਾਸਤੇ ਨਹੀਂ ਲੜੂੰਗਾ, ਮੈਂ ਲੜੂੰਗਾ ਤਾਂ ਕਿ ਹੋਰ ਕੋਈ ਬੇਗੁਨਾਹ ਇਹ ਕੰਮ ਨਾ ਚੱਲੇ। ਤੁਹਾਨੂੰ ਪਤਾ ਵਾ ਕਿ ਜਿਹੜਾ ਵਿਟਨੈਸ ਮੇਰੇ ਖਿਲਾਫ ਖੜਾ ਕੀਤਾ ਗਿਆ, ਜਿਹਦਾ ਮੈਂ ਤੁਹਾਨੂੰ ਦੱਸਦਾ, ਹਾਰਡਨਡ ਕ੍ਰਿਮੀਨਲ, ਹਾਰਡਨਡ, ਮਾਫ ਕਰਨਾ, ਉਹਦਾ ਚਿਹਰਾ ਵੀ ਦੱਸ ਰਿਹਾ ਸੀਗਾ, ਹਾਰਡਨਡ ਕ੍ਰਿਮੀਨਲ, ਦੇ ਟ੍ਰਾਈ ਟੂ ਸ਼ੋ ਇਟ, ਸ਼ੋ ਹਿਮ ਟੂ ਮੀ, ਹਾਰਡਨਡ ਕ੍ਰਿਮੀਨਲ ਤੋਂ ਸਟੇਟਮੈਂਟ ਲੈ ਕੇ ਮੇਰੇ ਖਿਲਾਫ ਕਹਿੰਦੇ ਜੀ ਇਹਨੇ 2015 ਚ ਖੇਰੇ ਨੇ ਮੈਨੂੰ ਸੋਨੇ ਦਾ ਬਿਸਕੁਟ ਦਿੱਤਾ ਸੀ, ਦੈਟ ਇਜ਼ ਦੀ ਓਨਲੀ ਰਿਕਵਰੀ ਇਨ ਦੀ NDPS ਕੇਸ ਅਗੇਂਸਟ ਮੀ। 15 ਚ ਸੋਨੇ ਦਾ ਬਿਸਕਿਟ ਖਹਿਰੇ ਨੇ ਉਹਨੂੰ ਦਿੱਤਾ ਸੀ। ਜੱਜ ਸਾਹਿਬ ਨੇ ਹਾਈਕੋਰਟ ਨੇ ਬਹਿਸ ਵਿੱਚ ਪੁੱਛਿਆ, ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਖਹਿਰਾ ਜਿਹੜਾ ਵਾ ਉਹ ਤੁਹਾਡੇ ਡਰੱਗ ਕਾਰਟਲ ਤੋਂ, ਤੁਹਾਡੇ ਗੈਂਗ ਤੋਂ ਪੈਸੇ ਕਮਾਉਂਦਾ, ਡਰੱਗ ਮਨੀ ਕਮਾਉਂਦਾ ਵਾ, ਜੇ ਉਹ ਕਮਾਉਂਦਾ ਤੇ ਉਹਨੇ ਫਿਰ ਇਸ ਬੰਦੇ ਨੂੰ ਆਪਣੇ ਘਰ ਬੁਲਾ ਕੇ ਸੋਨੇ ਦਾ ਬਿਸਕਿਟ ਕਿਉਂ ਦਿੱਤਾ ਉਲਟਾ? ਫਿਰ ਤਾਂ ਲੈਣਾ ਚਾਹੀਦਾ ਸੀ ਬਿਸਕੁਟ। ਇਹ ਆਬਜ਼ਰਵੇਸ਼ਨ ਕੋਰਟ ਵਿੱਚ ਆਨਰੇਬਲ ਜੱਜ ਸਾਹਿਬ ਨੇ ਕੀਤੀ ਆ। ਆਹ ਰਿਕਵਰੀ ਮੇਰੇ ਖਿਲਾਫ, ਤੁਹਾਡਾ ਖਿਆਲ ਹੈ ਰਿਕਵਰੀ ਟਿਕ ਜਾਊਗੀ? ਉਸ ਨੂੰ ਮੁੜ ਕੇ ਬਾਅਦ ਵਿੱਚ ਵਹਿਦੇ ਮਾਫ ਗਵਾਹ ਬਣਾ ਲਿਆ ਉਸ ਬੰਦੇ ਨੂੰ ਆਪਣਾ, ਮਤਲਬ 22 ਮੁਕੱਦਮਿਆਂ ਵਾਲੇ ਬੰਦੇ ਨੂੰ ਜਿਹਦੇ ਤੇ 6 ਕਿਲੋ ਹੀਰੋਇਨ ਮਿਲਦੀ ਆ ਮੇਰੇ ਖਿਲਾਫ ਵਰਤ ਕੇ, ਉਸੇ ਦਿਨ ਜਲਦੀ ਦੇ ਨਾਲ ਉਹਨੂੰ ਉੱਥੋਂ ਇਮਿਊਨਿਟੀ ਦਵਾ ਦਿੱਤੀ, ਮਤਲਬ ਕਿ ਉਹਨੂੰ ਇਸ ਮੁਕੱਦਮੇ ਚੋਂ ਪਰੀ ਕਰਾਤਾ। ਅੱਛਾ ਸੁਣੋ, ਹੁਣ ਜਦੋਂ ਮੇਰੇ ਇਹ 2015 ਚ ਇਸ ਬੰਦੇ ਦਾ ਕੱਢਿਆ, ਉਹਨਾਂ ਨੇ ਜਿਮਨੀ ਪਾਈ ਸੀ, ਕੋਈ ਪੁਲਿਸ ਨੇ 2015 ਦੇ ਕੇਸ ਵਿੱਚ ਜਿਮਨੀ ਪਾਈ ਸੀ ਕਿ ਅਸੀਂ 1/2 ਕਿਲੋ ਹੀਰੋਇਨ, ਇਹ ਬੰਦਾ ਕਹਿ ਰਿਹਾ ਕਿ 1/2 ਕਿਲੋ ਹੀਰੋਇਨ ਮੈਂ ਗੁਰਦੇਵ ਸਿੰਘ ਤੋਂ ਲਈ ਸੀ, ਤੇ 15 ਤੋਂ ਲੈ ਕੇ ਤੇ 23 ਤੇ 24 ਤੇ ਪੁਲਿਸ ਨੇ ਉਹਨੂੰ ਅਰੈਸਟ ਕਿਉਂ ਨਹੀਂ ਕੀਤਾ ਇਸ ਕੇਸ ਵਿੱਚ? ਜੇਲ੍ਹ ਵਿੱਚ ਸੀਗਾ, ਭਗੌੜਾ ਵੀ ਨਹੀਂ ਸੀਗਾ, ਜੇਲ੍ਹ ਵਿੱਚ ਸੀਗਾ, ਉਸ ਬੰਦੇ ਨੂੰ ਅਰੈਸਟ ਨਹੀਂ ਕੀਤਾ। ਪਹਿਲਾਂ ਮੈਨੂੰ ਅਰੈਸਟ ਕੀਤਾ, ਫਿਰ ਮੇਰੇ ਨਾਲ ਗੁਨਾਹਗਾਰ ਬਣਾਇਆ, ਫਿਰ ਉਹਦੇ ਕੋਲ ਪੈਸੇ ਦੇ ਕੇ, ਲਾਲਚ ਦੇ ਕੇ, ਝੂਠ ਬੋਲ ਕੇ ਜਿਹਨੇ ਦਵਾਏ ਉਹ ਵੀ ਪਤਾ ਮੈਨੂੰ, ਉਹ ਸਹੀ ਟਾਈਮ ਤੇ ਦੱਸੂਗਾ ਮੈਂ, ਉਹਨੂੰ ਧਮਕਾ ਕੇ, ਲਾਲਚ ਦੇ ਕੇ ਉਹਦੇ ਖਿਲਾਫ, ਮੇਰੇ ਖਿਲਾਫ ਬਿਆਨ ਲੈ ਲਿਆ ਕਿ ਮੈਂ ਸੋਨੇ ਦਾ ਬਿਸਕੁਟ ਜਿਹੜਾ ਖਹਿਰੇ ਨੇ ਮੈਨੂੰ ਦਿੱਤਾ ਸੀਗਾ। ਆਹ ਸਤਿਕਾਰਯੋਗ ਵੀਰੋ, ਭੈਣੋ ਤੇ ਭਰਾਓ ਤੇ ਪੰਜਾਬੀਓ, ਆਹ ਕਹਾਣੀ ਤੁੱਥ ਮੁੱਥ ਕਰਕੇ, 2 ਪਰਚੇ ਕਰਕੇ ਦਰਜ ਮੈਨੂੰ 4 ਮਹੀਨੇ ਦੇ ਕਰੀਬ ਇਹਨਾਂ ਨੇ ਜੇਲ੍ਹ ਵਿੱਚ ਰੱਖਿਆ ਵਾ। ਚਾਹੁੰਦੇ ਤਾਂ ਇਹ ਸੀਗੇ ਕਿ ਇਹਨੂੰ ਮੈਂਟਲੀ ਟੋਰਚਰ ਕਰ ਦਿਓ, ਇਹਨੂੰ ਕਮਜ਼ੋਰ ਕਰ ਦਿਓ, ਇਹ ਲੜ ਨਾ ਸਕੇ, ਕਿਉਂਕਿ ਮੈਂ ਗੱਲ ਕੀ ਕਰ ਰਿਹਾ ਸਰਕਾਰ ਦੇ ਖਿਲਾਫ, ਹੋ ਸਕਦਾ ਮੇਰੀ ਟੋਨ ਟੈਨਰ ਹਾਰਸ਼ ਹੋਵੇ, ਕਿਉਂਕਿ ਮੈਂ ਬੇਸਿਕਲੀ ਅਸੀਂ ਪਿੰਡਾਂ ਚੋਂ ਜੰਮੇ ਹੋਏ ਜੱਟ ਆ, ਜਿੰਨਾ ਮਰਜ਼ੀ ਚੰਗੇ ਥਾਂ ਪੜ੍ਹਾ ਲਓ ਸਾਨੂੰ, ਸਾਡੀ ਜਿਹੜੀ ਬੋਲੀ ਆ ਅਖੀਰ ਜਦੋਂ ਅਸੀਂ ਗੁੱਸੇ 'ਚ ਆਉਂਦੇ ਹਾਂ ਜਾਂ ਸਾਨੂੰ ਦੁੱਖ ਲੱਗਦਾ ਅਸੀਂ ਇੱਦਾਂ ਹੀ ਬੋਲਦੇ ਜਿੱਦਾਂ ਮੈਂ ਬੋਲਿਆ ਹੋਊਂਗਾ ਕਦੀ ਇਹਨਾਂ ਦੇ ਖਿਲਾਫ਼। ਮੈਂ ਮੁੰਡੇ ਕੀ ਚੱਕ ਰਿਹਾ ਸੀ, ਮੈਂ ਪੁੱਛ ਰਿਹਾ ਸੀ ਕਿ ਕਟਾਰੂ ਚੱਕ ਦੇ ਖਿਲਾਫ਼ ਕਿਉਂ ਨਹੀਂ ਐਕਸ਼ਨ ਲੈ ਰਹੇ ਤੁਸੀਂ? ਤੁਸੀਂ ਬੀਬੀ ਮਾਣੂਕੇ ਨੇ NRI ਦੀ ਕੋਠੀ ਤੇ ਕਬਜ਼ਾ ਕੀਤਾ, ਤੁਸੀਂ ਉਹਦੇ ਖਿਲਾਫ਼ ਕਿਉਂ ਨਹੀਂ ਐਕਸ਼ਨ ਲੈ ਰਹੇ? ਤੁਸੀਂ ਜੋ ਡਰੱਗਸ ਦਾ ਵਾਅਦਾ ਕੀਤਾ ਸੀ ਉਹ ਪੂਰਾ ਕਿਉਂ ਨਹੀਂ ਕਰ ਰਹੇ? ਬੇਅਦਬੀਆਂ ਦਾ ਮਸਲਾ ਤੁਸੀਂ ਪੂਰਾ ਕਿਉਂ ਨਹੀਂ ਕਰ ਰਹੇ? ਮੈਂ ਇੱਕ ਬਿੱਲ ਪੇਸ਼ ਕੀਤਾ ਕਿ ਪੰਜਾਬ ਦੇ ਵਿੱਚ ਕੋਈ ਵੀ ਗੈਰ ਪੰਜਾਬੀ ਜਿਹੜਾ ਜ਼ਮੀਨ ਨਾ ਖਰੀਦ ਸਕੇ। ਬਾਜਵਾ ਸਾਹਿਬ ਮੇਰੇ ਨਾਲ ਗਏ ਨੇ ਜਨਵਰੀ 2023 ਦੇ ਵਿੱਚ ਸਪੀਕਰ ਸਾਹਿਬ ਦੇ ਚੈਂਬਰ ਦੇ ਵਿੱਚ, ਹੁਣ ਤਾਂ ਉੱਤਰਾਖੰਡ ਵੀ ਬਣਾਉਣ ਲੱਗਿਆ ਲੋ,
ਗੁਜਰਾਤ ਵਿੱਚ ਲੋ ਆ, ਰਾਜਸਥਾਨ ਵਿੱਚ ਲੋ ਆ, ਹਿਮਾਚਲ ਚ ਲੋ ਆ, ਕੋਈ ਵੀ ਗੈਰ ਬਸ਼ਿੰਦਾ ਉਹਨਾਂ ਦੇ ਸੂਬਿਆਂ ਵਿੱਚ ਜ਼ਮੀਨ ਖਰੀਦ ਕੇ ਵੋਟਰ ਨਹੀਂ ਬਣ ਸਕਦਾ। ਮੈਂ ਕਿਸੇ ਭਾਰਤ ਦੇ ਨਾਗਰਿਕ ਦੇ ਉਲਟ ਨਹੀਂ ਗਾ, ਜੀ ਸੱਦ ਕੇ ਪੰਜਾਬ ਦੇ ਵਿੱਚ ਆਓ, ਪੈਸੇ ਕਮਾਓ, ਜਿੱਦਾਂ ਬਾਕੀ ਸੂਬਿਆਂ ਜਾਂਦੇ ਤੁਸੀਂ, ਵੀ ਹੈਵ ਨੋ ਇਸ਼ੂਜ਼ ਐਟ ਆਲ, ਬਟ ਪਲੀਜ਼ ਮੇਕ ਅ ਲਾਅ। ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਕਿ ਅਸੀਂ ਕਾਨੂੰਨ ਬਣਾਉਣਾ ਕਿ ਨਹੀਂ ਬਣਾਉਣਾ। ਇੱਦਾਂ ਦੇ ਮੈਂ ਮੁੱਦੇ ਹੀ ਚੱਕ ਰਿਹਾ ਸੀਗਾ, ਉਹ ਕਿ ਪਿੰਡਾਂ ਦੇ ਵਿੱਚ ਸਾਦੀ ਜੀ ਗੱਲ ਹੈ, ਜਦੋਂ ਬੰਦੇ ਕੋਲ ਦਲੀਲ ਮੁੱਕ ਜਾਂਦੀ ਹੈ ਫਿਰ ਤੁਹਾਡੇ ਗੱਲ ਪੈਂਦਾ ਉਹ। ਤੇ ਭਗਵੰਤ ਦੇ ਕੋਲ ਅੱਜ ਸਰਕਾਰੀ ਅਮਲਾ ਹੈਗਾ ਵਾ, ਇਹ ਸਾਰੀ ਉਮਰ ਤਾਂ ਰਹਿਣਾ ਨੀਗਾ ਅਮਲਾ, ਸਾਰੀ ਇਹ ਤਾਂ ਹੋਰ 2-2.5 ਸਾਲ ਦੀ ਖੇਡ ਹੈਗੀ ਹੈ। ਸਰਕਾਰੀ ਅਮਲੇ ਦਾ ਦੁਰ ਇਸਤੇਮਾਲ ਕਰਕੇ, ਸਾਜਿਸ਼ ਕਰਕੇ, ਬੰਦਿਆਂ ਨੂੰ ਗੰਢ ਕੇ, ਝੂਠੇ ਬਿਆਨ ਦਵਾ ਕੇ, ਝੂਠੀਆਂ ਰਿਕਵਰੀਆਂ ਦਵਾ ਕੇ, ਝੂਠੇ FIR ਕਰਾ ਕੇ, ਜੋ ਕੁਛ ਇਹਨਾਂ ਨੇ ਕੀਤਾ ਵਾ, ਲੈਟ ਮੀ ਟੈਲ ਯੂ, ਆਈ ਵਿਲ ਨੋਟ ਬੀ ਕਾਲਡ ਡਾਊਨ ਲਾਈਕ ਦਿਸ। ਮੈਨੂੰ ਪਿਆਰ ਨਾਲ ਤਾਂ ਖਰੀਦ ਲੈਂਦਾ ਇਹ, ਮੈਨੂੰ ਪਿਆਰ ਨਾਲ ਕਹਿੰਦਾ ਕਿ ਖਹਿਰਾ ਸਾਹਿਬ ਆਪਾਂ ਇਕੱਠੇ ਰਹੇ ਹਾਂ ਤੇ ਕਿਰਪਾ ਕਰਕੇ ਤੁਸੀਂ ਮੇਰੇ ਨਾਲ ਜਿਹੜਾ ਆਓ ਬੈਠੋ, ਚਾਹ ਦਾ ਕੱਪ ਪੀਓ, ਤੇ ਮੇਰੇ ਖਿਲਾਫ ਜਾਂ ਤੁਸੀਂ ਸਾਡੀ ਸਰਕਾਰ ਦੇ ਖਿਲਾਫ ਅਗਰ ਬੋਲਦੇ ਹੋ ਤਾਂ ਕਿਰਪਾ ਕਰਕੇ ਥੋੜਾ ਠੀਕ ਮੈਂ ਕਢਾ ਦੇਣਾ ਸੀਗਾ, ਕੁਛ ਨਹੀਂ ਹੁੰਦਾ ਪਿਆਰ ਨਾਲ ਤਾਂ ਪੰਜਾਬੀ ਯਾਰ ਮੁੱਲ ਲੈ ਸਕਦੇ ਤੁਸੀਂ ਉਸ ਨੂੰ। ਪਰ ਜੇ ਤੁਸੀਂ ਕਹੋ ਡਰਾ ਕੇ, ਮੁਗਲਾਂ ਨਾਲੋਂ ਜ਼ਿਆਦਾ ਅੱਤਿਆਚਾਰ ਤਾਂ ਸਿੱਖਾਂ ਦੇ ਨਹੀਂ ਨਾ ਕਰ ਸਕਦਾ ਕੋਈ, ਅਬਦਾਲੀ ਤੇ ਦੁਰਾਨੀ ਤੇ ਨਾਦਰ ਸ਼ਾਹ ਤੇ ਜ਼ਕਰੀਆ ਖਾਨ, ਮੀਰ ਮੰਨੂ, ਢੱਲੂ ਘਾਰੇ ਹੋਏ ਬਾਜਵਾ ਸਾਹਿਬ ਦੇ ਹਲਕੇ ਕਾਹਨੂੰ ਅਣ ਛੋਇਆ ਢੱਲੂ ਘਾਰਾ, ਕੀ ਕਹਿੰਦੇ ਸੀਗੇ ਸਿੱਖ ਉਸ ਵੇਲੇ? ਮੁਗਲਾਂ ਦਾ ਗਵਰਨਰ ਸੀ ਪੰਜਾਬ ਦਾ, ਲਾਹੌਰ ਦਾ, ਮੀਰ ਮੰਨੂ, ਬੜਾ ਜ਼ਾਲਮ ਬੰਦਾ ਸੀਗਾ। ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜੋ ਜੋ ਮੰਨੂ ਸਾਨੂੰ ਵੱਢਦਾ ਅਸੀਂ ਦੂਣ ਸਵਾਏ ਹੋਏ। ਇੱਦਾਂ ਮਾਰ ਸਕਦੇ ਯਾਰ ਤੁਸੀਂ ਕਿਸੇ ਨੂੰ? ਜੇਲ੍ਹ ਚ ਰੱਖ ਕੇ, ਬਾਹਾਂ ਮਰੋੜ ਕੇ, ਝੂਠੇ ਪਰਚੇ ਕਰਾ ਕੇ? ਯੂ ਵਾਂਟ ਦੈਟ ਵੀ ਸ਼ੁੱਡ ਬੈਗ ਯੂ, ਯੂ ਸ਼ੁੱਡ ਕਮ ਐਂਡ ਨੀਲ ਡਾਊਨ ਬਿਫੋਰ ਯੂ? ਨੈਵਰ। ਮਰ ਤਾਂ ਸਕਦੇ ਹਾਂ ਅਸੀਂ, ਮਰ, ਪਰ ਇੱਦਾਂ ਮਾਫੀ ਨਹੀਂ ਮੰਗ ਸਕਦੇ। ਬਸ ਆਹੀ ਮੁੱਦੇ ਸੀਗੇ ਤੇ ਆਹੀ ਗੱਲਾਂ ਕਰ ਰਹੇ ਸੀ। ਫਿਰ ਉਹ ਅਕਾਲ ਪੁਰਖ ਬੈਠਾ ਉੱਤੇ, ਕੂੜ ਨੂੰ ਕੁੱਟੇ ਨਾਨਕਾ, ਉੜਖ ਸੱਚ ਰਹੇ, ਟਰੁੱਥ ਵਿਲ ਅਲਟੀਮੇਟਲੀ ਪ੍ਰਿਵੇਲ। ਅੱਜ ਨਹੀਂ ਪ੍ਰਿਵੇਲ ਕਰੂਗਾ, 4 ਦਿਨ ਰੋਕ ਲੂਗਾ, 4 ਮਹੀਨੇ ਰੋਕ ਲੂਗਾ, 1-1.5 ਸਾਲ ਰੋਕ ਲੂਗਾ। ਮੈਂ ਜਾਊਂਗਾ ਸੁਪਰੀਮ ਕੋਰਟ ਦੇ ਵਿੱਚ, ਆਈ ਵਿਲ ਆਸਕ ਫੋਰ ਅ ਸੁਪਰੀਮ CBI ਇਨਕੁਆਇਰੀ, ਆਲਦੋ CBI ਐਟਸੈਟਰਾ ਅੱਜ ਕੱਲ੍ਹ ਸ਼ੱਕ, ਪਰ ਸਾਡੇ ਕੋਲ ਚਾਰਾ ਕੀ ਹੈ? ਮੈਂ ਮੰਗੂਗਾ CBI ਜਾਂਚ ਕੇ ਆ ਦੋਨਾਂ ਪਰਚਿਆਂ ਦੀ CBI ਜਾਂਚ, ਸਾਰੇ ਨੰਗੇ ਹੋ ਜਾਣਗੇ, ਕੱਪੜੇ ਲੱਥ ਜਾਣਗੇ ਇਹਨਾਂ ਦੇ, ਦੇ ਵਿਲ ਹੈਵ ਟੂ ਫੇਸ ਦ ਮਿਊਜ਼ਿਕ। ਔਰ ਮੈਨੂੰ ਕੱਲ੍ਹ ਬੜੀ ਅੱਛੀ ਸਲਾਹ ਦੇ ਕੇ ਗਏ ਨੇ ਸਾਡੇ ਕਾਂਗਰਸ ਦੇ, ਮੈਂ ਨਾਮ ਵੀ ਲੈ ਦਿੰਦਾ, ਕੁਸ਼ਲਦੀਪ ਸਿੰਘ ਕਿੱਕੀ XMLA, ਉਹਦੇ ਨਾਲ ਬਹੁਤ ਜ਼ਿਆਦਤੀ ਹੋਈ ਹੈ। ਕਿੰਨੇ ਕਾਂਗਰਸ ਦੇ ਬੰਦਿਆਂ ਨਾਲ, ਸਾਧੂ ਸਿੰਘ ਨੂੰ ਤੀਜੀ ਵਾਰੀ ਫੜ ਲਿਆ ਵਿਚਾਰੇ ਨੂੰ, ਇੱਕੋ ਕੇਸ ਵਿੱਚ 3rd ਟਾਈਮ। ਕਿੱਕੀ ਮੈਨੂੰ ਕਹਿ ਕੇ ਗਿਆ, ਪ੍ਰਧਾਨ ਜੀ ਬੈਠੇ, ਮੈਂ ਵੀ ਕਹੂੰਗਾ ਇਹਨਾਂ ਨੂੰ, ਸਾਰੇ ਬੈਠੇ ਆ, GP ਵੀ ਸਾਡਾ ਛੋਟਾ ਵੀਰ XMLA ਬੈਠਾ, ਇਹ ਜਿਹੜੇ ਅਫਸਰਸ ਨੇ ਹੂ ਆਰ ਬੀਇੰਗ ਐਕਟਿੰਗ ਲਾਈਕ ਪੇਡ ਮਰਸਨਰੀਜ਼, ਆਈ ਯੂਜ਼ ਦ ਵਰਡ, ਦੇ ਆਰ ਐਕਟਿੰਗ ਲਾਈਕ ਪੇਡ ਮਰਸਨਰੀਜ਼ ਫੋਰ ਛੋਟੀਆਂ ਮੋਟੀਆਂ ਟ੍ਰਾਂਸਫਰਸ ਕਰਾਉਣ ਵਾਸਤੇ ਯਾਰ, ਥੋੜੇ ਜਿਹੇ ਪੈਸੇ ਪੂਸੇ ਕਮਾਉਣ ਵਾਸਤੇ ਤੁਸੀਂ ਯਾਰ ਇੰਨਾ ਥੱਲੇ ਲੱਗ ਰਹੇ ਹੋ। IPS ਹੋ ਕੇ ਯੂ ਆਰ ਥਰੋਇੰਗ ਦ ਕੋਨਸਟੀਟਿਊਸ਼ਨ, ਟੇਅਰਿੰਗ ਇਟ ਅਪਾਰਟ, ਯੂ ਆਰ ਮਰਡਰਿੰਗ ਸੰਬਡੀਜ਼ ਇੰਡੀਪੈਂਡੈਂਸ, ਯੂ ਆਰ ਸਨੈਚਿੰਗ ਸੰਬਡੀਜ਼ ਲਿਬਰਟੀ। ਇੰਨਾ ਬੱਤ ਗਿਰੋ ਥੱਲੇ, ਥੋੜੀ ਆਪਣੀ ਇੱਜ਼ਤ ਰੱਖੋ, ਬਹਾਲ ਰੱਖੋ। ਪ੍ਰਧਾਨ ਜੀ ਨੂੰ ਮੈਂ ਕਹੂੰਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਵਿਲ ਟਰਾਈ, ਆਫਕੋਰਸ ਕਰਨਾ ਤਾਂ ਪਾਰਟੀ ਦੀ ਸਹਿਮਤੀ ਨਾਲ, ਮਰਜ਼ੀ ਨਾਲ ਆ, ਕਾਂਗਰਸ ਭਵਨ ਦੇ ਬਾਹਰ ਇੱਕ ਬੋਰਡ ਲਾਉਣਾ, ਅਸੀਂ ਲਾਉਣਾ ਚਾਹੁੰਦੇ ਹਾਂ। ਔਰ ਜਿਹੜੇ ਅਫਸਰ ਇੱਦਾਂ ਬਦਲਾਖੋਰੀ ਕਰ ਰਹੇ ਨੇ, ਸੰਵਿਧਾਨ ਨੂੰ ਛਿੱਕੇ ਤੇ ਟੰਗ ਰਹੇ ਨੇ, ਉਹਨਾਂ ਦੇ ਨਾਮ ਬੋਰਡ ਹੋਊਗਾ ਕਾਲੇ ਰੰਗ ਦਾ, ਤੇ ਨਾਮ ਲਿਖਾਂਗੇ ਲਾਲ ਰੰਗ ਨਾਲ, ਤਾਂ ਕਿ ਆਉਣ ਵਾਲੇ ਸਮੇਂ ਚ ਕੱਲ ਨੂੰ ਸਾਡੀ ਸਰਕਾਰ ਬਣਨੀ ਆ,
ਇਹ ਨਾ ਹੋਵੇ ਕਿ ਮਾਲਵੇ ਵਾਲਾ ਧੱਕਾ ਕਰਕੇ ਮਾਝੇ ਵਾਲੇ ਲੀਡਰ ਤੋਂ ਫਾਇਦਾ ਲੈ ਜੇ ਤੇ ਮਾਝੇ ਵਾਲਾ ਅਫਸਰ ਧੱਕਾ ਕਰਕੇ ਦੁਆਬੇ ਵਾਲੇ ਲੀਡਰ ਦੇ ਪੈਸੇ ਦੇ ਕੇ ਇਲੈਕਸ਼ਨਾਂ ਦੇ ਵਿੱਚ ਕੋਈ ਮਾੜਾ ਮੋਟਾ ਡੋਨੇਸ਼ਨ ਕਰਕੇ ਉਹ ਤੋਂ ਫਾਇਦਾ ਲੈ ਜੇ। ਨਹੀਂ, ਉਹ ਜਿਹੜਾ ਬੋਰਡ ਹੋਵੇਗਾ, ਡੈਰੀ ਡੂਰੀ ਨਹੀਂ ਬੋਰਡ, ਕਿਉਂਕਿ ਉਹ ਪੜ੍ਹਨ ਆਣ ਕੇ ਮੀਡੀਆ ਦੇਖੇ ਆਣ ਕੇ ਬਾਅਦ ਘੱਟੋ ਘੱਟ ਬੇਅਰ ਮਿਨੀਮਮ ਰਿਅਲਿਸਟਿਕਲੀ ਜਿਹੜੇ ਅਫਸਰਾਂ ਨੇ ਸਾਡੇ ਕੇਡਰ ਨਾਲ, ਲੀਡਰਾਂ ਨਾਲ, ਵਰਕਰਾਂ ਨਾਲ ਜਬਰ, ਜ਼ੁਲਮ, ਧੱਕਾ, ਉਹਨਾਂ ਦੇ ਨਾਮ ਉੱਥੇ ਲਿਖੇ ਜਾਣਗੇ। ਫਿਰ ਆਈ ਐਮ ਨੋਟ ਟ੍ਰਾਇੰਗ ਟੂ ਇੰਟੀਮੀਡੇਟ ਐਨੀਬਡੀ, ਨੋ, ਮੈਂ ਕਿਸੇ ਨੂੰ ਥ੍ਰੈਟਨ ਨਹੀਂ ਕਰ ਰਿਹਾ, ਪਰ ਜਿਹੜਾ ਬਾਬਾ ਸਾਹਿਬ ਅੰਬੇਦਕਰ ਦੀ ਤੇ ਭਗਤ ਸਿੰਘ ਦੀ ਫੋਟੋ ਲਾਈ ਭਗਵੰਤ ਨੇ ਪਿੱਛੇ, ਪਹਿਲਾਂ ਤਾਂ ਲਾ ਦੇਣੀਆਂ ਚਾਹੀਦੀਆਂ। ਦੇਰ ਇਜ਼ ਨੋ ਪੁਆਇੰਟ, ਸਿਰਫ ਫੋਟੋਆਂ ਇਸ ਕਰਕੇ ਕਿ ਤਸਵੀਰ ਦੇ ਖਾਤਰ ਟੰਗੀਆਂ ਨੇ, ਦੇਰ ਇਜ਼ ਨੋ ਪੁਆਇੰਟ ਹੈਂਗਿੰਗ ਪਿਕਚਰਸ ਲਾਈਕ ਦਿਸ। ਤੁਸੀਂ ਜਦ ਉਹਨਾਂ ਦੇ ਆਈਡੀਓਲੋਜੀ ਤੇ ਕੰਮ ਹੀ ਨਹੀਂ ਕਰ ਰਹੇ, ਭਗਤ ਸਿੰਘ ਹੁੰਦਾ ਤੇ ਉਹ ਕਰਦਾ ਪਰਚੇ ਠਹਿਰੇ ਤੇ ਦਰਜ, ਉਹ ਝੂਠੇ NSA ਲਾ ਕੇ ਸਾਡੇ ਨੌਜਵਾਨਾਂ ਨੂੰ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਭੇਜਦਾ ਭਗਤ ਸਿੰਘ, ਉਹ ਯੁਆਪਾ ਦੇ ਵਰਗੇ ਸੀਰੀਅਸ ਕੇਸਿਸ ਲਾਜ਼ ਬਣਾਉਂਦਾ ਭਗਤ ਸਿੰਘ, ਨਹੀਂ ਲਾਉਂਦਾ। ਤੇ ਫਿਰ ਫਾਇਦਾ ਕੀ, ਤੁਸੀਂ ਨਾਮ ਉਹਨਾਂ ਦਾ ਵਰਤਦੇ ਹੋ, ਬਾਬਾ ਸਾਹਿਬ ਅੰਬੇਦਕਰ ਦਾ ਸੰਵਿਧਾਨ ਤੇ ਸੰਵਿਧਾਨ ਨੂੰ ਤੁਸੀਂ ਰੋਜ਼ ਛਿੱਕੇ ਤੇ ਟੰਗਦੇ ਹੋ। ਉਹਨਾਂ ਭਗਵੰਤ ਨੂੰ ਕਹਿਣਾ ਚਾਹੁੰਦਾ ਕਿ ਯੂ ਹੈਵ ਨੋ ਓਪੀਨੀਅਨ, ਯੂ ਆਰ ਅ ਸਿੱਖ ਚੀਫ ਮਿਨਿਸਟਰ, ਪੰਜਾਬ ਦਾ ਸਿੱਖ ਚੀਫ ਮਿਨਿਸਟਰ ਆ, ਸਾਡੇ ਕੌਮ ਦੇ ਕੁਝ ਬੰਦਿਆਂ ਤੇ ਬਾਹਰ ਵਿਦੇਸ਼ਾਂ ਵਿੱਚ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਦੇ ਉਹਨਾਂ ਵਿਕਟਿਮ ਹੋਏ ਨੇ, ਮਾਰੇ ਗਏ ਕੈਨੇਡਾ ਦੇ ਵਿੱਚ ਬੰਦੇ, ਥ੍ਰੈਟਸ ਵੀਲਡ ਆਊਟ ਹੋ ਰਹੀਆਂ ਅਮਰੀਕਾ ਦੇ ਵਿੱਚ। ਮੈਂ ਕਿਸੇ ਦਾ ਸਪੋਰਟਰ ਨਹੀਂ ਗਾ, ਲੈਟ ਮੀ ਕੈਟਾਗੋਰੀਕਲੀ ਸੇ, ਸਮਟਾਈਮਸ ਵਨ ਕੈਨ ਟਵਿਸਟ ਦ ਸਟੇਟਮੈਂਟ, ਨੋ, ਬਟ ਇੱਕ ਪੰਜਾਬ ਦਾ ਮੁੱਖ ਮੰਤਰੀ ਹੋਵੇ, ਚਲੋ ਅਸੀਂ ਬੋਲੀਏ ਨਾ ਬੋਲੀਏ, ਪੰਜਾਬ ਦੇ ਮੁੱਖ ਮੰਤਰੀ ਦਾ ਕੋਈ ਓਪੀਨੀਅਨ ਹੀ ਹੈ ਨੀ ਗਾ ਕਿ ਦੇਸ਼ ਦੀਆਂ ਏਜੰਸੀਆਂ ਉਧਰ ਵਿਦੇਸ਼ਾਂ ਵਿੱਚ ਜਾ ਕੇ ਸਿੱਖਾਂ ਨੂੰ ਟਾਰਗੇਟ ਕਰਕੇ ਉਹਨਾਂ ਨੂੰ ਐਲੀਮੀਨੇਟ ਕਰ ਰਹੀ ਹੈ, ਕੋਈ ਓਪੀਨੀਅਨ ਹੀ ਨਾ, ਨਾ ਹੱਕ ਚ ਨਾ ਉਲਟ, ਕਿੱਦਾਂ ਦਾ ਮੁੱਖ ਮੰਤਰੀ ਅਸੀਂ ਚੁਣ ਕੇ ਬਿਠਾ ਦਿੱਤਾ ਵਾ। ਔਰ ਮੈਨੂੰ ਤਾਂ ਹੁਣ ਸ਼ੱਕ ਪੈਂਦਾ ਕਿ ਦੀਪ ਸਿੱਧੂ ਦਾ ਜਿਹੜਾ ਹੋਇਆ ਐਕਸੀਡੈਂਟ, ਇਟ ਮੇ ਨਾਟ ਬੀ ਐਨ ਐਕਸੀਡੈਂਟ, ਇਟ ਮੇ ਆਲਸੋ ਬੀ ਅ ਮਰਡਰ, ਵਾਟ ਇਜ਼ ਹੈਪਨਿੰਗ ਆਲ ਅਰਾਊਂਡ ਅਸ। ਆਹ ਸਾਡੇ ਪੰਜਾਬ ਦੀ ਇਸ ਵਕਤ ਦੀ ਮੈਂ ਜਿਹੜੀ ਤਸਵੀਰ ਦੇਖ ਰਿਹਾ ਸੀਗਾ, ਮੈਂ ਤਾਂ ਤੁਹਾਨੂੰ ਸਿਰਫ ਇਸ ਲਈ ਸੱਦਾ ਦਿੱਤਾ ਕਿ ਤੁਹਾਡੇ ਜ਼ਰੀਏ ਮੈਂ ਆਪਣੀ ਗੱਲ ਪਹੁੰਚਾ ਸਕਾਂ। ਮੇਰੀ ਤਕਦੀਰ ਵਿੱਚ ਲਿਖਿਆ ਜੋ ਇੱਥੇ ਮੱਥੇ ਤੇ ਲਿਖਿਆ ਉਹ ਮੈਂ ਭੁਗਤੂੰਗਾ, ਨੋ ਪ੍ਰੋਬਲਮ। ਮੈਂ ਜੇਲ੍ਹ 'ਚ ਰਿਹਾ, ਜੇਲ੍ਹ ਮੈਂ ਜਿੱਦਾਂ ਕਿਹਾ ਵਾ ਕਿ ਜੇਲ੍ਹ ਅਕਸਰ ਬੰਦੇ ਹੀ ਜਾਂਦੇ ਨੇ ਨਾ, ਮੈਂ ਜੇਲ੍ਹ ਵਿੱਚ ਇਹਨਾਂ ਨੇ ਸਮਝਿਆ ਕਿ ਮੈਨੂੰ ਮਾਨਸਿਕ ਤੌਰ ਦੇ ਉੱਤੇ ਡਿਸਟਰੋਏ ਕਰਨਗੇ ਨਾ, ਦੈਟ ਇਜ਼ ਦ ਪਰਪਸ ਆਫ ਮੇਕਿੰਗ ਫਾਲਸ ਕੇਸਿਸ ਅਗੇਂਸਟ ਯੂ। ਪਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੈਨੂੰ ਬਹੁਤ, ਮੈਂ ਮੈਂਟਲੀ ਸਟਰੋਂਗ ਹੋ ਕੇ ਨਿਕਲਿਆ, ਮੈਂ ਬਹੁਤ ਅੱਛੇ ਤਰੀਕੇ ਨਾਲ ਸੋਚਿਆ। ਮੈਂ ਸੋਚਿਆ ਪਹਿਲਾਂ ਜਦੋਂ ਗਏ ਤਾਂ ਹਰ ਇੱਕ ਨੂੰ ਮਾੜਾ ਲੱਗਦਾ ਕਿ ਮੈਨੂੰ ਯਾਰ ਮੈਂ ਨਿਰਦੋਸ਼ ਹਾਂ, ਮੈਨੂੰ ਬੇਗਨਾ ਮੁਕੱਦਮੇ ਵਿੱਚ ਫਸਾ ਦਿੱਤਾ ਯਾਰ। ਫਿਰ ਮੈਂ ਸੋਚਿਆ ਕਿ ਤੂੰ ਚੀਜ਼ ਕੀ ਆ, ਲੁੱਕ ਅਰਾਊਂਡ ਐਂਡ ਸੀ ਇਮਰਾਨ ਖਾਨ, ਫਾਰਮਰ ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ, ਉਹਦੇ ਤੇ ਕਿੰਨੇ ਸੰਗੀਨ ਕੇਸਿਸ, ਲਾਈਫ ਸੈਂਟੈਂਸ ਦਿੱਤੀ ਆ। ਉਹਦੇ ਨਾਲ ਮਿਸਟਰ ਖੁਰੇਸ਼ੀ, ਉਹਦੇ ਫਾਰਮਰ ਮਿਨਿਸਟਰ ਸੀਗੇ ਪਾਕਿਸਤਾਨ ਦੇ, ਉਹ ਨਿਕਲਦਾ ਬਾਹਰ ਜੇਲ੍ਹ ਚੋਂ, ਸੁਪਰੀਮ ਕੋਰਟ ਨੇ ਬੇਲ ਦਿੱਤੀ, ਉੱਥੇ ਚੱਕ ਲਿਆ ਉਹਨੂੰ। ਐਗਜੈਕਟਲੀ ਭਗਵੰਤ ਤੁਸੀਂ ਇਹੀ ਕਰ ਰਹੇ ਹੋ, ਪਾਕਿਸਤਾਨ ਦੀ ਡੈਮੋਕ੍ਰੇਸੀ ਜਿਹੜੀ ਕਹਿਣ ਨੂੰ ਡੈਮੋਕ੍ਰੇਸੀ ਆ, ਕੰਟਰੋਲਡ ਬਾਈ ਦੀ ਆਰਮੀ ਆ, ਉਹਨਾਂ ਤੱਕਾ ਤੁਸੀਂ ਕਰ ਰਹੇ। ਫਿਰ ਮੈਂ ਆਪਣੇ ਪਿਤਾ ਜੀ ਵੱਲ ਤੱਕ ਨਿਗਾਹ ਮਾਰੀ, ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਅੱਜ ਨਹੀਂ ਗਏ, ਉਹਨਾਂ ਨੂੰ ਕਈ ਵਾਰ ਨੈਸ਼ਨਲ ਸਿਕਿਉਰਿਟੀ ਐਕਟ NSA ਤਹਿਤ ਉਹਨਾਂ ਨੂੰ ਡਿਟੇਨ ਕੀਤਾ। ਤ੍ਰਿਪੁਰਾ ਦੀ ਜੇਲ੍ਹ ਵਿੱਚ 365 ਦਿਨ ਅਗਰਤਲਾ ਵਿੱਚ ਕੱਟੇ ਉਹਨਾਂ ਨੇ, ਸਾਰੀਆਂ ਜੇਲ੍ਹਾਂ, ਤਿਹਾੜ ਜੇਲ੍ਹ ਸਮੇਤ ਇੱਧਰੋਂ ਹਜ਼ਾਰੀਬਾਗ ਬਿਹਾਰ ਤੇ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ 'ਚ ਡੇਢ ਸਾਲ ਇਕੱਠੇ ਹੀ ਤੌੜਾ ਸਾਹਿਬ ਦੇ ਨਾਲ ਉਹਨਾਂ ਨੇ ਮੀਸਾ ਦੇ ਵਿੱਚ ਐਮਰਜੈਂਸੀ ਪੂਰੇ 19 ਮਹੀਨੇ ਕੱਟੇ। ਮੈਂ ਕਿਹਾ ਯਾਰ ਜੇ 19 ਮਹੀਨੇ ਕੱਟ ਸਕਦਾ ਤੇਰਾ ਪਿਓ ਤੇ ਤੂੰ ਮਰ ਚੱਲਣਾ ਵਾ, ਜੇ 2, 4, 6, 8, 10 ਮਹੀਨੇ ਤੂੰ ਕੱਟ ਲਏਗਾ ਤਾਂ ਕੋਈ ਪ੍ਰਵਾਹ ਨਹੀਂ। ਐਂਡ ਆਈ ਰਿਪੀਟ, NSA ਲਾ ਕੇ ਉਹ ਆਸਾਮ 'ਚ ਭੇਜੇ ਸਾਡੇ ਨੌਜਵਾਨ ਯਾਰ, ਉਹ ਵੀ ਕੱਟ ਰਹੇ ਨੇ ਨਾ ਸਾਲ ਦੇ,
ਕਿੱਡਾ ਕੁ ਗੁਨਾਹ ਵਾ ਜਿਹੜਾ ਗੁਨਾਹ ਅਸੀਂ ਦਿੰਦੇ ਉਹਨੂੰ ਸਜ਼ਾ ਅਜਨਾਲੇ ਥਾਣੇ ਨੂੰ ਭੰਨਣ ਦੀ 307 ਜੋ ਮਰਜ਼ੀ ਲਾ ਦਿੰਦੇ, ਹੂ ਗੇਵ ਯੂ ਦੀ ਅਥਾਰਿਟੀ ਟੂ ਯੂ ਨੋ ਇੰਪੋਜ਼ ਐਨਐਸਏ ਡਰੈਕੋਨੀਅਨ ਲਾਅ? ਕੀ ਭਗਤ ਸਿੰਘ ਅਗਰ ਹੁੰਦਾ ਤਾਂ ਐਨਐਸਏ ਲਾਉਂਦਾ? ਝੂਠੇ ਪੁਲਿਸ ਮੁਕਾਬਲੇ ਹੋ ਰਹੇ ਨੇ, ਹਾਹਾਕਾਰ ਮੱਚੀ ਹੋਈ ਆ, ਇੱਕੋ ਸਟੋਰੀ ਆ, ਉਧਰੋਂ ਆ ਰਹੇ ਸੀ, ਪੁਲਿਸ ਦਾ ਨਾਕਾ ਸੀਗਾ, ਉਹਨਾਂ ਨੇ ਐਂ ਗੋਲੀ ਚਲਾਈ, ਅਸੀਂ ਗੋਲੀਆਂ ਚਲਾਈਆਂ, ਉਹ ਮਰ ਗਏ। ਇਹ ਪੰਜਾਬ ਦੇ ਵਿੱਚ ਭਗਤ ਸਿੰਘ ਦੀ ਸਟੋਰੀ ਹੈ ਯਾਰ? ਕੀ ਇਹ ਪੰਜਾਬ ਦੇ ਵਿੱਚ ਬਾਬਾ ਸਾਹਿਬ ਅੰਬੇਦਕਰ ਦੀ ਸਟੋਰੀ ਹੈ? ਇਹਨਾਂ ਸਭ ਕੁਝ ਹੋਣ ਦੇ ਬਾਅਦ ਮੈਂ ਜਦੋਂ ਸਾਰਾ ਹੋਰ ਪੜਿਆ, ਆਈ ਰੀਡ ਦੀ ਕੈਰੇਕਟਰ ਆਫ ਨੈਲਸਨ ਮੰਡੇਲਾ। 27 ਸਾਲ ਹੀ ਵਾਜ਼ ਕੈਪਟ ਇਨ ਸੋਲਿਟਰੀ ਕਨਫਾਈਨਮੈਂਟ, ਤਾਂ ਕੁਛ ਵੀ ਨਹੀਂ ਸੀ, ਚਲੋ ਛੱਡ ਦਿਓ ਮੇਰੀ ਕਹਾਣੀ ਦਾ। ਰੋਬਿਨ ਆਈਲੈਂਡ ਸੀਗੇ, ਕੇਪ ਟਾਊਨ ਦੇ ਬਾਹਰਲੇ ਪਾਸੇ ਇੱਕ ਜਜ਼ੀਰਾ ਵਾ, ਜਿਹੜੀ ਐਲਕੇਟ੍ਰਸ ਜੇਲ ਹੈਗੀ ਆ ਸੈਨ ਫਰਾਂਸਿਸਕੋ ਅਮਰੀਕਾ ਦੀ, ਸਭ ਤੋਂ ਜ਼ਿਆਦਾ ਖਤਰਨਾਕ ਜੇਲ ਹੈ ਦੁਨੀਆ ਦੀ, ਬਿਲਕੁਲ ਉਹਦੀ ਤਰਜ਼ ਦੇ ਉੱਤੇ ਸਾਊਥ ਅਫਰੀਕਾ ਦੀ ਉਸ ਵਕਤ ਦੀ ਰੇਸਿਸਟ ਵਾਈਟ ਗਵਰਨਮੈਂਟ ਨੇ, ਮਿਸਟਰ ਕਲਾਰਕ ਸੀਗੇ ਉਹਦੇ ਪ੍ਰਾਈਮ ਮਿਨਿਸਟਰ, ਉਹਨਾਂ ਨੇ ਬਣਾਈ ਸੀ, ਉੱਥੇ ਰੱਖਿਆ ਉਹਨੂੰ, ਪਹਿਲਾਂ ਬੂਥਾ ਸੀ। 27 ਸਾਲ ਯਾਰ, ਜਸਟ ਇਮੈਜਿਨ, 6 ਫੁੱਟ ਬਾਏ 6 ਫੁੱਟ ਦੇ ਸੈੱਲ ਵਿੱਚ ਮੰਡੇਲੇ ਨੂੰ ਕਈ ਸਾਲ ਕੱਟਣੇ ਪਏ, 6 ਫੁੱਟ ਬਾਏ 6 ਫੁੱਟ ਦੇ ਸੈੱਲ ਵਿੱਚ ਕੰਮ ਕਰਾਉਂਦੇ ਸੀ ਉਹਦੇ ਲੇਬਰ, 27 ਸਾਲ ਉਹਨੇ ਜੇਲ੍ਹ ਕੱਟੀ। ਫਿਰ ਉਹਦੀ ਕਿਤਾਬ ਦਾ ਅਖੀਰ ਲੰਜ ਚੋੜ ਦੱਸਣ ਲੱਗਿਆ, ਫਿਰ ਮੈਂ ਵਾਇੰਡ ਅਪ ਕਰਨ ਲੱਗਿਆ। ਗੁੱਸਾ ਮੈਨੂੰ ਬਹੁਤ ਆਇਆ ਜੇਲ੍ਹ ਵਿੱਚ, ਬੜਾ ਬੜਾ ਦੁੱਖ ਲੱਗਿਆ ਗਿਆ, ਬਿਲਕੁਲ ਹੀ ਬੇਗਨਾ, ਤੇ ਦੇਖੋ ਕਿਹੋ ਜਿਹੇ ਕੇਸ ਬਦਨਾਮ ਕਰਦੇ ਨੇ, ਡਰੱਗ ਫਲਾਨਾ, ਕੋਈ ਬਾਹਰ ਪਤਾ ਨੀ, ਕੇਜਰੀਵਾਲ ਆਣ ਕੇ ਕਹਿ ਰਿਹਾ ਸਮਗਲਰ ਪਕੜ ਲਿਆ ਹਮਨੇ, ਯਾਰ ਸਮਗਲਰ ਲੱਗਦਾ ਤੁਹਾਨੂੰ ਮੈਂ? ਆ ਮੇਰਾ ਬੇਟਾ ਖੜਾ ਸੀ, ਕਿੱਥੇ ਅਮਿਤਾਬ, ਤੁਹਾਨੂੰ ਸਮਗਲਰ ਲੱਗਦੇ ਅਸੀਂ ਯਾਰ ਲੋਕਾਂ ਨੂੰ? ਮੈਨੂੰ 3 ਵਾਰ MLA ਬਣਾਇਆ ਲੋਕਾਂ ਨੇ, ਮੈਨੂੰ ਲੀਡਰ ਆਫ ਓਪੋਜੀਸ਼ਨ ਬਣਾਇਆ ਲੋਕਾਂ ਨੇ, ਅਸੀਂ ਸਮਗਲਰ ਲੱਗਦੇ ਯਾਰ? ਸਟੇਜਾਂ ਤੋਂ ਕੇਜਰੀਵਾਲ ਵਰਗਾ ਆਦਮੀ ਮੈਨੂੰ ਕਹੇ ਕਿ ਹਮਨੇ ਇੱਕ ਬਹੁਤ ਬੜਾ ਸਮਗਲਰ ਪਕੜ ਲਿਆ ਹੈ, ਉਹਨੂੰ ਸ਼ਰਮ ਆਉਣੀ ਚਾਹੀਦੀ ਸੀ ਗੱਲ ਕਰਨ ਤੋਂ ਪਹਿਲਾਂ। ਆਈ ਵਾਸ ਹਿਸ ਲੀਡਰ ਆਫ ਓਪੋਜੀਸ਼ਨ, ਹੀ ਅਪੁਆਇੰਟਡ ਮੀ ਲੀਡਰ ਆਫ ਓਪੋਜੀਸ਼ਨ, ਐਂਡ ਜਿਹੜਾ ਕੇਸ ਮੈਂ ਅੱਜ ਭੁਗਤ ਰਿਹਾ ਇਹ ਉਸੇ ਕਰਕੇ, ਕਿਉਂਕਿ ਮੈਂ ਤਗੜੇ ਹੋ ਕੇ ਲੜਾਈ ਦਿੱਤੀ ਬਤੌਰ ਲੀਡਰ ਆਫ ਓਪੋਜੀਸ਼ਨ, ਤੇ ਸਾਨੂੰ ਸਮਗਲਰ ਬਣਾ ਦਿੱਤਾ ਯਾਰ। ਜੋ ਕੁਛ ਮੈਂ ਮੰਡੇਲਾ ਦਾ ਲਾਸਟ ਕੋਰਟ ਤੇ ਆਉਣ ਲੱਗਿਆ, ਜੋ ਕੁਛ ਕੇਜਰੀਵਾਲ ਸਾਹਿਬ ਤੁਸੀਂ ਕਹਿ ਰਹੇ ਨਾ ਕਿ ਮੋਦੀ ਸਾਡਾ ਧੱਕਾ ਕਰ ਰਿਹਾ, ED CBI ਇਨਕਮ ਟੈਕਸ ਕਰ ਰਿਹਾ, ਮੈਂ ਕਹਿ ਰਿਹਾ ਕਰ ਰਿਹਾ, ਪਰ ਤੁਸੀਂ ਪੰਜਾਬ ਦੇ ਵਿੱਚ ਘੱਟ ਕਿੱਥੇ ਕਰ ਰਹੇ ਹੋ? ਉਹੀ ਤੰਤਰ ਤੁਸੀਂ ਪੰਜਾਬ ਦੀ ਪੁਲਿਸ ਤੇ ਵਿਜੀਲੈਂਸ ਤੋਂ ਤੁਸੀਂ ਚੱਕ ਚੱਕ ਕੇ ਆਪਣੇ ਓਪੋਨੈਂਟਸ ਨੂੰ ਚੁਣ ਚੁਣ ਕੇ, ਤੁਹਾਡੇ ਬੰਦੇ ਦੇ ਖਿਲਾਫ ਕਿਸੇ ਦੇ ਖਿਲਾਫ ਕੋਈ ਇਨਕੁਆਇਰੀ ਨਹੀਂ, ਸਭ ਲੁੱਟ ਰਹੇ ਨੇ, ਰੇਤਾ ਤੋਂ ਬਜਰੀ ਤੋਂ ਕੇਬਲ ਤੋਂ, ਕੇਬਲ ਦਾ ਆਡੀਓ ਆ ਗਈ MLA ਦੀ ਕਿ ਸਾਡਾ ਵਪਾਰ ਖੋਲ ਰਿਹਾ, ਹਾਈਕੋਰਟ ਇੰਟਰਵਿਨ ਕਰਤਾ ਵਾ ਫਾਸਟ ਵੇ ਵਾਲੇ ਕੇਸ ਦੇ ਵਿੱਚ, ਕੋਈ ਪੁਲਿਸ ਦੀ ਇਨਕੁਆਇਰੀ ਤੁਹਾਡੇ MLA ਦੇ ਖਿਲਾਫ ਨਹੀਂ, ਸਿਰਫ ਓਪੋਨੈਂਟ ਦੇ ਖਿਲਾਫ, ਤੇ ਫਿਰ ਤੁਹਾਡੇ ਤੇ BJP ਦੀ ਸਰਕਾਰ ਵਿੱਚ ਕੀ ਫਰਕ ਹੈ? ਤੁਸੀਂ ਮੀਡੀਆ ਉਹਨਾਂ ਨੂੰ ਕਹਿੰਦੇ ਜੀ ਉਸਨੇ KG ਮੀਡੀਆ ਬਣਾ ਦਿਆ ਹੈ, ਤੋ ਯਹਾਂ ਕਿਆ ਕਰ ਰਹੇ ਹੋ ਭਾਈ ਸਾਹਿਬ? ਇਟ ਇਜ਼ ਦ ਸੇਮ, ਦੀ ਇੰਟਾਇਰ BJP ਮਾਡਲ ਹੈਜ਼ ਬੀਨ ਇੰਪਲੀਮੈਂਟਡ ਇਨ ਲੈਟਰ ਐਂਡ ਸਪਿਰਿਟ ਇਨ ਪੰਜਾਬ। ਅਗਲੀ ਗੱਲ ਸੁਣੋ, ਸਾਨੂੰ ਤਾਂ ਸਮਗਲਰ ਕਹਿੰਦੇ ਨੇ, ਅਸੀਂ ਤਾਂ ਫਿਰ ਵੀ ਚਲੋ ਜਮਾਨਤਾਂ ਤੇ 3-3.5-4 ਮਹੀਨਿਆਂ 'ਚ ਬਾਹਰ ਆ ਗਿਆ, ਇਹਨਾਂ ਦੇ ਤਾਂ ਲੀਡਰ ਸਾਲ ਦੇ ਬੇਲਸ ਡਿਨਾਈ ਕੀਤੀਆਂ ਸੁਪਰੀਮ ਕੋਰਟ ਆਫ ਇੰਡੀਆ ਨੇ। ਮਨੀਸ਼ ਸਿਸੋਡੀਆ ਇਜ਼ ਮੋਰ ਦੈਨ 1 ਈਅਰ ਇਨ ਸਾਈਟ, ਸਤਿੰਦਰ ਜੈਨ ਮੋਰ ਦੇਅਰ 1 ਈਅਰ ਇਨ ਸਾਈਟ, ਸੁਪਰੀਮ ਕੋਰਟ ਨੇ ਬੇਲ ਨਹੀਂ ਗ੍ਰਾਂਟ ਕੀਤੀ। ਕੇਜਰੀਵਾਲ ਕਹੀ ਜਾਂਦਾ ਹਮ ਤੋ ਕੱਟੜ ਮਾਨਤਾ, ਦੈਟ ਮੀਨਸ ਕੇਜਰੀਵਾਲ ਆਪਣੇ ਆਪ ਨੂੰ ਸੁਪਰੀਮ ਕੋਰਟ ਤੋਂ ਉੱਤੇ ਸਮਝਦਾ ਵਾ? ਕੇਜਰੀਵਾਲ ਨੂੰ ਸੁਪਰੀਮ ਕੋਰਟ ਦੀਆਂ ਆਬਜ਼ਰਵੇਸ਼ਨ, ਬੇਲ ਡਿਨਾਇਲ ਦਾ ਕੋਈ ਅਸਰ ਨਹੀਂ ਗਾ? ਹੀ ਹੈਜ਼ ਨੋ ਵੈਲਿਊ ਫੋਰ ਦ ਜੁਡੀਸ਼ਰੀ ਆਫ ਦਿਸ ਕੰਟਰੀ, ਹੀ ਫੀਲਸ ਕਿ ਸਿਸੋਡੀਆ ਤੇ ਸਤਿੰਦਰ ਜੈਨ ਇਮਾਨਦਾਰ ਹੈ, ਸੁਪਰੀਮ ਕੋਰਟ ਬੇਈਮਾਨ ਹੈ, ਦੈਟਸ ਵਾਟ ਹੀ ਵਾਂਟਸ ਟੂ ਸੇ ਐਕਚੁਅਲੀ। ਤੇ ਇੱਧਰ ਸਾਨੂੰ ਕਹੀ ਜਾਂਦੇ ਕਿ ਜੇ ਬੜੇ ਬੇਈਮਾਨ ਹੈ, ਹਮ ਤੋ ਕੱਟੜ ਇਮਾਨਦਾਰ ਹੈ, ਸੁਪਰੀਮ ਕੋਰਟ ਨੇ ਬੇਲਾਂ ਡਿਨਾਈ ਕੀਤੀਆਂ ਸਾਲ ਸਾਲ ਦੇ ਅੰਦਰ ਨੇ, ਐਕਸਾਈਜ਼ ਦੀ ਪਾਲਿਸੀ ਆ ਉਹੀ ਪਾਲਿਸੀ ਪੰਜਾਬ ਦੇ ਵਿੱਚ, ਸੁਪਰੀਮ ਕੋਰਟ ਨੇ ਇੱਥੋਂ ਤੱਕ ਕਰਤਾ ਕਮੈਂਟ ਕਿ ਪ੍ਰਾਈਮਰੀਲੀ ਪ੍ਰਾਈਮਾ ਫਿਸ਼ ਆਏ,
388 ਕਰੋੜ ਰੁਪਏ ਦਾ ਐਕਸਾਈਜ਼ ਦੇ ਘੁਟਾਲਾ ਜਿਹੜਾ ਉਹ ਸਾਬਤ ਹੁੰਦਾ ਸਾਨੂੰ ਸਾਹਮਣੇ ਨਜ਼ਰ ਆਉਂਦਾ। ਇਸ ਕਰਕੇ ਅਸੀਂ ਮਨੀਸ਼ ਸਿਸੋਡੀਆ ਦੀ ਜ਼ਮਾਨਤ ਰਿਜੈਕਟ ਕਰਦੇ ਹਾਂ। 388 ਕਰੋੜ, ਫਿਰ ਵੀ ਕੱਟੜ ਇਮਾਨਦਾਰ ਹੈ, ਅਸੀਂ ਬੇਈਮਾਨ ਹੈ, ਅਸੀਂ ਸਮਗਲਰ ਹਾਂ। ਤਾਂ ਨੈਲਸਨ ਮੰਡੇਲਾ ਦੀ ਜੋ ਕਿਤਾਬ ਪੜ੍ਹੀ, ਗੁੱਸਾ ਜਿਹੜਾ ਸੀ ਮੇਰਾ ਉਹਨੇ ਸ਼ਾਂਤ ਕੀਤਾ। ਆਫਟਰ 27 ਇਅਰਸ ਆਫ ਇੰਪ੍ਰਿਜ਼ਨਮੈਂਟ ਫਰੋਮ 63 ਟੂ 1990, 90 ਚ ਬਾਹਰ ਆਇਆ, ਸਪਾਹੀ ਜੈਨੂਅਨ ਸਪਾਹੀ ਕੱਟੇ, ਐਵੇਂ ਨੀ, ਮਾਫ਼ ਕਰਨਾ ਚੰਗਾ ਲੱਗਦਾ। ਸੁਖਬੀਰ ਮੇਰਾ ਭਰਾ ਹੀ ਆ, ਇਹ ਆਪਣੇ ਪਿਤਾ ਜੀ ਦੀ ਡਿਟੈਂਸ਼ਨ ਉਹਦੇ ਨਾਲ ਕਰਦਾ, ਇੱਕ ਮਿੰਟ ਗਲਤ ਕਰਦਾ ਵਾ। ਬਾਦਲ ਸਾਹਿਬ ਨੇ ਜੇਲ੍ਹ ਕੱਟੀ ਆ, ਅਕਾਲੀਆ ਜੋ ਸਭ ਤੋਂ ਜ਼ਿਆਦਾ ਜੇਲ੍ਹ ਕੱਟੀ ਆ, ਤੌੜਾ ਸਾਹਿਬ ਨੇ, ਉਸ ਤੋਂ ਬਾਅਦ ਮੇਰੇ ਪਿਤਾ ਜੀ ਨੇ, ਫਿਰ ਬਾਦਲ ਨੇ ਕੱਟੀ ਆ, ਟੁੱਟਵੀਂ 3-4 ਸਾਲ, 4.5-5 ਸਾਲ, ਇਹ ਤੋਂ ਜ਼ਿਆਦਾ ਨਹੀਂ ਕੱਟੀ ਉਹਨੇ, 27 ਸਾਲ ਕੱਟੀ। ਚਲੋ ਇਹ ਛੱਡ ਦਿਓ ਉਸ ਗੱਲ ਨੂੰ। ਸੋ ਮੰਡੇਲਾ ਜਿਹੜੀ ਬਾਇਓਗ੍ਰਾਫੀ ਲਿਖੀ ਗਈ, ਜਿੰਨਾ ਉਹਦੇ ਨਾਲ ਮੈਂਟਲ ਟੋਰਚਰ, ਉਹਦੇ ਘਰ ਵਾਲੇ ਨੂੰ ਫੜ ਕੇ ਅੰਦਰ ਦਿੱਤਾ 2 ਸਾਲ, ਵਿਨੀ ਮੰਡੇਲਾ ਹੈਡ ਟੂ ਸਟੇ ਬਿਹਾਈਂਡ ਬਾਰਸ ਇਨ ਅ ਫੈਬਰੀਕੇਟਿਡ ਕੇਸ ਦੈਟ ਟਾਈਮ, ਅਪਾਰਥਾਈਡ ਵਾਸ ਰੇਸਿਸਟ ਲਾਅ ਬਣਾਇਆ ਸੀਗਾ, ਅਪਾਰਟਨੈਸ ਕਹਿੰਦੇ ਨੇ ਅਪਾਰਥਾਈਡ ਨੂੰ, ਕਾਲੇ ਇੱਥੇ ਨਹੀਂ ਵੜ ਸਕਦੇ, ਇਹ ਗੋਰਿਆਂ ਦਾ ਥਾਂ ਸਕੂਲ, ਕਾਲੇ ਇੱਥੇ ਨਹੀਂ ਆ ਸਕਦੇ, ਗੋਰਿਆਂ ਦਾ ਹਸਪਤਾਲ, ਆਹ ਬੀਚ ਗੋਰਿਆਂ ਦਾ, ਆਹ ਘਰ ਜਿਹੜੇ ਕਾਲੋਨੀ ਆ ਇਹ ਗੋਰਿਆਂ ਦੇ, ਇੱਥੇ ਕਾਲੇ ਨਹੀਂ ਵੜ ਸਕਦੇ। ਉਹਨੇ ਉਹ ਬੰਦੇ ਨੇ ਇੰਨਾ ਟੋਰਚਰ ਸਿਹਾ, ਇੰਨਾ ਕੁਛ ਜ਼ੁਲਮ ਸਿਹਾ, 27 ਸਾਲ ਕੈਦ ਕੱਟੀ ਤੇ ਅਖੀਰ ਚ ਉਹਨੂੰ ਪੁੱਛਿਆ ਜਦੋਂ ਨਿਕਲਿਆ ਬਾਹਰ, ਤੇ ਤੁਸੀਂ ਹੁਣ ਕੋਈ ਹਿਸਾਬ ਕਿਤਾਬ ਕਰੋਗੇ ਸਾਰਿਆਂ ਦਾ? ਕਹਿੰਦਾ ਨਹੀਂ, ਕਹਿੰਦਾ ਮੇਰਾ ਕੰਮ ਨਹੀਂ। ਇਹ ਉਹਨਾਂ ਦਾ ਕੰਮ ਸੀਗਾ, ਬੂਥਾ ਦਾ ਤੇ ਕਲਰਕ ਦਾ ਤੇ ਦੈਟ ਰੇਸਿਸਟ ਵਾਈਟ ਗਵਰਨਮੈਂਟ ਦਾ। ਮੈਂ ਆਪਣੇ ਦੇਸ਼ ਨੂੰ ਆਜ਼ਾਦੀ ਦਵਾਉਣ ਦੇ ਮਕਸਦ ਨਾਲ ਚੜਿਆ ਸੀ, ਜਿਹੜੇ ਉਹਦੇ ਆਪਣੀ ਕਿਤਾਬ ਵੀ ਲਿਖੀ ਉਹਨੇ, ਲੌਂਗ ਵਾਕ ਟੂ ਫਰੀਡਮ, ਉਹ ਥੋੜੀ ਜਿਹੀ ਵੱਡੀ ਸੀ, ਮੈਂ ਨਹੀਂ ਪੜ੍ਹੀ, ਪੜ੍ਹੀ ਸੀ। ਮੈਂ ਆਪਣੇ ਕੰਮ ਤੇ ਚੱਲ ਪਿਆ, ਮੈਂ ਆਪਣੇ ਸਾਊਥ ਅਫਰੀਕਾ ਨੂੰ ਆਜ਼ਾਦ ਕਰਾਉਣ ਦੇ ਏਜੰਡੇ ਤੇ ਚੱਲ ਪਿਆ, ਮੈਂ ਆਪਣਾ ਕੰਮ ਕੀਤਾ, ਉਹਨਾਂ ਨੇ ਆਪਣਾ ਕੰਮ ਕੀਤਾ, ਮੇਰੇ ਮਨ ਵਿੱਚ ਕੋਈ ਬਦਲੇ ਦੀ ਭਾਵਨਾ ਨਹੀਂ, ਆਈ ਬੇਅਰ ਨੋ ਗ੍ਰੱਜ, ਤਾਨਿਆ ਯਾਰ ਬੰਦਾ ਉਹ। ਫਿਰ ਮੈਂ ਸੋਚਿਆ ਖੇਰਾ ਕਿ ਤੂੰ ਮੰਡੇਲੇ ਦੇ ਨੌਂ ਵਰਗਾ ਵੀ ਨੀਗਾ, ਡੋਂਟ ਡੂ ਦਿਸ, ਬਟ ਟੂ ਇਨਸ਼ੋਰ ਜਸਟਿਸ, ਮੇਰੇ ਨਾਲ ਤਾਂ ਹੋ ਗਿਆ ਜੋ ਹੋ ਗਿਆ ਸੀਗਾ, ਇਹ ਹੋਰ ਕਿਸੇ ਦੇ ਨਾਲ ਹੋਵੇ, ਇਹਨੂੰ ਲੌਜੀਕਲ ਕੰਕਲੂਜਨ ਤੱਕ ਲਿਜਾਣਾ, ਥੋੜਾ ਬਹੁਤਾ ਆਫਿਸਰ ਦੇ ਮਨ ਨੂੰ ਇਹ ਸਮਝਾਉਣਾ ਕਿ ਤੁਸੀਂ ਗਲਤ ਕਰ ਰਹੇ ਹੋ, ਅਦਰਵਾਈਜ਼ ਤਾਂ ਹਨੇਰੀ ਲਿਆ ਦੇਣਗੇ ਅਗਲੇ 3 ਸਾਲ। ਮੈਂ ਤੁਹਾਨੂੰ ਇੱਥੋਂ ਕਹਿਣਾ ਚਾਹੁੰਦਾ, ਮੈਂ ਨਾਭੇ ਜੇਲ੍ਹ 'ਚ ਰਿਹਾ ਵਾਂ, 1000 ਬੰਦਾ ਉੱਥੇ, 50% ਬੰਦੇ ਬੇਗੁਨਾਹ ਨੇ, ਤੁਹਾਨੂੰ ਦੱਸ ਦਿੱਤਾ। ਸਾਡਾ ਕ੍ਰਿਮੀਨਲ ਜਸਟਿਸ ਸਿਸਟਮ, ਪੁਲਿਸ, ਇੰਨਾ ਫਲੋਡ ਸਿਸਟਮ ਆ, ਇੱਕੋ FIR, ਇੱਕੋ FIR, ਅਸੀਂ ਨਾਕਾ ਲਾਇਆ ਹੋਇਆ ਸੀ, ਉਹ ਬੰਦਾ ਆ ਰਿਹਾ ਸੀ ਸਕੂਟਰ ਤੇ ਕਾਰ ਤੇ, ਜਦੋਂ ਅਸੀਂ ਉਹਨੂੰ ਕਿਹਾ ਗੱਡੀ ਖੋਲ ਕੇ ਸਰਚ ਕਰੋ, ਉਹ ਭੱਜ ਗਿਆ, ਉਹਦੀ ਗੱਡੀ ਡਿੱਕੀ ਖੋਲੀ, ਵਿੱਚੋਂ 4 ਕਿਲੋ 3 ਕਿਲੋ ਚਿੱਟਾ ਨਿਕਲਿਆ, ਹੀਰੋਇਨ ਨਿਕਲੀ, ਇੱਕੋ FIR ਚੱਲ ਰਹੀ ਸਾਰੇ ਪੰਜਾਬ ਦੇ ਵਿੱਚ, ਬੇਗੁਨਾਹ ਨੇ ਬਹੁਤ ਲੋਕ। ਔਰ ਡਰੱਗਸ ਦੀ ਗੱਲ ਕਰਦੇ ਨੇ, ਜੇਲ੍ਹਾਂ ਵਿੱਚ ਮਾਫ ਕਰਨਾ ਵਿਦ ਡਿਊ ਰਿਗਾਰਡ, ਸਾਰੇ ਐਡਿਕਟ ਨੇ, ਜਿਹੜਾ ਓਪੀਓਇਡ ਦਾ ਜਿਹੜਾ ਉਹ ਸਿਸਟਮ ਸ਼ੁਰੂ ਕੀਤਾ ਹੋਇਆ ਡੀ ਐਡਿਕਸ਼ਨ ਦਾ, ਇਟ ਇਜ਼ ਨਾਟ ਡੀ ਐਡਿਕਸ਼ਨ, ਇਟ ਇਜ਼ ਕੰਪਲੀਟ ਐਡਿਕਸ਼ਨ, ਸਭ ਨੂੰ ਅੰਦਰ, ਜੇ 1000 ਬੰਦਾ ਤੇ 900 ਬੰਦਾ ਗੋਲੀਆਂ ਤੇ ਆ ਜੀ, ਕੋਈ 2 ਗੋਲੀਆਂ ਖਾ ਰਿਹਾ, ਕੋਈ 3 ਗੋਲੀਆਂ ਖਾ ਰਿਹਾ, ਤੁਹਾਡੇ ਚੋਂ ਉਹਦਾ ਕੋਈ ਚੌਥਾ ਹਿੱਸਾ ਵੀ ਗੋਲੀ ਦਾ ਖਾਦੂ ਡੋਲ ਜਾਊਗਾ, ਪੱਕੇ ਗੋਲੀਆਂ ਦੇ ਲੱਗੇ ਹੋਏ ਨਾ, ਉਹਨਾਂ ਦੀ ਕੋਈ ਕਾਉਂਸਲਿੰਗ ਨਹੀਂ, ਕੋਈ ਨਸ਼ਾ ਛਡਾਇਆ ਨਹੀਂ ਜਾ ਰਿਹਾ, ਕੋਈ ਘਟਾਇਆ ਨਹੀਂ ਜਾ ਰਿਹਾ, ਜੋ ਦਾ ਤਿਉਂ ਨਸ਼ਾ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਬਰਕਰਾਰ ਹੈ। ਬਾਹਰ ਤਾਂ ਤੁਸੀਂ ਕੀ ਨਿਬੇੜਨਾ ਭਗਵੰਤ ਸਿੰਘ, ਜੇਲ੍ਹਾਂ 'ਚ ਨਹੀਂ ਨਿਬੜ ਰਿਹਾ ਤੁਹਾਡੇ ਤੋਂ ਜੇਲ੍ਹਾਂ 'ਚ, ਔਰ ਇਟ ਇਜ਼ ਵੈਰੀ ਡਿਫੀਕਲਟ ਟੂ ਯੂ ਨੋ ਟੈਲ ਸਮਬਡੀ ਟੂ ਗੈਟ ਅਵੇ ਫਰੋਮ, ਆਈ ਡੋਂਟ ਨੋ ਵਾਂਟ ਟੂ ਗੋ ਟੂ ਟੂ ਮਚ ਆਫ ਦ ਡਿਟੇਲਸ, ਬਟ ਡਰੱਗਸ ਇਜ਼ ਅ ਵੈਰੀ ਵੈਰੀ ਚੈਲੇਂਜਿੰਗ ਇਸ਼ੂ ਫੋਰ ਪੰਜਾਬ। ਪਰ ਪਰਚੇ ਦਰਜ ਕਰਕੇ ਲੋਕਾਂ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਧੱਕ ਕੇ ਅੰਦਰ ਜੇਲ੍ਹਾਂ 'ਚ ਸੁੱਟਣਾ, ਸਿਰਫ ਪੁਲਿਸ ਆਪਣੇ ਉਤਲਿਆਂ ਨੂੰ ਦਿਖਾ ਰਹੀ ਕਿ ਅਸੀਂ ਇੰਨੀਆਂ FIR-ਾਂ ਕਰਦੇ ਹਾਂ, ਇਜ਼ ਨਾਟ ਦ ਸੋਲਿਊਸ਼ਨ, ਦ ਸੋਲਿਊਸ਼ਨ ਲਾਈਜ਼ ਐਲਸਵੇਅਰ, ਇਟਸ ਅ ਸੋਸ਼ਲ ਪ੍ਰੋਬਲਮ, ਇਟ ਇਜ਼ ਰਿਲੇਟਿਡ ਟੂ ਗ੍ਰੋਸ ਅਨਇੰਪਲੋਇਮੈਂਟ ਇਨ ਪੰਜਾਬ। ਪਰ ਚਲੋ ਉਹਨਾਂ ਉੱਧਰ ਜਾਣਾ ਨਹੀਂ ਚਾਹੁੰਦਾ।
ਆ ਮੇਰੀ ਅੱਜ ਮੇਰੇ ਵੀਰੋ ਸਤਿਕਾਰਯੋਗ ਮੀਡੀਆ ਦੇ ਸਤਿਕਾਰਯੋਗ ਵੀਰੋ ਪੰਜਾਬੀਓ, ਆ ਮੇਰੀ ਆਪਣੀ ਦਾਸਤਾਨ ਸੀਗੀ। ਮੈਂ ਜਿੱਦਾਂ ਦਾ ਵੀ ਹੈਗਾ ਮੈਂ ਲੜੂੰਗਾ, ਔਰ ਜੇ ਇਹ ਸਮਝਦੇ ਕਿ ਮੈਨੂੰ ਮੁਕੱਦਮਿਆਂ 'ਚ ਫਸਾ ਕੇ ਤੇ ਮੁੱਦੇ ਪੰਜਾਬ ਦੇ ਚੱਕਣੋਂ ਹਟਾ ਦੇਣਗੇ, ਨਹੀਂ ਹਟੂੰਗਾ ਯਾਰ ਮੈਂ। ਲਾਈਕ ਆਈ ਟੋਲਡ ਯੂ, ਫਿਰ ਉਹਦੇ ਲਈ ਤਾਂ ਯੂ ਹੈਵ ਟੂ ਗੈਟ ਮੀ ਆਊਟ ਆਫ ਦਾ ਵੇ ਫਿਜ਼ੀਕਲੀ। ਔਰ ਮਾਫ਼ ਕਰਨਾ, ਜਿੱਦਣ ਰਿਮਾਂਡ ਲੈਣਗੇ ਨਾ ਕਪੂਰਥਲੇ, ਦੇਖੋ ਕਿੰਨਾ ਝੂਠ ਬੋਲ ਰਹੀ ਪ੍ਰੋਸੀਕਿਊਸ਼ਨ, ਕਹਿੰਦੇ ਖਹਿਰੇ ਦੇ ਲਿੰਕ ਅਸੀਂ ਵੈਰੀਫਾਈ ਕਰਨੇ ਆ ਲਾਰੈਂਸ ਬਿਸ਼ਨੋਈ ਦੇ ਨਾਲ, ਜੱਗੂ ਪਿੰਡ ਬਾਬਾ ਭਗਵਾਨਪੁਰੀ ਨਾਲ ਇਹਦੇ ਤਲੁਕਾਤ। ਤੁਹਾਨੂੰ ਲੱਗਦਾ ਯਾਰ ਮੈਂ ਲਾਰੈਂਸ, ਮੈਂ ਤਾਂ ਮੂਸੇ ਵਾਲੇ ਮਰਡਰ ਕੇਸ ਦੇ ਵਿੱਚ ਉਹਦੇ ਉਲਟ ਬੋਲਦਾ ਰਿਹਾ ਵਾਂ, ਉਹਦੇ ਇੰਟਰਵਿਊ ਨੂੰ ਲੈ ਕੇ ਮੈਂ ਉਹਦੇ ਉਲਟ ਬੋਲਦਾ ਰਿਹਾ। ਪੰਜਾਬ ਦੀ ਇੰਟੈਲੀਜੈਂਸ ADGP ਕੋਲ ਜਾ ਕੇ ਪੁੱਛੋ, ਦੇ ਹੈਵ ਏ ਵੈਰੀ ਇੰਪੋਰਟੈਂਟ ਇੰਟੈਲੀਜੈਂਸ ਇਨਪੁੱਟ ਕੇ ਲਾਰੈਂਸ ਬਿਸ਼ਨੋਈ ਦੇ ਗੈਂਗ ਤੋਂ ਖਹਿਰੇ ਦੇ ਪਰਿਵਾਰ ਨੂੰ ਖਤਰਾ ਹੈ, ਇਹਨਾਂ ਕੋਲ ਇਨਪੁੱਟ ਪਈ ਆ, ਤੇ ਅਦਾਲਤ ਵਿੱਚ ਜਾ ਕੇ ਕਹਿ ਰਹੇ ਇਹਦੇ ਜੱਗੂ ਭਗਵਾਨਪੁਰੀ ਦੇ ਲਾਰੈਂਸ ਬਿਸ਼ਨੋਈ। ਇਸ ਲੈਵਲ ਤੱਕ ਡਿੱਗ ਗਏ ਯਾਰ ਥੱਲੇ ਤਾਂ, ਮਤਲਬ ਇੰਨਾ ਝੂਠ। ਪਰ ਮੈਂ ਬੋਲਣੋਂ ਨਹੀਂ ਹਟ ਸਕਦਾ, ਹਾਂ ਜਦੋਂ ਮੁਕਾ ਦਿਓ ਦੈਨ ਇਟਸ ਅ ਡਿਫਰੈਂਟ ਸਟੋਰੀ, ਬਟ ਅੰਟਿਲ ਦੈਨ ਜਦ ਤੱਕ ਮੇਰੇ ਸਾਹ ਚੱਲਦੇ ਨੇ, ਆਈ ਵਿਲ ਡੈਫੀਨੇਟਲੀ ਸਪੀਕ ਫੋਰ ਜਸਟਿਸ ਨਾਟ ਅਨਜਸਟਿਸ। ਜੋ ਕੁਛ ਗਲਤ ਹੋ ਰਿਹਾ, ਚੰਗਾ ਕੰਮ ਕਰ ਰਿਹਾ ਭਗਵੰਤ, ਮੈਂ 100 ਵਾਰੀ ਤਾਰੀਫ ਕਰੂੰਗਾ, ਕੀਤਾ ਹੀ ਨਹੀਂ ਚੱਜਦਾ ਕੰਮ ਕੋਈ, ਜੇ ਕਰਦਾ ਮੈਂ ਉਹਨੂੰ ਸਮਝਾਉਂਦਾ ਕਿਹਾ ਤੇਰਾ ਚੰਗਾ ਕੰਮ ਹੈ, ਤੇਰੀ ਮਦਦ ਕਰੂੰਗਾ, ਤੇਰੀ ਤਾਰੀਫ ਕਰੂੰਗਾ, ਮੈਂ ਕਰ ਸਕਦਾ ਵਾਂ। ਆਹ ਮੇਰੀ ਦੋਸਤੋ ਦਾਸਤਾਨ ਹੈ। ਸੋ ਮੈਂ ਇੱਕ ਵਾਰ ਫਿਰ ਤੁਹਾਨੂੰ ਰਿਕੁਐਸਟ ਇਹੀ ਕਰਨਾ ਚਾਹੁੰਦਾ ਕਿ ਅਗਰ ਅੱਜ ਹੈਡਲਾਈਨ ਇਹੀ ਰਹਿਣ ਦਿਓਗੇ ਜਾਂ ਮਤਲਬ ਇਸੇ ਤੇ ਫੋਕਸ ਰਹਿਣ ਦਿਓ, ਤੁਹਾਡਾ ਸ਼ੁਕਰੀਆ ਵਾ। ਸਾਡੀ ਪਾਰਟੀ ਦੇ ਬੜੇ ਆਗੂ ਬੈਠੇ ਨੇ ਸਤਿਕਾਰਯੋਗ, ਮੈਂ ਹੁਣ ਮਾਈਕ ਉਹਨਾਂ ਨੂੰ ਦੇ ਦਿੰਦਾ, ਫੜਾ ਦਿੰਦਾ, ਔਰ ਮੈਂ ਇੱਥੇ ਧੰਨਵਾਦ ਕਰਨਾ ਚਾਹੁੰਦਾ। ਚਲੋ ਦੁਨੀਆ ਦਾ ਤਾਂ ਕਰਦਾ, ਉਸ ਅਕਾਲ ਪੁਰਖ ਦਾ ਕਰਦਾ, ਵਾਹਿਗੁਰੂ ਦਾ, ਸਾਰੇ ਆਪਣੇ ਜਿਹਨਾਂ ਨੇ ਅਰਦਾਸਾਂ ਕੀਤੀਆਂ ਸਾਡੇ ਲਈ, ਬੜਾ ਵਾਂਟ ਟੂ ਥੈਂਕ ਹਿਮ ਆਲਸੋ। ਮੈਂ ਤਾਂ ਨੋਟ ਦੈਟ ਹੀ ਇਜ਼ ਮਾਈ ਸਨ, ਨੋ, ਮੇਰੇ ਪਿਤਾ ਜੀ ਇਹਦੇ ਦਾਦੇ ਨੇ ਸਰਦਾਰ ਸੁਖਜਿੰਦਰ ਸਿੰਘ ਨੇ ਇਹਨੂੰ ਸਿੱਖਿਆ ਦਿੱਤੀ, ਮੈਂ ਤਾਂ ਦੇ ਹੀ ਨਹੀਂ ਸਕਿਆ, ਮੈਂ ਟਾਈਮ ਹੀ ਨਹੀਂ ਸੀਗਾ, ਇਹਨੂੰ ਪਤਾ ਨਹੀਂ ਕਿੱਦਾਂ ਦੀ ਸਿੱਖਿਆ ਦਿੱਤੀ ਆ। ਇਹ ਮੇਰੇ ਨਾਲੋਂ ਕਿਤੇ ਜ਼ਿਆਦਾ ਹੰਬਲ, ਅੱਛਾ, ਇਨਸਾਫ ਦੀ ਲੜਾਈ, ਇਸ ਕਰਕੇ ਨਹੀਂ ਕਿ ਮੇਰਾ ਬੇਟਾ ਵਾ। ਔਰ ਮੈਨੂੰ ਬੜੀ ਖੁਸ਼ੀ ਹੋਈ ਪ੍ਰਧਾਨ ਜੀ ਨੇ ਪਰਸੋਂ ਮੈਨੂੰ ਟੈਲੀਫੋਨ, ਜਦੋਂ ਮੈਂ ਰਿਹਾ ਹੋਇਆ, ਉਹ ਕਹਿੰਦਾ ਆਪਣੇ ਬੇਟੇ ਦਾ ਕੰਪਲੀਮੈਂਟ ਲੈ ਲਾ, ਤੂੰ ਬੜਾ ਲੱਕੀ ਆ ਕਿ ਤੇਰੇ ਕੋਲ ਮਹਿਤਾਬ ਵਰਗਾ ਬੱਚਾ ਮੁੰਡਾ। ਮੈਂ ਕਿਹਾ ਬਸ ਇਹੀ ਮੇਰੀ ਕਮਾਈ ਆ, ਸਮਝੋ ਜ਼ਿੰਦਗੀ ਦੀ ਇਹੀ ਮੇਰੀ ਕਮਾਈ ਆ। ਇਹਨਾਂ ਤੋਂ ਇਲਾਵਾ ਹੋਰ ਅੱਛੇ ਅੱਛੇ ਬੰਦਿਆਂ ਨੇ ਕਿਹਾ ਮੈਨੂੰ ਕਿ ਯਾਰ ਤੇਰੇ ਪਿੱਛੋਂ ਉਸਨੇ ਬਹੁਤ ਵਧੀਆ ਤਰੀਕੇ ਨਾਲ ਤੇਰਾ ਜਿਹੜਾ ਸੀਗਾ ਉਹ ਪੂਰਾ ਫੋਰਟ ਨੂੰ ਹੋਲਡ ਕੀਤਾ, ਆਪਣੀ ਡਿਫੈਂਸ ਲਾਈਨ ਨੂੰ ਮਜ਼ਬੂਤ ਰੱਖਿਆ, ਘਬਰਾਇਆ ਨਹੀਂ, ਡਰਿਆ ਨਹੀਂ, ਆ ਸੀਗੀ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਜੋ ਤਿਲ ਫੁੱਲ ਸਾਡੇ ਕੋਲ ਸਮੋਸੇ ਵਗੈਰਾ ਤਿਆਰ ਕੀਤੇ, ਚਾਹ ਪਾਣੀ, ਉਹ ਜ਼ਰੂਰ ਪੀ ਕੇ ਜਾਣਾ, ਤੇ ਮੈਂ ਤੁਹਾਡਾ ਧੰਨਵਾਦ ਕਰਦਾ, ਪਿਆਰ ਨਾਲ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ। ਹਾਂਜੀ,
ਬਹੁਤ ਹੀ ਸਤਿਕਾਰਯੋਗ ਸੀਐਲਪੀ ਦੇ ਲੀਡਰ ਬਾਜਵਾ ਜੀ, ਸਾਡੇ ਕਿਸਾਨ ਸੈੱਲ ਦੇ ਆਲ ਇੰਡੀਆ ਦੇ ਚੇਅਰਮੈਨ ਖਹਿਰਾ ਸਾਹਿਬ, ਸਾਡੇ ਐਮਪੀ ਔਜਲਾ ਸਾਹਿਬ, ਸਾਰੇ ਸਾਥੀਗਣ, ਪ੍ਰੈਸ ਵਾਲੇ ਮੇਰੇ ਵੀਰ, ਤੁਹਾਨੂੰ ਬਹੁਤ ਚੰਗੇ ਤਰੀਕੇ ਦੇ ਨਾਲ ਵਿਸਤਾਰ ਪੂਰਵਕ ਮੈਂ ਸਮਝਦਾ ਕਿ ਇੱਕ ਕਹਾਣੀ ਲਿਖੀ ਜਾ ਸਕਦੀ ਹੈ, ਇੱਕ ਪੂਰੀ ਕਿਤਾਬ ਤੇ ਇੱਕ ਸਟੋਰੀ ਲਿਖੀ ਜਾ ਸਕਦੀ ਹੈ ਜੋ ਖਹਿਰਾ ਸਾਹਿਬ ਨਾਲ ਵਾਪਰਿਆ। ਟੂ ਬੀ ਵੈਰੀ ਓਨੈਸਟ, ਬਹੁਤ ਵਾਰੀ ਖਹਿਰਾ ਸਾਹਿਬ ਦੇ ਨਾਲ ਕਈ ਵਾਰੀ ਵਿਚਾਰਾਂ ਦੇ ਮਤਭੇਦ ਹੋ ਜਾਂਦੇ, ਬਟ ਅਸੀਂ ਸਾਰੇ ਲੋਕ ਇੱਥੇ ਸਿਆਸਤ ਕਰਨ ਵਾਸਤੇ ਆਏ ਐਵਰੀਬਡੀ। ਪਰ ਠੀਕ ਹੈ, ਅੱਜ ਸਿਆਸਤਦਾਨਾਂ ਨੂੰ ਬਹੁਤ ਹੱਦ ਤੱਕ ਬਦਨਾਮ ਕਰ ਦਿੱਤਾ ਗਿਆ, ਅਸੀਂ ਇੱਕ ਦੂਜੇ ਨੇ। ਸੋ ਕਈ ਵਾਰੀ ਅਸੀਂ ਮਹਿਸੂਸ ਕਰਦੇ ਹਾਂ ਕਿ ਸਿਆਸਤ ਕਰਨਾ ਹੁਣ ਕ੍ਰਾਈਮ ਹੋ ਗਿਆ। ਹਾਲਾਂਕਿ ਸਿਆਸੀ ਲੋਕਾਂ ਦਾ ਜਿਹੜਾ ਸਿਆਸੀ ਜੀਵਨ ਹੈ, ਉਹਨਾਂ ਦਾ ਸੈਕਰੀਫਾਈਸ ਅਗਰ ਕੋਈ ਗੱਲ ਕਰੇ, ਠੀਕ ਕਿਹਾ, ਮੈਂ ਬਿਲਕੁਲ ਕਿਹਾ ਖਹਿਰਾ ਸਾਹਿਬ ਨੂੰ ਕਿ ਯਾਰ ਮੈਂ ਆਪਦਾ, ਮੈਂ ਤੇ ਮੇਰਾ ਪੁੱਤ ਚੱਲੇ ਸੀ ਅਸੀਂ ਕਾਰ ਚ ਨਾ, ਉਹ ਛੋਟਾ ਹੈ 13 ਸਾਲ ਦਾ, ਮੈਂ ਉਹਨੂੰ ਕਹਿ ਰਿਹਾ ਸੀ ਕਿ ਯਾਰ ਇਹਨਾਂ ਦੀ ਪੋਸਟ ਪਾਈ ਪਿਓ ਪੁੱਤਾਂ ਦੇ ਕਿ ਮੇਰੇ ਪਿਤਾ ਜੀ ਜਲਦੀ ਲੋਕਾਂ ਚ ਆਉਣਗੇ ਤੇ ਮੈਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦਾ। ਮਾਂ ਦੇ ਬੇਟੇ ਨੂੰ ਦੱਸ ਰਿਹਾ ਸੀ ਮੈਂ ਕਿਹਾ ਯਾਰ ਇਹੋ ਜਿਹਾ ਸਟਰੋਂਗ ਬਣਦਾ ਤੂੰ ਵੀ ਕਿ ਕਦੇ ਤੇਰੇ ਬਾਪ ਤੇ ਬਿੱਤਾ ਆ ਜਾਏ ਐ ਹਿਕੜਾ ਕੇ ਲੜਦਾ। ਸੋ ਮੈਂ ਕੰਪਲੀਮੈਂਟ ਦਿੰਦਾ ਮੈਂ ਤਾਂ ਤੈਨੂੰ ਯਾਰ, ਕਿਉਂਕਿ ਅਸੀਂ ਲੋਕ ਯਾਰ ਆਪਦਾ ਘਰ ਬਾਰ ਛੱਡ ਕੇ ਥੱਲਿਓ ਚੱਲ ਕੇ ਬਿਲਕੁਲ ਅਸੀਂ ਇੱਥੋਂ ਤੱਕ ਪਹੁੰਚੇ ਹਾਂ ਚੁਣਾਵ ਲੜ ਕੇ ਲੋਕਾਂ ਦੀ ਸੇਵਾ ਕਰਕੇ। ਕੋਈ ਵੀ ਬੰਦਾ ਖੜਾ ਹੁੰਦਾ ਹੈ ਰੋਜ਼ਾਨਾ ਕਿਸੇ ਮੰਚ ਤੇ ਚੜ ਕੇ ਕਿਸੇ ਨੂੰ ਕੋਈ ਗਾਲਾਂ ਕੱਢ ਦਿੰਦਾ, ਕੋਈ ਕਿਸੇ ਤੇ ਇਲਜ਼ਾਮਤ ਲਾ ਦਿੰਦਾ, ਸੋ ਇਹ ਕੋਈ ਚੰਗੀ ਗੱਲ ਨਹੀਂ ਹੈ। ਔਰ ਪੰਜਾਬ ਦੇ ਨਾਲ ਸਾਰੀਆਂ, ਮੈਂ ਸਮਝਦਾ ਕਿ ਸਾਰੀਆਂ ਲਿਮਟਾਂ ਹੀ ਕ੍ਰੋਸ ਕਰ ਗਿਆ ਪੰਜਾਬ। ਸਾਨੂੰ ਇਹ ਉਮੀਦ ਨਹੀਂ ਸੀ ਮੁੱਖ ਮੰਤਰੀ ਪੰਜਾਬ ਤੋਂ ਔਰ ਇਸ ਬਦਲਾਵ ਦੀ ਸਰਕਾਰ ਤੋਂ। ਬਿਲਕੁਲ ਖਹਿਰਾ ਸਾਹਿਬ ਕਈ ਵਾਰੀ ਰੂੜ ਬੋਲ ਜਾਂਦੇ ਆ, ਜਿਵੇਂ ਉਹਨਾਂ ਨੇ ਕਿਹਾ ਮੈਨੂੰ ਗੁੱਸਾ ਆ ਜਾਂਦਾ ਹੈ, ਕਈ ਵਾਰੀ ਐਸੀ ਸ਼ਬਦਾਵਲੀ ਹੋ ਜਾਂਦੀ ਹੈ ਜਿਹੜੀ ਸਖਤ ਸ਼ਬਦਾਵਲੀ ਹੁੰਦੀ ਆ, ਲੇਕਿਨ ਯਾਰ ਇਹਦਾ ਮਤਲਬ ਇਹ ਨਹੀਂ ਹੈ। ਠੀਕ ਹੈ, ਕਿਸੇ ਤੇ ਕੋਈ ਬੰਦਾ, ਅਸੀਂ ਵੀ ਪੋਲੀਟਿਕਸ ਕਰਦੇ ਹਾਂ, ਕਈ ਵਾਰੀ ਸਾਡੇ ਖਿਲਾਫ਼ ਕੋਈ ਬੋਲਦੇ ਆ ਤੇ ਮਾੜਾ ਮੋਟਾ, ਮੈਂ ਬਿਲਕੁਲ ਨਹੀਂ ਝੂਠ ਬੋਲਦਾ ਕਿ ਚਲੋ ਯਾਰ ਇਹ ਗਲਤ ਗਾਲਾਂ ਕੱਢੀ ਜਾਂਦਾ ਵੀ 57 ਕਰਾ ਦਿਓ, ਪਰ ਇਹ ਥੋੜੀ ਹੈ ਯਾਰ ਕਿਸੇ ਤੇ ਤੁਸੀਂ ਡਰੱਗਸ ਦਾ ਕੇਸ ਹੀ ਪਾ ਦਿਓ। ਮੇਰਾ 100% ਕੱਟੜ ਦੁਸ਼ਮਣ ਹੋਏਗਾ, ਉਹਦੇ ਤੇ ਡਰੱਗਸ ਦਾ ਕੇਸ, ਮੈਂ ਸਮਝਦਾ ਕਿ ਫਿਰ ਮੈਨੂੰ ਗੁਰੂ ਮਹਾਰਾਜ ਨੇ ਕਦੇ ਮਾਫ਼ ਹੀ ਨਹੀਂ ਕਰਨਾ। ਇਸ ਤਰ੍ਹਾਂ ਦੇ ਜਿਹੜੇ ਰੀਤੀ ਰਿਵਾਜ ਹੈ ਇਹ ਬੇਹੱਦ ਮਾੜੇ ਹੈ। ਸਾਡੇ ਨਾਲ ਤਾਂ ਆਪ ਹੀ ਗੱਲ ਵਾਪਰੀ ਹੈ ਪੰਜਾਬ ਦੀ ਵਿਧਾਨ ਸਭਾ ਚ, ਜਦੋਂ ਵਾਈਟ ਪੇਪਰ ਲਿਆਂਦਾ ਜਾ ਰਿਹਾ ਸੀ ਡਰੱਗਸ ਦੇ ਉੱਤੇ ਤੇ ਖੜਾ ਹੋ ਕੇ ਕਿਸੇ ਨੇ ਕਿਸੇ ਨੂੰ ਫੜ ਲਿਆ ਤੇ ਉਹ ਕਹਿੰਦੇ ਰਾਜੇ ਵੜਿੰਗ ਦਾ ਇਹਦੇ ਚੋਂ ਨੰਬਰ ਮਿਲਿਆ, ਕੋਈ ਡਰੱਗ ਪੈਡਲਰ ਫੜ ਲਿਆ, ਉਹ ਵੀ ਡਰੱਗਸ ਦਾ ਕੰਮ ਨਹੀਂ ਕਰਦਾ ਸੀ, ਉਹਦੀ 1.5 ਮਹੀਨੇ ਬਾਅਦ ਜਮਾਨਤ ਹੋ ਗਈ, ਉਹਦੀਆਂ ਵੀਡੀਓਗ੍ਰਾਫੀ ਕਿਤੋਂ ਹੋਰ ਆ ਗਈ, ਉਸ ਪੁਲਿਸ ਉੱਥੋਂ ਦੇ ਇੱਕ SSP ਹੁੰਦਾ ਸੀ ਖਟਰਾ SSP, ਉਹ ASI ਤੋਂ SSP ਬਣਿਆ ਸੀ, ਮਾਨਸਾ ਲੱਗਿਆ ਸੀਗਾ ਕਿ 2 ਲੱਖ ਰੁਪਇਆ ਦਿੱਤਾ, ਉਹ ਕਹਿੰਦਾ ਵੀ ਤੂੰ ਖੁੱਲ ਕੇ ਉੱਥੇ ਕੰਮ ਕਰ ਫਿਰ ਇੱਥੇ ਕਰੀ। ਹਰ ਵਿਅਕਤੀ ਇਸ ਗੱਲ ਦਾ ਸ਼ਿਕਾਰ ਹੈ। ਪੰਜਾਬ ਦੀ ਸਿਆਸਤ ਪਤਾ ਨਹੀਂ ਕਿੱਧਰ ਨੂੰ ਜਾ ਰਹੀ ਹੈ।
ਰੱਬ ਹੀ ਜਾਣਦਾ ਹੈ ਕੀ ਹੋਊਗਾ ਆਉਣ ਵਾਲੇ ਸਮੇਂ ਚ। ਪਰ ਮੈਂ ਅੱਜ ਦੀ ਇਸ ਪ੍ਰੈਸ ਕਾਨਫਰੰਸ ਤੋਂ, ਇਸ ਜਿਹੜੀ ਖਹਿਰਾ ਸਾਹਿਬ ਦੀ ਗਾਥਾ ਆ ਰਹੀ ਇਸ ਕਹਾਣੀ ਤੋਂ, ਇਹ ਜ਼ਰੂਰ ਬੇਨਤੀ ਕਰੂੰਗਾ ਸਾਰੇ ਸਾਡੇ ਲੀਡਰ ਸਾਹਿਬਾਨਾਂ ਨੂੰ, ਸਾਰੀਆਂ ਓਪੋਜੀਸ਼ਨ ਪਾਰਟੀਆਂ ਦੇ ਲੀਡਰ ਸਾਹਿਬਾਨਾਂ ਨੂੰ, ਯਾਰ ਜੇ ਨੈਨਸਲ ਮੰਡੇਲਾ ਵਰਗੇ ਲੋਕ ਜਿਨ੍ਹਾਂ ਨੇ 17-17 ਸਾਲ ਜੇਲ੍ਹਾਂ ਕੱਟ ਕੇ ਉਹ ਆਪਦੇ ਕੰਮ ਤੇ ਲੱਗੇ, ਯਾਰ ਏਡੀ ਬਦਲੇ ਦੀ ਭਾਵਨਾਵਾਂ ਤੁਸੀਂ ਸਾਡੇ ਪ੍ਰਤੀ ਜਾਂ ਆਪਦੇ ਓਪੋਜੀਸ਼ਨ ਦੇ ਪ੍ਰਤੀ, ਮੈਂ ਵੀ ਅਸੀਂ ਇਹ ਕੰਮ ਛੱਡੀਏ, ਠੀਕ ਹੈ ਕੋਈ ਸਾਡੀ ਕੋਈ ਦੁਸ਼ਮਣੀ ਤਾਂ ਨਹੀਂ ਹੈ, ਸਾਡੀ ਲੜਾਈ ਹੈ ਮੁੱਦਿਆਂ ਦੀ ਲੜਾਈ ਹੈ, ਮਤਭੇਦ ਨੇ, ਓਪੋਜੀਸ਼ਨ ਦਾ ਕੰਮ ਹੈ ਉਹਨਾਂ ਮੁੱਦਿਆਂ ਤੋਂ ਉਜਾਗਰ ਕਰਨਾ, ਉਹਨਾਂ ਦੀ ਲੜਾਈ ਲੜਨਾ, ਲੇਕਿਨ ਐਸੀ ਸਾਡੀ ਕੋਈ ਨਹੀਂ ਹੈ ਕਿ ਅਸੀਂ ਕਿਸੇ ਨੂੰ ਵੇਖ ਕੇ ਗੋਲੀ ਮਾਰ ਦੀ। ਫਿਰ ਇਹ ਕੰਮ ਕੁਦਰਤ ਦਾ ਹੈ, ਸੱਚੇ ਪਾਤਸ਼ਾਹ ਨੇ ਕੁਦਰਤ ਨੂੰ ਇਹ ਹੱਥ ਵਿੱਚ ਦਿੱਤਾ ਕਿ ਕਿਹਨੇ ਕਿੰਨੇ ਘੰਟੇ ਜਿਉਣਾ, ਕਿੰਨੇ ਘੰਟੇ ਮਰਨਾ। ਰੱਬ ਦੇ ਕੰਮ ਦੇ ਵਿੱਚ ਕਿਸੇ ਵਿਅਕਤੀ ਨੂੰ ਹੱਕ ਨਹੀਂ ਹੈ, ਖਾਸ ਕਰਕੇ ਵਿਘਨ ਪਾਉਣ ਦਾ। ਸੋ ਮੈਨੂੰ ਲੱਗਦਾ ਕਿ ਇਹ ਸਰਾਸਰ ਖਹਿਰਾ ਸਾਹਿਬ ਦੇ ਨਾਲ 101% ਦਾਸਤੀ ਹੋਈ ਹੈ, ਔਰ ਕਦੇ ਵੀ ਕਿਸੇ ਨੂੰ ਦਬਾਇਆ। ਬੰਦਾ ਕਈ ਵਾਰੀ ਯਾਰ ਜੇਲ੍ਹ ਜਾਣ ਦਾ ਕਿਸੇ ਦਾ ਦਿਲ ਨਹੀਂ ਕਰਦਾ, ਮੈਂ ਤੁਹਾਨੂੰ ਕਹਾਂ ਮੈਂ ਬਹੁਤ ਦਲੇਰ ਹੈ, ਮੈਂ ਤਾਂ ਜੀ ਜੇਲ੍ਹ ਜਾਣਾ ਚਾਹੁੰਦਾ, ਚੰਗੇ ਭਲੇ ਰੋਟੀ ਖਾਂਦੇ, ਸੌਖੇ ਆ ਘਰੇ, ਜੇਲ੍ਹ ਜਾਣ ਦਾ ਕੋਈ ਮਨ ਨਹੀਂ ਕਰਦਾ। ਪਰ ਫਿਰ ਜਦੋਂ ਪਿੰਡੇ ਤੇ ਪੈ ਜਾਂਦੀਆਂ, ਫਿਰ ਹਟਾਉਣੀਆਂ ਪੈਂਦੀਆਂ। ਜੇ ਨੈਨਸਲ ਮੰਡੇਲਾ ਵਰਗੇ ਹਟਾ ਸਕਦੇ, ਹੋਰ ਵੱਡੇ ਵੱਡੇ ਲੋਕ ਹਟਾ ਸਕਦੇ, ਤਾਂ ਖਹਿਰਾ ਸਾਹਿਬ ਮੈਨੂੰ, ਬਾਜਵਾ ਸਾਹਿਬ ਨੂੰ ਕੋਈ ਫਰਕ ਨਹੀਂ ਪੈਣਾ। ਲੇਕਿਨ ਇਹਦੇ ਨਾਲ ਰਾਜਨੀਤਿਕ ਬਹੁਤ ਗੰਦੀ ਹੋ ਜਾਏਗੀ, ਔਰ ਪੰਜਾਬ ਖਤਮ ਹੋ ਜਾਏਗਾ ਆਉਣ ਵਾਲੇ ਸਮੇਂ ਚ। ਇਹਨਾਂ ਕੀੜਾ ਕੱਢਣ ਦੇ ਵਿੱਚ ਹੀ ਅਸੀਂ ਸਾਰੇ ਲੋਕ ਲੱਗ ਜਾਂਦੇ, ਕਿਉਂਕਿ ਪੰਜਾਬੀ ਫਿਰ ਕਿਤੇ ਨਾ ਕਿਤੇ ਉਹਦੇ ਦਿਮਾਗ ਚ ਤਾਂ ਰਹਿੰਦੀ ਹੈ ਨਾ ਕਿ ਮੇਰੇ ਨਾਲ ਬਹੁਤ ਧੱਕਾ ਤੇ ਜ਼ਿਆਦਤੀ ਹੋਈ ਹੈ। ਸੋ ਮੈਂ ਅੱਜ ਜੋ ਖਹਿਰਾ ਸਾਹਿਬ ਨੇ ਕਿਹਾ, ਮੈਂ ਇਹਨਾਂ ਨਾਲ ਬਿਲਕੁਲ ਤਲੁਕ ਰੱਖਦੇ ਹੋਏ, ਇਹ ਨਹੀਂ ਹੋਣਾ ਚਾਹੀਦਾ। ਬੇਸ਼ੱਕ ਤੁਹਾਡਾ ਕੱਟੜ ਵਿਰੋਧੀ ਤੇ ਦੁਸ਼ਮਣ ਹੈ ਸਾਹਮਣੇ ਵਾਲਾ, ਉਹਦੇ ਨਾਲ ਇਹ ਨਹੀਂ ਹੋਣਾ ਚਾਹੀਦਾ ਜੋ ਸੁਖਪਾਲ ਸਿੰਘ ਖਹਿਰਾ ਦੇ ਨਾਲ ਹੋਇਆ। ਹਾਂ ਤੁਸੀਂ ਦਬਾ ਲਓ, ਹੋਰ ਗੱਲ ਚ ਉਹ ਹੋਰ ਬਥੇਰੀਆਂ ਗੱਲਾਂ ਜਿੱਥੇ ਤੁਸੀਂ ਬੰਦੇ ਨੂੰ ਸਾਈਡਲਾਈਨ ਕੀਤਾ ਜਾ ਸਕਦਾ, ਪਰ ਨੋਟ ਲਾਈਕ ਦਿਸ। ਰੱਬ ਦਾ ਕੰਮ ਹੈ, ਉਹ ਜਾ ਕੋ ਰਾਖੇ ਸਾਈਆਂ ਫਿਰ ਮਾਰ ਸਕੇ ਨਾ ਕੋਈ, ਕਿਸੇ ਨੂੰ ਕੋਈ ਨਹੀਂ ਮਾਰ ਸਕਦਾ। ਹਰ ਕੀੜੀ ਨੂੰ ਵੀ ਅਧਿਕਾਰ ਹੈ ਵੀ ਕਿੰਨੇ ਸਵਾਸ ਤੋਂ ਲੈਣੇ ਹੈ, ਮੈਂ ਕੌਣ ਹੁੰਦਾ ਕਿਸੇ ਨੂੰ ਰੋਕਣਾ। ਸੋ ਬਿਲਕੁਲ ਸਾਡੇ ਭਰਾ ਨੇ, ਔਰ ਮੈਂ ਸਮਝਦਾ ਵੈਸੇ ਤੁਹਾਨੂੰ ਫਾਇਦਾ ਵੀ ਹੋਇਆ ਖਹਿਰਾ ਸਾਹਿਬ ਇਸ ਗੱਲ ਦਾ। ਕਈ ਵਾਰੀ ਦੂਰੀਆਂ ਹੁੰਦੀਆਂ ਸਿਸਟਮ ਦੇ ਵਿੱਚ, ਕੋਈ ਬੰਦੇ ਦੇ ਮਨ ਦੇ ਵਿੱਚ ਹੁੰਦਾ ਕਿ ਯਾਰ ਖਹਿਰਾ ਸਾਹਿਬ ਨੇ ਫਲਾਨੀ ਗੱਲ ਕਹਿਤੀ, ਕਈ ਵਾਰੀ ਚੰਗੀ ਆਪ ਨੂੰ, ਕਈ ਵਾਰੀ ਉਹ ਇਸ ਜਿਹੜੀਆਂ ਤੁਹਾਡੀਆਂ ਕਿਸੇ ਨਾਲ ਪੰਜਾਬ ਚ ਦੂਰੀਆਂ ਸਨ, ਇਸ ਤੁਹਾਡੀ ਜੇਲ੍ਹ ਨੇ ਉਹ ਦੂਰੀਆਂ ਹਰ ਵਿਅਕਤੀ ਨੇ ਗੱਲ ਕਹੀ ਕਿ ਜੋ ਤੁਹਾਡਾ ਵਿਰੋਧੀ ਸੀ, ਇਹ ਸੁਖਪਾਲ ਸਿੰਘ ਖਹਿਰਾ ਦੇ ਨਾਲ ਜ਼ਾਸਤੀ ਤੇ ਧੱਕਾ ਹੋਇਆ। ਇਹ ਕੰਧ ਤੇ ਬੈਠੇ ਜਿਹੜੇ ਪੰਛੀ ਸੀ ਉਹਨਾਂ ਨੇ ਵੀ ਕਿਹਾ, ਬੰਦੇ ਨੇ ਤਾਂ ਕਹਿਣਾ ਹੀ ਕਹਿਣਾ, ਜਿਹਦੇ ਚ ਇੰਨਾ ਵੀ ਦਿਲ ਹੈਗਾ ਉਹਨੇ ਇਹ ਗੱਲ ਕਹੀ ਕਿ ਸੁਖਪਾਲ ਸਿੰਘ ਖਹਿਰਾ ਨਾਲ ਧੱਕਾ ਤੇ ਜ਼ਾਸਤੀ ਹੋਈ ਹੈ, ਪੰਛੀ ਜਿਹੜਾ ਬੋਲ ਨਹੀਂ ਸਕਦਾ। ਸੋ ਇਸ 4 ਮਹੀਨੇ ਅੰਦਰ ਲਾਉਣ ਨਾਲ ਤੁਹਾਨੂੰ ਇਹ ਸੱਚੇ ਪਾਤਸ਼ਾਹ ਨੇ ਕ੍ਰੈਡਿਟ ਦਿੱਤਾ, ਤੇ ਇੱਕ ਹੋਰ ਵੱਡਾ ਕ੍ਰੈਡਿਟ ਜਿਹੜਾ ਤੁਹਾਨੂੰ ਮਿਲਣਾ ਹੀ ਨਹੀਂ ਸੀ, ਤੁਹਾਡਾ ਮੁੰਡਾ ਲੋਹਾ ਬਣ ਗਿਆ। ਸੋ ਇਸ ਉਮਰ ਚ ਮੈਂ ਸਮਝਦਾ ਕਿ ਜੇ 6 ਮਹੀਨੇ ਬੰਦਾ 4 ਮਹੀਨੇ ਅੰਦਰ ਲਾ ਕੇ ਤੇ ਆਪਦੀ ਉਹ ਜਿਹੜੀ ਮਗਰ ਜਿਹੜੀ ਬੰਦੇ ਦੀ ਹਮੇਸ਼ਾ ਇੱਛਾ ਹੁੰਦੀ ਹੈ ਕਿ ਮੇਰਾ ਮੁੰਡਾ ਮੇਰੇ ਨਾਲ ਅੱਗੇ ਲੰਘ ਦੇ, ਸਿਆਣੇ ਕਹਿੰਦੇ ਪਿਤਾ ਪਰਭੂਤ ਗੋਣੇ ਪੇ ਗੋੜਾ, ਬਹੁਤੇ ਨਹੀਂ ਤੇ ਥੋੜਾ ਥੋੜਾ। ਸੋ ਮੈਂ ਕਹਾਂਗਾ ਅੱਜ ਦੇ ਸੋ ਕਿ
ਮਹਿਤਾਬ ਸਿੰਘ ਵਰਗਾ ਪੁੱਤਰ ਵੀ ਭਾਈ ਸੱਚੇ ਪਾਤਸ਼ਾਹ ਹਰੇਕ ਨੂੰ ਦੇਵੇ ਤੇ ਤਗੜਾ ਹੋ ਕੇ ਜਿਹਨੇ ਆਪਦੇ ਬਾਪ ਦੀ ਲੜਾਈ ਲੜੀ। ਔਰ ਦੂਸਰਾ ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਹੁੰਦੇ ਬੇਸ਼ੱਕ ਹਜ਼ਾਰ ਮਤਭੇਦ ਹੋ ਸਕਦੇ ਆ ਖਹਿਰਾ ਸਾਹਿਬ ਨਾਲ, ਕੱਲ ਨੂੰ ਵੀ ਹੋ ਸਕਦੇ, ਪਰਸੋਂ ਵੀ, ਪਰ ਇਸ ਬੁਨਿਆਦੀ ਕੇਸ ਤੇ ਇਸ ਮੁੱਦੇ ਤੇ 100% ਹਿੱਕ ਠੋਕ ਕੇ ਇਸ ਪਰਿਵਾਰ ਦੇ ਨਾਲ ਤੇ ਖਹਿਰਾ ਸਾਹਿਬ ਦੇ ਨਾਲ, ਨਾ ਕੇਵਲ ਮੈਂ ਸਮੁੱਚੀ ਕਾਂਗਰਸ ਤੇ ਸਮੁੱਚੇ ਪੰਜਾਬ ਦੇ ਲੋਕ, ਰਾਹੁਲ ਗਾਂਧੀ ਜੀ ਤੇ ਸਭ ਲੋਕ, ਉਹਨਾਂ ਨੇ ਆਪਦੀਆਂ ਭਾਵਨਾਵਾਂ ਇੰਚਾਰਜ ਸਾਹਿਬ ਨੂੰ ਵੀ ਭੇਜਿਆ ਸੀ, ਪ੍ਰਗਟਾਈਆਂ, ਪਰ ਜਿੱਥੇ ਉਹ ਲੜਾਈ ਲੜ ਸਕਦੇ ਸੀ ਉਹਨਾਂ ਨੇ ਕਰੜੇ ਸ਼ਬਦਾਂ ਚ ਖਰਗੇ ਸਾਹਿਬ ਹੋਰਾਂ ਨੇ ਖਹਿਰਾ ਸਾਹਿਬ ਦੀ ਗ੍ਰਿਫਤਾਰੀ ਦੀ ਔਰ ਮੁਕੱਦਮਿਆਂ ਦੀ ਨਿੰਦਾ ਕੀਤੀ। ਸੋ ਅੱਜ ਦਾ ਜਿਹੜਾ ਮੁੱਦਾ ਸੀਗਾ ਉਹ ਅਸੀਂ ਇਸ ਤੇ ਹੀ, ਕਿਉਂਕਿ ਬਹੁਤ ਸਾਰੀਆਂ ਪੰਜਾਬ ਦੇ ਹੋਰ ਮੁੱਦੇ ਹੈ, ਅੱਜ ਅਸੀਂ ਇਸੇ ਤੇ ਅਗਰ ਗੱਲ ਕਰਾਂਗੇ ਤੇ ਤੁਸੀਂ ਸਵਾਲ ਵੀ ਬਾਜਵਾ ਸਾਹਿਬ ਦੇ ਬੋਲਣ ਤੋਂ ਬਾਅਦ ਜੇ ਕਿਸੇ ਨੇ ਪੁੱਛਣੇ ਹੋਏ, ਆਈ ਥਿੰਕ ਇਸ ਮਸਲੇ ਦੇ ਮੁਤਲਕ ਹੀ ਤੁਸੀਂ ਸਵਾਲ ਜਵਾਬ ਕਰੋਗੇ ਤਾਂ ਬਹੁਤ ਚੰਗੀ ਗੱਲ ਹੈ। ਤੁਹਾਡਾ ਧੰਨਵਾਦ। ਮੈਂ ਹੁਣ ਬੇਨਤੀ ਕਰਾਂਗਾ ਸੀਐਲਪੀ ਲੀਡਰ ਉਹ ਤੁਹਾਨੂੰ ਸੰਬੋਧਨ ਕਰਨਗੇ। ਪਰਮ ਸਤਿਕਾਰਯੋਗ ਰਾਜਾ ਬੜਿੰਦ ਜੀ, ਛੋਟੇ ਭਾਈ ਸਰ ਸੁਖਪਾਲ ਸਿੰਘ ਖਹਿਰਾ ਜੀ, ਔਜਲਾ ਸਾਹਿਬ ਸਰ ਮਹਿਤਾਬ ਸਿੰਘ ਖਹਿਰਾ ਜੀ, ਜੀਪੀ ਜੀ, ਸਾਰੇ ਪ੍ਰੈਸ ਦੇ ਵੀਰੋ, ਸਰ ਸੁਖਪਾਲ ਸਿੰਘ ਖਹਿਰਾ ਜੀ ਨੇ ਆਪਣੀਆਂ ਮਨ ਦੀਆਂ ਭਾਵਨਾਵਾਂ ਜਿਹੜੀਆਂ ਉਹ ਸਮੁੱਚੇ ਪੰਜਾਬੀ ਜਗਤ ਨਾਲ ਸਾਂਝੀਆਂ ਕੀਤੀਆਂ। ਸੁਖਪਾਲ ਜੀ, ਆਪਾਂ ਨੈਲਸਨ ਮੰਡੇਲਾ ਜੀ ਦਾ ਜ਼ਿਕਰ, ਇਸ ਟਾਈਮ ਦੁਨੀਆਂ ਭਰ ਦੇ ਵਿੱਚ ਜੇ ਦੋ ਸਾਰਿਆਂ ਨੂੰ ਵੱਡੇ ਡੈਮੋਕਰੇਟ ਜਿਨ੍ਹਾਂ ਦਾ ਜ਼ਿਕਰ ਦੁਨੀਆਂ ਭਰ ਚ ਹੁੰਦਾ, ਮਹਾਤਮਾ ਗਾਂਧੀ ਜੀ ਤੇ ਨੰਬਰ 2 ਤੇ ਨੈਲਸਨ ਮੰਡੇਲਾ ਜੀ ਦਾ ਜ਼ਿਕਰ। ਬਟ ਆਪਾਂ ਜਿਹੜੀ ਸਾਰਿਆਂ ਨੂੰ ਵੱਡੀ ਗੱਲ ਭੁੱਲ ਗਏ, ਦਸਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਨੂੰ ਵੱਡਾ ਐਗਜ਼ੈਂਪਲ, ਅਸੀਂ ਸਾਰੇ ਪੁੱਤ ਉਹਨਾਂ ਦੇ, ਬਾਕੀ ਤੇ ਆਪਾਂ ਆਪਣੇ ਪਿਤਾ ਸਾਰਿਆਂ ਦਾ ਨਾਂ ਲਿਆ, ਸਾਨੂੰ ਮਾਣ ਵੀ ਉਹਨਾਂ ਤੇ, ਅਸਲ ਪੁੱਤ ਅਸੀਂ ਉਹਨਾਂ ਅੱਜ ਗੁਰਪੁਰਬ ਵੀ, ਅੱਜ ਗੁਰਪੁਰਬ ਹੈ, ਲੱਖ ਲੱਖ ਮੁਬਾਰਕਾਂ ਨੇ ਸਾਰਿਆਂ ਨੂੰ। ਉਹ ਮੁਜੱਸਮਾ ਨੇ ਕੁਰਬਾਨੀ ਜਿਹੜਾ ਉਹਨਾਂ ਨੇ ਸਾਨੂੰ ਰਸਤਾ ਵਿਖਾਇਆ, ਮੇਰਾ ਖਿਆਲ ਹੈ ਭਗਵੰਤ ਮਾਨ ਜੀ ਜੇ ਸਹੀ ਮਾਇਨੇ ਦੇ ਵਿੱਚ ਸਿੱਖ ਧਰਮ ਦੀ ਜਾਣਕਾਰੀ ਰੱਖਦੇ ਹੋ ਤੇ ਇਸ ਕਿਸਮ ਦਾ ਕੰਮ ਉਹਨਾਂ ਨੂੰ ਪੰਜਾਬ ਚ ਨਹੀਂ ਸੀ ਕਰਨਾ। ਮੈਨੂੰ ਬਹੁਤ ਭਾਰੀ ਅਫਸੋਸ ਹੈ, 2 ਸਾਲ ਪਹਿਲੇ ਲੋਕਾਂ ਨੇ ਬਹੁਤ ਆਸਾਂ ਉਮੀਦਾਂ ਨਾਲ ਇੱਥੇ ਗਵਰਨਮੈਂਟ ਲੈ ਕੇ ਆਉਂਦੀ, ਬਦਲਾਵ ਦੇ ਨਾਂ ਥੱਲੇ ਕਿ ਇਹੋ ਜਿਹੇ ਲੋਕ ਲੈ ਕੇ ਆਵਾਂਗੇ ਜਿਹਦੇ ਵਿੱਚ ਸਾਰਿਆਂ ਨੂੰ ਪਹਿਲਾ ਪੁਆਇੰਟ ਹੀ ਇਹ ਸੀ ਕਿ ਇਸ ਦੇਸ਼ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਹਿਊਮਨ ਰਾਈਟਸ ਨੇ, ਸਾਡਾ ਸੈਕੂਲਰ ਕਰਤਾਰ ਹੈ, ਉਹਦੇ ਤੇ ਪਹਿਰਾ ਇਹ ਸਰਕਾਰ ਦਾ। ਠੀਕ ਕਿਹਾ ਸਰ ਸੁਖਪਾਲ ਸਿੰਘ ਖਹਿਰਾ ਜੀ, ਇਹਨਾਂ ਦੇ ਆਪ ਦੇ ਸੁਪਰੀਮੋ ਜਿਹੜੇ ਨੇ ਇੱਕ, ਇਹਨਾਂ ਦੇ ਆਪਣੇ ਜਦੋਂ ਇਹਨਾਂ ਦੇ ਖਿਲਾਫ ED ਜਾਂਦੀ ਹੈ ਤੇ ਇਹਨਾਂ ਦੇ ਸਾਥੀ ਇਹਨਾਂ ਦੀ ਤੁਲਨਾ ਸ਼ਹੀਦ ਆਜ਼ਮ ਭਗਤ ਸਿੰਘ ਨਾਲ ਸ਼ੁਰੂ ਕਰ, ਸਤਿੰਦਰ ਜੈਨ ਜੀ ਨੂੰ ਉਹਨਾਂ ਦੀ ਵੀ ਕਿਸੇ ਫਰੀਡਮ ਫਾਈਟਰ ਨਾਲ ਤੁਲਨਾ ਕਰ ਦਿੰਦੇ, ਇਹਨਾਂ ਦੇ ਸਿਸੋਦੀਆ ਸਾਹਿਬ ਦੀ ਵੀ ਤੁਲਨਾ ਫਰੀਡਮ ਫਾਈਟਰਸ ਨਾਲ ਹੋ ਜਾਂਦੀ। ਕੇਜਰੀਵਾਲ ਸਾਹਿਬ, ਇੱਕ ਪਾਸੇ ਤੁਹਾਡੀ ਆਪਣੀ ਸਰਕਾਰ, ਤੁਸੀਂ ਹਰ ਰੋਜ਼ ਇਲਜ਼ਾਮ ਬੀਜੇਪੀ ਦੀ ਸਰਕਾਰ ਤੇ ਮੋਦੀ ਹੋਣਾ ਦੀ ਸਰਕਾਰ ਤੇ,
ਸੈਂਟਰ ਦੀਆਂ ਏਜੰਸੀਆਂ ਦੀ ਦੁਰਵਰਤੋਂ ਦੀ ਗੱਲ ਕਰਦੇ ਤੇ ਦੂਜੇ ਪਾਸੇ ਉਹੀ ਚੀਜ਼ ਤੁਹਾਡਾ ਨੁਮਾਇੰਦਾ ਪੰਜਾਬ ਦਾ ਮੁੱਖ ਮੰਤਰੀ ਸੇਮ ਉਹਨਾਂ ਕੋਲ ਤੇ 8-7 ਏਜੰਸੀਆਂ ਨੇ, ਤੁਹਾਡੇ ਕੋਲ ਤਾਂ ਕੱਲੀ ਇੱਕ ਵਿਜੀਲੈਂਸ ਹੈ। ਜੇ ਇੱਕ ਨਾਮਵਰ ਆਪਣੇ ਸਦ ਵੇਖੋ, ਸਾਰਿਆਂ ਨੂੰ ਅਫਸੋਸ ਦੀ ਗੱਲ, ਬਾਕੀਆਂ ਦਾ ਤੇ ਭਗਵੰਤ ਮਾਨ ਕੋ ਥੋੜਾ ਮੋਟਾ ਵਾਕਫ ਹੋਏਗਾ, ਸਾਡੇ ਨਾਲ ਵੀ ਪਾਰਲੀਮੈਂਟ ਚ ਰਿਹਾ, ਚਲੋ ਸਾਡੇ ਨਾਲ ਤੇ ਕਿਤੇ ਚਾਹ ਦਾ ਕੱਪ ਜਾਂ ਕਾਫੀ ਦਾ ਕੱਪ ਸਾਂਝਾ ਕੀਤਾ। ਉਹ ਸੁਖਪਾਲ ਸਿੰਘ ਖਹਿਰਾ ਨਾਲ ਤੇ 2 ਸਾਲ ਜਾਂ 3 ਸਾਲ ਉਸੇ ਪਾਰਟੀ ਚ ਰਹੇ, ਭਗਵੰਤ ਮਾਨ ਪਾਰਟੀ ਦਾ ਪ੍ਰਧਾਨ ਸੀ, ਇਸੇ ਕੇਜਰੀਵਾਲ ਨੇ ਸੁਖਪਾਲ ਸਿੰਘ ਖਹਿਰਾ ਜੀ ਨੂੰ ਲੀਡਰ ਆਫ ਆਪੋਜੀਸ਼ਨ ਬਣਾਇਆ, ਜਿਹਦੇ ਨਾਲ ਤੁਸੀਂ ਰੋਟੀ ਸਾਂਝੀ ਕੀਤੀ ਹੋਏ, ਨਮਕ ਇਕੱਠਿਆਂ ਖਾਧਾ ਹੋਏ। ਜੇ ਉਹਦੇ ਨਾਲ ਤੁਸੀਂ ਇਹ ਕੰਮ ਕਰ ਸਕਦੇ ਤਾਂ ਬਗਾਨਿਆਂ ਨਾਲ ਤੁਸੀਂ ਕੀ ਕਰ, ਕੀ ਤੁਹਾਡੇ ਤੋਂ ਲੋਕ ਦੂਜੇ ਸਿਆਸੀ ਵਿਰੋਧੀ ਕੀ ਤੁਹਾਡੇ ਤੋਂ ਆਸ ਉਮੀਦ ਕਰਨ। ਮੈਂ ਸਮਝਣਾ ਜਿਹੜੀ ਗੱਲ ਰਾਜਾ ਜੀ ਨੇ ਕਹੀ, ਸਾ ਸੁਖਪਾਲ ਸਿੰਘ ਖਹਿਰੇ ਤੇ ਸਾਨੂੰ ਪੂਰਨ ਸਾਰੀ ਪਾਰਟੀ ਨੂੰ ਫਖਰ ਵੀ ਹੈ, ਦ੍ਰਿੜਤਾ ਵਾਲੇ ਨੇ, ਮਜ਼ਬੂਤ ਇਰਾਦੇ ਵਾਲੇ ਨੇ। ਬਹੁਤ ਦਫਾ ਜੇਲ ਚ ਜਾ ਕੇ ਮੈਨੂੰ ਉਹਨਾਂ ਦੀਆਂ ਮੁਲਾਕਾਤਾਂ ਕਰਨ ਦਾ ਮੌਕਾ ਮਿਲਿਆ, ਤਰੀਕਾ ਤੇ ਵੀ ਜਾ ਕੇ ਮੌਕਾ ਮਿਲਿਆ, ਕਦੀ ਵੀ ਉਹਨਾਂ ਨੇ ਹੌਸਲਾ ਨਹੀਂ ਛੱਡਿਆ, ਜਿਹੜੀ ਬਹੁਤ ਵੱਡੀ ਗੱਲ ਸਾਡੇ ਕਾਡਰਸ ਵਾਸਤੇ ਵੀ, ਸਾਡੇ ਬਾਕੀ ਸਾਥੀਆਂ ਵਾਸਤੇ। ਮੁਸ਼ਕਲ ਘੜੀਆਂ ਬੰਦਿਆਂ ਤੇ ਬਣਦੀਆਂ, ਮਰਦ ਉਹਨਾਂ ਨੂੰ ਕਿਹਾ ਜਾ ਸਕਦਾ ਜਿਨ੍ਹਾਂ ਦੇ ਮੁਸ਼ਕਲ ਘੜੀ ਬਣਦੀ ਹੈ ਤੇ ਮਰਦਾਂ ਵਰਗਾ ਫਿਰ ਉਹਦਾ ਮੁਕਾਬਲਾ ਕਰਨ। ਸਾਨੂੰ ਖੁਸ਼ੀ ਹੋਈ ਆਪਣੇ ਅਜ਼ੀਜ਼ ਤੇ, ਆਪਣੇ ਭਤੀਜੇ ਤੇ ਮਹਿਤਾਬ ਸਿੰਘ ਜੀ, ਜਦੋਂ ਵੀ ਕਦੀ ਕੋਈ ਗੱਲ ਹੋਣੀ ਸਾਰਿਆਂ ਨੂੰ ਪਹਿਲਾ ਫੋਨ ਉਹਦਾ ਮੈਨੂੰ ਆਇਆ ਕਿ ਅੰਕਲ ਆਹ ਗੱਲ ਹੋ ਗਈ, ਹੁਣ ਦੱਸੋ ਇਹਦੇ ਤੇ ਕਿੱਸਾ ਕਰਨਾ। ਗੁਰੂ ਮਹਾਰਾਜ ਸਾਹਿਬ ਦੀ ਅਪਾਰ ਕਿਰਪਾ, ਮੈਂ ਸਮਝਦਾ ਸਾਰਿਆਂ ਨੂੰ ਵੱਡੀ ਗੱਲ ਦੁਨੀਆ ਦੇ ਵਿੱਚ ਕਿਰਦਾਰ ਹੈ ਤੁਹਾਡਾ, ਫਿਰ ਹੈ ਲੋਕਾਂ ਵਿੱਚ ਗੁੱਡਵਿਲ ਤੁਹਾਡੀ, ਬਾਕੀ ਚੀਜ਼ਾਂ ਜਿਹੜੀਆਂ ਮੈਟਰ ਨਹੀਂ ਕਰਦੀ, ਜਿਹੜੇ ਬੈਂਕਾਂ ਵਿੱਚ ਪਏ ਹੋਏ ਨੋਟ ਨੇ ਮੈਟਰ ਨਹੀਂ ਕਰਦੇ, ਤੁਹਾਡੀ ਲੋਕਾਂ ਵਿੱਚ ਕਿਸ ਕਿਸਮ ਦੀ ਉਹ ਤੁਹਾਡੀ ਇਮੇਜ ਹੈ ਲੋਕਾਂ ਦੇ ਦਿਲ ਚ, ਕਿਸ ਕਿਸਮ ਉਹ ਤੁਹਾਡਾ ਪਿਆਰ ਕਰਦੇ ਨੇ। ਤੇ ਸਾਨੂੰ ਵੀ ਮਾਣ ਹੈ ਕਿ ਖਹਿਰਾ ਸਾਹਿਬ ਤੁਸੀਂ ਸਾਰੀ ਪਾਰਟੀ ਦੀ ਜਿਹੜੀ ਛਵੀ ਹੈ ਉਹ ਡੋਲਣ ਨਹੀਂ ਦਿੱਤੀ, ਸਮੁੱਚੀ ਕਾਂਗਰਸ ਖਹਿਰਾ ਸਾਹਿਬ ਦੇ ਨਾਲ, ਸਾਰਾ ਪੰਜਾਬ ਦਾ ਯੂਨਿਟ ਤੇ ਨੈਸ਼ਨਲ ਯੂਨਿਟ ਇਹਨਾਂ ਨਾਲ, ਔਖੀਆਂ ਘੜੀਆਂ ਕੱਟੀਆਂ ਬਟ ਮਰਦ ਵੀ ਤੇ ਲੀਡਰ ਵੀ ਇਹਨਾਂ ਔਖੀਆਂ ਘੜੀਆਂ ਚੋਂ ਹੀ ਬਾਹਰ ਨਿਕਲਦੇ, ਇਹ ਵੀ ਅਗਨੀ ਪ੍ਰੀਖਿਆ ਤੋਂ ਬਾਹਰ ਆਏ। ਤੋ ਅਸੀਂ ਆਪਣੇ ਸਾਥੀ ਨੂੰ ਵਾਪਸ ਘਰ ਆਉਣ ਤੇ ਜੀ ਆਇਆਂ ਵੀ ਆਖਦੇ ਹਾਂ। ਤੇ ਮੈਂ ਅੱਜ ਇਸੇ ਸਟੇਜ ਉੱਤੋਂ ਇੱਕ ਭਗਵੰਤ ਮਾਨ ਨੂੰ ਵੀ ਇਹ ਗੱਲ ਕਹਿਣਾ ਚਾਹੁੰਦਾ, ਭਗਵੰਤ ਮਾਨ ਜੀ ਸਾਰੀ ਉਮਰ ਤੁਸੀਂ ਨਹੀਂ ਰਹਿਣਾ, ਤੇ ਜੇ ਤੁਸੀਂ ਸੋਚੋ ਕਿ ਸਰਕਾਰ ਦੀਆਂ ਕਮੀਆਂ ਪੇਸ਼ੀਆਂ ਅਸੀਂ ਦਸਮ ਤੋਂ ਗੁਰੇਜ਼ ਕਰਾਂਗੇ ਤਾਂ ਬਿਲਕੁਲ ਭੁੱਲ ਜਾਓ, ਅਸੀਂ ਦਸਮ ਪਿਤਾ ਦੇ ਸਾਰੇ ਬੱਚੇ ਹਾਂ, ਇਹ ਚੀਜ਼ਾਂ ਸਾਡੇ ਤੇ ਕੋਈ ਅਸਰ ਨਹੀਂ ਕਰਦੀ, ਕੋਈ ਡਰ ਖੌਫ ਤਾਂ ਸਾਡੇ ਕੋਲ ਦੀ ਵੀ ਨਹੀਂ ਟੱਪਿਆ ਕਰ, ਪਿਆਰ ਦੀ ਗੱਲ ਤੇ ਅਸੀਂ ਸਮਝ ਸਕਦੇ ਹਾਂ। ਆ ਜਿਹੜਾ ਤੁਸੀਂ ਰਸਤਾ ਅਪਣਾ ਲਿਆ ਬਿਲਕੁਲ ਠੀਕ ਹੈ, ਮੈਂ ਸਹਿਮਤ ਹਾਂ ਸਰ ਸੁਖਪਾਲ ਸਿੰਘ ਖਹਿਰਾ ਜੀ ਨਾਲ, ਟਾਈਮ ਆ ਗਿਆ ਆਪਣੇ ਦਫ਼ਤਰਾਂ ਚੋਂ ਡਾਕਟਰ ਅੰਬੇਦਕਰ ਸਾਹਿਬ ਦੀ ਤੇ ਸ਼ਹੀਦ ਆਜ਼ਮ ਭਗਤ ਸਿੰਘ ਦੀ
ਕਿਉਂਕਿ ਤੁਸੀਂ ਸੋਚਣਾ ਨਹੀਂ ਬੱਝੇ, ਤੁਸੀਂ ਉਹ ਕੰਮ ਕਰ ਰਹੇ ਹੋ ਜਿਹੜੇ ਕੰਪਲੀਟਲੀ ਉਹਨਾਂ ਦੀ ਆਈਡੀਓਲੋਜੀ ਦੇ ਖਿਲਾਫ ਨੇ। ਕਿਰਪਾ ਕਰਕੇ ਸਾਰਿਆਂ ਨੂੰ ਪਹਿਲੇ ਉਹਨਾਂ ਦੀਆਂ ਤਸਵੀਰਾਂ ਆਪਣੇ ਦਫ਼ਤਰਾਂ ਤੋਂ ਉਤਾਰੋ, ਤੇ ਮੈਂ ਇਹਨੂੰ ਰਾਏ ਦਊਂਗਾ ਕਿ ਜਿਹੜਾ ਤੂੰ ਇਹ ਨਵਾਂ ਕੰਮ ਆਰੰਭਿਆ ਇਹਦੇ ਨਾਲ ਬੈਟਰ ਜੇ ਅਡੋਲਫ ਹਿਟਲਰ ਦੀ ਫੋਟੋ ਤੂੰ ਲਾ ਲੈ, ਕਿਉਂਕਿ ਤੇਰੀ ਸੋਚ ਉਸ ਕਿਸਮ ਦੀ। ਤੁਸੀਂ ਅਡੋਲਫ ਹਿਟਲਰ ਦੀ ਸੋਚ ਤੇ ਚੱਲਦੇ ਹੋ। ਤੁਹਾਨੂੰ ਪਤਾ ਜਿਹੜਾ ਇਹਨਾਂ ਦਾ ਪਬਲਿਸਿਟੀ ਮਿਨਿਸਟਰ ਸੀ ਜਨਰਲ ਗੋਬਲਸ, ਜਨਰਲ ਗੋਬਲਸ ਦਾ ਵੀ ਕਹਿਣਾ ਸੀ, ਕਹਿ ਰਿਹਾ ਸਾਹਿਬ ਹਾਂਜੀ ਸਰ, ਇੱਕ ਝੂਠ ਨੂੰ 100 ਵਾਰ ਬੋਲੋ ਤੇ ਉਹ ਸੱਚ ਬਣ ਜਾਂਦਾ, ਤੇ ਤੁਸੀਂ ਉਸੇ ਤੇ ਹੀ ਚੱਲਦੇ ਹੋ। ਲਗਾਤਾਰ 750-800 ਕਰੋੜ ਰੁਪਇਆ, ਜਿਸ ਸੂਬੇ ਦੀ ਆਰਥਿਕ ਹਾਲਤ ਇੰਨੀ ਕਮਜ਼ੋਰ ਹੈ, ਦੋਹਾਂ ਸਾਲਾਂ ਚ ਅਸੀਂ 90,000 ਕਰੋੜ ਦਾ ਕਰਜ਼ਾ ਚੁੱਕ ਲਿਆ, ਸਾਲ ਚੜ੍ਹਦੇ ਆ 2500 ਕਰੋੜ ਰੁਪਇਆ ਪਹਿਲੇ ਦਿਨ ਚੁੱਕ ਲਿਆ। ਤੋਂ ਬਿਹਤਰ ਇਹ ਹੋਏਗਾ ਇਹਨਾਂ ਦੋ ਮਹਾਨ ਸ਼ਖਸੀਅਤਾਂ ਦੀਆਂ, ਕਿਉਂਕਿ ਜਿਹਨਾਂ ਦੀ ਆਈਡੀਓਲੋਜੀ ਨਾਲ ਤੁਸੀਂ ਬੱਝੇ ਨਹੀਂ, ਜਿਹਨਾਂ ਦੀ ਸੋਚ ਨਾਲ ਤੁਸੀਂ ਬੱਝੇ ਨਹੀਂ, ਉਹਨਾਂ ਦੀਆਂ ਤਸਵੀਰਾਂ ਲਾਓ ਤੇ ਅਡੋਲਫ ਹਿਟਲਰ ਦੀਆਂ ਲਾਓ, ਤੇ ਅਡੋਲਫ ਹਿਟਲਰ ਜੇ ਚੰਗੀ ਤਰ੍ਹਾਂ ਵੇਖੋ ਇਹਨਾਂ ਦੇ ਕਿਸੇ ਲੀਡਰ ਦਾ ਧਿਆਨ ਨਾਲ ਜੇ ਚਿਹਰਾ ਮੋਹਰਾ ਵੇਖੋ, ਇੱਕ ਅੱਧੇ ਦੀ ਸ਼ਕਲ ਵੀ ਉਹਦੇ ਨਾਲ ਉਹਦੀ ਤਸਵੀਰ ਲਾਓ ਉੱਥੇ, ਕਿਉਂਕਿ ਤੁਹਾਡੀ ਸੋਚ ਇਹ ਹੈ। ਤੇ ਜਿਹੜੀ ਗੱਲ ਸੁਖਪਾਲ ਸਿੰਘ ਜੀ ਕਹੀ ਹੈ, ਇਹ ਜੇ ਵੜਿੰਗ ਸਾਹਿਬ ਸਹਿਮਤੀ ਦੇਣ, ਮੈਂ ਸਹਿਮਤ ਹਾਂ, ਇੱਕ ਬੋਰਡ ਉੱਥੇ ਲਾਇਆ ਜਾਏ ਕਾਲੇ ਰੰਗ ਨਾਲ, ਇਹਨਾਂ ਅਫਸਰਾਂ ਦੀਆਂ ਜਿਹੜੇ ਜ਼ਿਆਦਤੀਆਂ ਕਰ ਰਹੇ ਨੇ ਉਹਨਾਂ ਦੇ ਨਾਂ ਲਿਖੇ ਜਾਣ, ਤੇ ਉਹਦੇ ਉੱਤੇ ਬਕਾਇਦਾ ਤੋਂ ਰਾਤ ਨੂੰ ਵੀ ਕੋਈ ਬਿਹਤਰੀਨ ਲਾਈਟ ਲਾਈ ਜਾਏ, ਜਦੋਂ ਰਾਤ ਨੂੰ ਵੀ ਕੋਈ ਲੋਕ ਪੰਜਾਬ ਨੂੰ ਜਾਂਦੇ ਨੇ PGI ਦੇ ਜ਼ਰੀਏ, ਉਹ ਚੰਗੀ ਤਰ੍ਹਾਂ ਪੜ੍ਹ ਸਕਣ ਕਿ ਕਿਹੜੇ ਆਦਮੀ ਨੇ ਜਿਹਨਾਂ ਦੇ ਕਾਲੇ ਅੱਖਰਾਂ ਦੇ ਵਿੱਚ ਨਾਂ ਲਿਖੇ ਨੇ। ਸੋ ਮੈਂ ਆਪਣੇ ਛੋਟੇ ਵੀਰ ਨੂੰ ਉਹਨਾਂ ਦੀ ਘਰ ਵਾਪਸੀ ਤੇ ਵੈਲਕਮ ਵੀ ਕਰਨਾ, ਗੁਰੂ ਮਹਾਰਾਜ ਸਾਹਿਬ ਦੇ ਚਰਨਾਂ ਚ ਅਰਦਾਸ ਵੀ ਕਰਨਾ ਕਿ ਸਾਰੀ ਪਾਰਟੀ ਇੱਕ ਰਹੇ, ਸਾਰੀ ਪਾਰਟੀ ਇਕੱਠੇ ਹੋ ਕੇ। ਅੱਜ ਪੰਜਾਬ ਨੂੰ ਜ਼ਰੂਰਤ ਹੈ ਕਿ ਇੱਕ ਇਹੋ ਜਿਹੀ ਪਾਰਟੀ ਉੱਭਰ ਕੇ ਨਿਕਲੇ ਜਿਹੜੇ ਪੰਜਾਬ ਦੇ ਹੱਕਾਂ ਵਾਸਤੇ ਲੜਾਈ ਲੜ ਸਕੇ, ਸੱਚਾਈ ਤੇ ਪਹਿਰਾ ਦੇ ਸਕੇ। ਤੋਂ ਇੰਨਾ ਹੀ ਕਹਿੰਦਾ ਹੋਇਆ ਮੈਂ ਸਾਰੇ ਹੀ ਪ੍ਰੈਸ ਵਾਲਿਆਂ ਦਾ, ਇੱਥੇ ਆਏ ਹੋਏ ਭਰਾਵਾਂ ਦਾ ਬਹੁਤ ਬਹੁਤ ਮਸ਼ਕੂਰ ਹਾਂ, ਬਹੁਤ ਬਹੁਤ ਤੁਹਾਡਾ ਸ਼ੁਕਰੀਆ, ਬਹੁਤ ਤੁਹਾਡੀ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਜੈ ਹਿੰਦ ਤੇ ਜੈ ਭਾਰਤ। ਮੇਰਾ ਇੱਕ ਸਵਾਲ ਹੈ, ਥੋੜੀ ਦੇਰ ਪਹਿਲੇ ਬੋਲਾ ਹੈ ਕਿ 13-0 ਹੋਗਾ, 13 ਆਮ ਆਦਮੀ ਪਾਰਟੀ ਜਿੱਤੇਗੀ। ਸੋ ਮੈਨੂੰ ਲੱਗਦਾ ਕਿ 13-0 ਜਾਂ ਇਹਦੇ ਤੇ ਗੱਲ ਆਪਾਂ ਫਿਰ ਕਿਸੇ ਦਿਨ ਕਰ ਲਾਂਗੇ। ਆਲਰੇਡੀ ਅਸੀਂ ਕਨਵੇ ਕਰ ਚੁੱਕੇ ਹਾਂ ਕਿ ਅਸੀਂ ਜਦੋਂ ਕਿਹਾ ਵੀ 13-8 ਹੋਣਾ, ਅਸੀਂ ਵੀ ਤਾਂ ਕਹਿ ਰਹੇ ਹਾਂ ਵੀ 13 ਸੀਟਾਂ ਤੇ ਅਸੀਂ ਤਿਆਰੀ ਕਰ ਰਹੇ ਹਾਂ, ਅਸੀਂ ਮਗਰਲੇ 1.5 ਸਾਲ ਤੋਂ ਇੱਕ ਹੀ ਗੱਲ ਕਹਿ ਰਹੇ ਹਾਂ। ਸੋ ਮੇਰੀ ਬੇਨਤੀ ਹੈ, ਮੈਂ ਵਾਰੀ ਵਾਰੀ ਫਿਰ, ਕਿਉਂਕਿ ਖਹਿਰਾ ਸਾਹਿਬ ਨੇ ਰਿਕੁਐਸਟ ਕੀਤੀ ਹੈ, ਇਟਸ ਬੈਟਰ ਕਿ ਅਸੀਂ ਲੋਕ ਖਹਿਰਾ ਸਾਹਿਬ ਦੇ ਮੁਤਲਕ ਹੀ ਕੋਈ ਸਵਾਲ ਜਵਾਬ ਕਰੀਏ। ਆਪਣੇ ਕੋਲ ਹੋਰ ਬਥੇਰੇ ਦਿਨ ਹੈ, ਸ਼ਾਮ ਨੂੰ ਫਿਰ ਇੰਟਰਵਿਊ ਦੇ ਦਿਆਂਗੇ ਤੁਹਾਨੂੰ। ਮੇਰਾ ਸਵਾਲ ਖਹਿਰਾ ਸਾਹਿਬ ਤੋਂ ਹੀ ਹੈ, ਸ਼ਿੱਦਤ ਖਹਿਰਾ ਸਾਹਿਬ ਤੇ ਹੋਈ, ਬਾਕੀ ਲੋਕਾਂ ਪੇ ਵੀ ਹੋਈ, ਅਭੀ ਖਹਿਰਾ ਸਾਹਿਬ ਨੇ ਕੁਝ 21 ਹਿੰਦੂ ਦਾ ਨਾਮ ਦਿੱਤਾ, ਠੀਕ ਹੈ ਨਾ। ਲੇਕਿਨ ਕਿਉਂਕਿ ਪੋਲੀਟੀਕਲ ਪਾਰਟੀ ਹੈ, ਇੱਕ ਪੋਲੀਟੀਕਲ ਰਾਜਨੇਤਾ ਪੇ ਹੋਈ ਹੈ, ਅੱਜ ਉਹੀ ਕਾਂਗਰਸ, ਉਹੀ ਕਾਂਗਰਸ ਚੰਡੀਗੜ੍ਹ ਮੇ ਆਮ ਆਦਮੀ ਪਾਰਟੀ ਨਾਲ ਖੜੀ ਹੋ ਗਈ, ਕੀ ਇਹ ਚੀਜ਼ ਪੰਜਾਬ ਮੇ ਨਹੀਂ ਹੋ ਸਕੀ? ਮੇਰਾ ਸਵਾਲ ਹੈ। ਹੋ ਸਕਦਾ ਪੰਜਾਬ ਮੇ ਨਾ ਹੋ,
मेरे कहने का मतलब हर ना ना हर प्रदेश का अलग अलग सिस्टम है, हर देश का अलग अलग सिस्टम है, हर गांव का अलग अलग सिस्टम है, हर घर का अलग अलग सिस्टम है, पंजाब का अलग सिस्टम है और पंजाब के लोगों की भावनाएं पार्टी जान चुकी है। और मेरे को लगता है आप मेरी तरफ से लिख दीजिए कि पंजाब के लोगों की भावनाएं को ध्यान में रखते हुए और पंजाब के कांग्रेसी वर्करों की भावनाओं को ध्यान में रखते हुए पार्टी फैसले लेती है और कभी हमारे ऊपर इस प्रकार का कोई फैसला थोपा नहीं गया है। आप चंडीगढ़ की उदाहरण देके पंजाब से उसका तलुका नहीं जोड़ सकते। थैंक यू। खैरा साहब, तुम क्या कहते हो सॉलिटरी कंफाइनमेंट में रखा गया ते पहला भी तुम जेल जाके आए हैं पर जड़े या 4 महीने इस बार गए हो एक तरह की दरबा होया जेल में तेरा टाइम किने गुजरा? अच्छा, शुक्रिया दादा। जेल जड़ी है ये बेसिकली यू हैव टू केयरफुली एनालाइज कि ਤੁਸੀਂ ਇਹਦੇ ਵਿੱਚ ਸਮਾਂ ਆਪਣਾ ਕਿੰਨਾ ਬਤੀਤ ਕਰਨਾ ਪੋਜ਼ਿਟਿਵਲੀ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਆਪਣਾ ਫਰੇਮ ਆਫ ਮਾਈਂਡ ਠੀਕ ਰੱਖਣਾ ਪੈਂਦਾ। ਮੈਂਟਲ ਤੌਰ ਤੇ ਆਪਣੇ ਆਪ ਨੂੰ ਸਮਝਾਉਣਾ ਵਾ ਕਿ ਮੈਂ ਘਬਰਾਉਣਾ ਨਹੀਂਗਾ ਔਰ ਚੰਗੇ ਬੰਦਿਆਂ ਦੀ ਬਾਰੇ ਸੋਚਣਾ, ਚੰਗੇ ਬੰਦਿਆਂ ਬਾਰੇ ਪੜ੍ਹਨਾ। ਜਿੱਦਾਂ ਮੈਂ ਜੋ ਵੀ ਪੜ੍ਹਿਆ, ਚਾਹੇ ਉਹ ਨੈਲਸਨ ਮੰਡੇਲਾ, ਇਮਰਾਨ ਖਾਨ, ਇਨਫੈਕਟ ਫਾਤਿਮਾ ਭੁੱਟੋ ਨੇ ਬੜੀ ਅੱਛੀ ਕਿਤਾਬ ਲਿਖੀ ਹੈ। ਆਪਣਾ ਪੰਜਾਬ ਦਾ ਇੱਕ ਬਹੁਤ ਅੱਛਾ ਰਾਈਟਰ ਹੈ ਅਮਨਦੀਪ ਸਿੰਘ ਸੰਧੂ, ਉਹਨਾਂ ਨੇ ਇੱਕ ਕਿਤਾਬ ਲਿਖੀ ਵਿੱਚ ਆਈ ਵੁੱਡ ਰਿਕਮੈਂਡ ਫੋਰ ਐਵਰੀ ਯੂਥ ਆਫ ਪੰਜਾਬ ਕੇ ਦ ਜਰਨੀ ਥਰੂ ਫੋਲਟ ਲਾਈਨਸ। ਬਹੁਤ ਅੱਛੀ ਕਿਤਾਬ ਹੈ। ਉਹ ਹੈ ਵੀ ਵਿਚਾਰੇ ਰਹਿੰਦੇ ਸ਼ਾਇਦ ਬੈਂਗਲੌਰ ਨੇ, ਰੋਡ ਕਿਲਾ ਉੱਥੇ ਉਹਦੀ ਅਪਬ੍ਰਿੰਗਿੰਗ ਸੀਗੀ। ਹੀ ਹੈਜ਼ ਡਨ ਅ ਵੈਰੀ ਐਕਸਟੈਂਸਿਵ ਰਿਸਰਚ। ਮੈਂ ਉਹਦੀ ਕਿਤਾਬ ਬਹੁਤ ਡਿਟੇਲ ਵਿੱਚ ਪੜ੍ਹੀ, ਮਹਾਰਾਜਾ ਰਣਜੀਤ ਸਿੰਘ ਦਾ ਕੈਰੇਕਟਰ ਪੜ੍ਹਿਆ ਜਾਂ ਚਲੋ ਹੋਰ। ਸੋ ਉੱਥੋਂ ਤੁਹਾਨੂੰ ਇੱਕ ਪੋਜ਼ਿਟਿਵ ਊਰਜਾ ਮਿਲਦੀ ਆ। ਸੋ ਵਾਂਸ ਯੂ ਆਰ ਮੈਂਟਲੀ ਸਟਰੋਂਗ ਦੈਨ ਬਾਕੀ ਸਾਰੀਆਂ ਗੱਲਾਂ ਸੈਕੰਡਰੀ ਨੇ। ਫਿਜ਼ੀਕਲ ਸਟਰੈਂਥ ਜਿਹੜੀ ਉਹ ਸੈਕੰਡਰੀ ਗੱਲ ਹੈਗੀ ਆ। ਤਾਂ ਮੈਂ ਇੱਕ ਤਾਂ ਪੜ੍ਹਨ ਦੇ ਵਿੱਚ ਆਪਣਾ ਸਮਾਂ ਲਾਇਆ, ਅੱਛਾ ਫਿਰ ਮੈਂ ਘੰਟਾ ਕੁ ਸਵਾ ਘੰਟਾ ਆਈ ਵੁੱਡ ਡੂ ਫਿਜ਼ੀਕਲ ਐਕਸਰਸਾਈਜ਼। ਮੈਂ ਇੱਥੇ ਵੀ ਕਰਦਾ, ਬਾਹਰ ਵੀ ਕਰਦਾ, ਉੱਥੇ ਵੀ ਕਰਦਾ ਰਿਹਾ ਵਾਂ। ਤੇ ਉਸ ਤੋਂ ਇਲਾਵਾ ਅਫਕੋਰਸ ਜਦੋਂ ਤੁਸੀਂ ਕਿੰਨਾ ਕੁ ਪੜ੍ਹ ਲਓਗੇ, ਕਿੰਨੀ ਕੁ ਐਕਸਰਸਾਈਜ਼ ਕਰ ਲਓਗੇ, ਫਿਰ ਕੁਛ ਨਾ ਕੁਛ ਤੁਸੀਂ ਅਗਰ ਆਪਣੇ ਮਨ ਨੂੰ ਹੋਰ ਸਮਝਾਉਣਾ ਤਾਂ ਯੂ ਕੈਨ ਮੈਡੀਟੇਟ ਆਲਸੋ। ਛੋਟਾ ਮੋਟਾ ਟੈਲੀਵਿਜ਼ਨ ਥੋੜ੍ਹਾ ਬਹੁਤਾ ਜਿਹੜਾ ਬਾਅਦ ਚਲਾਤਾ ਉਹਨਾਂ ਨੇ, ਉਹਦੇ ਨਾਲ ਟਾਈਮ ਪਾਸ ਕੀਤਾ, ਕੁਛ ਮੁਲਾਕਾਤਾਂ ਆ ਗਈਆਂ। ਯੂ ਲੁੱਕ ਫੋਰਵਰਡ ਕਿ ਬਾਜਵਾ ਸਾਹਿਬ ਆ ਰਹੇ ਨੇ ਅੱਜ ਸਾਡੇ, ਮੇਰੇ ਇਹ ਇਕੱਲੇ ਸਾਡੇ ਲੀਡਰ ਆਫ ਆਪੋਜੀਸ਼ਨ ਨੇਗੇ, ਇਹ ਮੇਰੇ ਸਾਡੇ ਪਰਿਵਾਰਕ ਸੰਬੰਧ ਹੈ ਬਹੁਤ ਪੁਰਾਣੇ। ਇਹਨਾਂ ਦੇ ਪਿਤਾ ਜੀ ਸਰਦਾਰ ਸਤਨਾਮ ਸਿੰਘ ਬਾਜਵਾ ਔਰ ਮੇਰੇ ਪਿਤਾ ਜੀ ਅਜ਼ੀਜ਼ ਮਿੱਤਰ ਸੀਗੇ। ਤੇ ਕਦੀ ਰਾਜਾ ਵੜਿੰਗ ਜੀ ਆ ਰਹੇ ਨੇ ਜਾਂ ਹੋਰ ਸਾਡੇ ਅੱਛੇ ਲੀਡਰਸ ਦਵਿੰਦਰ ਯਾਦਵ ਜੀ ਆਏ, ਤਾਂ ਉਹਦੇ ਨਾਲ ਯੂ ਗੈਟ ਸਮ ਪੋਜ਼ਿਟਿਵ ਐਨਰਜੀ। ਸੋ ਬੇਸਿਕਲੀ ਫਰੇਮ ਆਫ ਮਾਈਂਡ ਦੀ ਗੱਲ ਹੈਗੀ ਕਿ ਆਪਣੇ ਆਪ ਨੂੰ ਕਿੱਦਾਂ ਰੱਖਣਾ। ਜੇ ਡਰੋਂਗੇ, ਕਿਉਂਕਿ ਇੱਕ ਕਿਸੇ ਨੇ ਅੱਛਾ ਲਿਖਿਆ ਵਾ ਕਿ ਜਿਹੜੀ ਚੀਜ਼ ਤੁਹਾਡੇ ਹੱਥ 'ਚ ਨਹੀਂ ਗੀ, ਜੋ ਤੁਸੀਂ ਕਰ ਨਹੀਂ ਸਕਦੇ, ਉਹਦੇ ਬਾਰੇ ਐਵੇਂ ਸੋਚੀ ਜਾਣਾ, ਉਹਦੇ 'ਤੇ ਐਵੇਂ ਆਪਣਾ ਸਮੇਂ ਜਾਂ ਐਨਰਜੀ ਬਰਬਾਦ ਕਰਨ ਦਾ ਕੋਈ ਫਾਇਦਾ। ਬਾਕੀ ਸਭ ਕੁਛ ਉਹ ਮੈਂ ਜਿੱਦਾਂ ਕਿਹਾ, ਕੁਦਰਤ ਬਹੁਤ ਬੇਅੰਤ ਆ, ਬਹੁਤ ਕੁਛ ਉਹਦੇ ਹੱਥ ਵਿੱਚ ਆ। ਉਹ ਅਰਸ਼ ਤੋਂ ਫਰਸ਼ ਤੇ ਫਰਸ਼ ਤੋਂ ਉੱਤੇ ਲਿਜਾ ਸਕਦੀ ਆ। ਇੱਦਾਂ ਦੀਆਂ ਚੰਗੀਆਂ ਜਿਹੀਆਂ ਗੱਲਾਂ ਸੋਚ ਕੇ ਤੇ ਆਪਣਾ ਸਮਾਂ ਜਿਹੜਾ ਪਾਸ ਕੀਤਾ। ਅਫਕੋਰਸ ਸੋਲਿਟਰੀ ਆਈ ਵੁੱਡ ਸੇ, ਬਿਕੋਜ਼ ਮੈਨੂੰ ਕਿਸੇ ਨਾਲ ਆਗਿਆ ਨਹੀਂ ਸੀ ਮਿਲਣ ਦੀ, ਤੇ ਕੋਈ ਅੰਦਰ ਨਹੀਂ ਸੀ ਆ ਸਕਦਾ, ਤੇ ਜਿਹੜਾ ਕੰਪਾਊਂਡ ਸੀ ਉਹ ਇਕੱਲੇ ਨੂੰ ਮੈਨੂੰ ਰੱਖਿਆ ਹੋਇਆ ਸੀਗਾ। ਤਾਂ ਇਸ ਤਰ੍ਹਾਂ ਦਾ ਹੀ ਸਮਾਂ ਅੱਛਾ ਕੱਢਿਆ। ਬਾਕੀ ਖਾਣਾ ਖੁਣਾ ਆਈ ਐਮ ਵੈਰੀ ਯੂ ਨੋ ਨੋਟ ਵੈਰੀ ਆਲਦੋ ਤੁਹਾਨੂੰ ਲੱਗਦਾ ਹੋਊਗਾ ਆਮ ਨੋਟ ਵੈਰੀ ਫੌਂਡ ਆਫ ਨੋ ਟੂ ਮਚ ਆਫ ਲੈਵਿਸ਼ ਈਟਿੰਗ। ਤਾਂ ਮੈਂ ਖਾਣਾ ਜ਼ਰੂਰ ਜੇਲ੍ਹ ਦਾ ਬਹੁਤ ਸਿੰਪਲ ਖਾਧਾ ਵਧੀਆ ਔਰ ਚੰਗਾ। ਮੈਂ ਥੋੜ੍ਹਾ ਦੱਸੂਗਾ ਕਿ ਇੱਕ ਮੀਲ ਮਿਸ ਕੀਤਾ। ਮੈਂ ਸੋਚਿਆ ਇੱਥੇ ਬੈਠੇ ਹਾਂ, ਕਰ ਕੀ ਰਿਹਾ ਮੈਂ, ਤੇ 3 ਵਾਰੀ ਖਾਣਾ ਖਾਣ ਦੀ ਬਜਾਏ 2 ਵਾਰੀ ਖਾਣਾ ਖਾਓ। ਪਿੰਡਾਂ ਦੇ ਲੋਕ ਸਾਡੇ ਪੰਜਾਬ ਦੇ 2 ਵਾਰੀ ਖਾਣਾ ਖਾਂਦੇ ਘਰਾਂ ਦੇ ਵਿੱਚ, ਦੁਪਹਿਰ ਦਾ ਖਾਣਾ ਵਿੱਚੋਂ ਚੱਕ ਦਿੱਤਾ। ਸੋ ਚੰਗਾ ਡਾਇਟ ਖਾਧੀ ਆ, ਵਧੀਆ ਸੋਚਿਆ ਵਾ, ਵਰਜਿਸ਼ ਚੰਗੀ ਕੀਤੀ ਆ,
ਤੇ ਬਾਜਵਾ ਸਾਹਿਬ ਤੇ ਸਾਡੇ ਭਰਾ ਮੇਰੇ ਕੋਲ ਬੈਠੇ ਨੇ, ਔਜਲਾ ਸਾਹਿਬ, ਹੋਰ ਵੀ ਸਾਰੇ ਬੜੇ ਸਤਿਕਾਰ। ਅੱਛਾ, ਦੂਜੀਆਂ ਪਾਰਟੀਆਂ ਦੇ ਲੋਕਾਂ ਦਾ ਵੀ ਮੈਂ ਧੰਨਵਾਦ, ਮੇਰੇ ਕੋਲ ਸ਼ਬਦ ਨੀ ਗਏ ਬਈ, ਜਿਹਨਾਂ ਦਾ ਸਾਡੇ ਨਾਲ ਕੋਈ ਸਰੋਕਾਰ ਨੀ, ਵਿਰੋਧ ਆ, ਬੀਜੇਪੀ ਚੋਂ ਸੁਨੀਲ ਜਾਖੜ ਜੀ ਨੇ ਜਾਂ ਬਿਕਰਮ ਮਜੀਠੀਆ ਨੇ। ਮੈਂ ਹੁਣ ਦੇਖਦਾ ਵਾਂ ਕਿ ਜੇ ਮੇਰੇ ਤੇ ਇੰਨਾ ਕਹਿਰ ਢਾਇਆ ਗਿਆ NDPS ਦਾ, ਦੇਰ ਇਜ਼ ਐਵਰੀ ਪੋਸੀਬਿਲਿਟੀ ਕਿ ਜਿਹੜਾ NDPS ਦਾ ਕੇਸ ਉਹਦੇ ਤੇ ਜਿਹੜਾ ਦੁਬਾਰਾ ਬੁਲਾ ਕੇ ਉਹਨੂੰ ਕੀਤਾ ਜਾ ਰਿਹਾ, ਇਟ ਮੇ ਆਲਸੋ ਬੀ ਅਟਲੀ ਫਾਲਸ। ਮੈਂ ਇਹ ਮੈਨੂੰ ਰਿਅਲਾਈਜੇਸ਼ਨ ਆਪਣੇ ਤੇ ਹੱਡ ਬੀਤੀ ਕਰਾ ਕੇ ਅਹਿਸਾਸ ਹੋਇਆ ਵਾ। ਉਹਦਾ ਸਿਮਰਨਜੀਤ ਸਿੰਘ ਮਾਨ, ਉਹਨਾਂ ਨੇ ਮੇਰਾ ਮੇਰੇ ਹੱਕ 'ਚ ਬੋਲੇ, ਕਿਸਾਨ ਜਥੇਬੰਦੀਆਂ, ਹੋਰ ਲੱਖਾਂ ਸੁਧਾਰਨਾ ਹੋਣੀ, ਸੋਸ਼ਲ ਮੀਡੀਆ, ਡਾਕਟਰ ਗਾਂਧੀ ਮੈਨੂੰ ਮਿਲਣ ਆਏ ਅੰਦਰ, ਮਾਨਿਕ ਮਾਨਸਾ ਛੋਟਾ ਜਿਹਾ ਬੱਚਾ ਸਾਡਾ, ਮਤਲਬ ਮੈਂ ਕਈਆਂ ਦਾ ਨਾਂ ਨਾ ਭੁੱਲ ਜਾਵਾਂ, ਐਵੇਂ ਵੀ ਸੋਰੀ, ਨਵਜੋਤ ਸਿੰਘ ਸਿੱਧੂ ਸਭ ਤੋਂ ਪਹਿਲਾਂ ਮੈਨੂੰ ਮਿਲਣ ਆਏ, ਸੁੱਖੀ ਰੰਧਾਵਾ ਜੀ ਸਾਡੇ, ਤ੍ਰਿਪਤ ਬਾਜਵਾ ਜੀ ਦੇਖੋ ਦੋ ਵਾਰੀ ਮੈਨੂੰ ਮਿਲਣ ਆਏ ਉੱਥੇ ਪੁੱਛਣ ਆਏ ਹਾਲ। ਬਾਕੀ ਡਾਊਨ ਦਾ ਲਾਈਨ ਸਾਰੇ ਜਿਹੜੇ ਸੀਗੇ ਹੈਗੇ, ਥੋੜਾ ਸਮੇਂ ਦੀ ਘਾਟ ਹੈ, ਬਾਜਵਾ ਸਾਹਿਬ ਘੜੀ ਦੇਖ ਰਹੇ ਸੀ ਤਾਂ ਮੈਂ ਇਹਨਾਂ ਨੂੰ ਬਹੁਤ ਸਮਾਂ, ਇਹਨਾਂ ਨੇ ਜਿਹੜਾ ਮੇਰੇ ਸਾਡੇ ਲੀਡਰਾਂ ਨੇ ਦਿੱਤਾ, ਇਹ ਮੇਰੇ ਸਿਰ ਤੇ ਕਰਜ਼ਾ ਵਾ, ਤੇ ਮੈਂ ਇਹ ਇਹਨਾਂ ਦਾ ਹਮੇਸ਼ਾ ਪਿਆਰ ਸਤਿਕਾਰ ਜਿਹੜਾ ਉਹ ਚੇਤੇ ਰੱਖੂੰਗਾ। ਬਿਫੋਰ ਆਈ ਡੂ ਐਨੀਥਿੰਗ, ਆਈ ਵਿਲ ਆਲਵੇਜ਼ ਰਿਮੈਂਬਰ ਵਟ ਦੇ ਆਲ ਦੀਸ ਪੀਪਲ ਇਨ ਮਾਈ ਐਬਸੈਂਸ, ਮੇਰੇ ਪਰਿਵਾਰ ਦੇ ਨਾਲ ਬੈਠੇ ਉੱਠੇ, ਮੇਰੇ ਬੱਚੇ ਦੇ ਉੱਤੇ ਹੱਥ ਰੱਖਿਆ, ਹਾਲਾਂਕਿ ਮੇਰੀ ਸੋਰੀ ਟੂ ਸੇ ਗਵਰਨਮੈਂਟ ਨੇ ਮਤਲਬ ਮੇਰੀ ਵਾਈਫ ਨੂੰ ਵੀ ਇੰਪਲੀਕੇਟ ਕੀਤਾ ਹੋਇਆ ਇਸ ਕੇਸ ਵਿੱਚ, ਵਿਚ ਇਜ਼ ਵੈਰੀ ਵੈਰੀ ਸੈਡਨਿੰਗ। ਐਵੇਂ ਝੂਠੋ ਝੂਠ ਹੀ, ਝੂਠੋ ਹੀ ਝੂਠ, ਪਰ ਚਲੋ ਜੋ ਹੋਊਗਾ ਅਸੀਂ ਭੁਗਤਾਂਗੇ। ਮੈਂ ਜਿੱਦਾਂ ਪਹਿਲਾਂ ਕਿਹਾ ਤਾਂ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਦੇ ਉੱਤੇ ਕਰੀ ਬਹੁਤ ਬਹੁਤ ਧੰਨਵਾਦ।